Oh,
ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਟੇਜ ਉੱਤੇ ਪਹੁੰਚ ਚੁੱਕੇ ਹਨ। ਜਿੰਨੀਆਂ ਵੀ ਸੰਗਤਾਂ ਪੰਡਾਲ ਤੋਂ ਬਾਹਰ ਇੱਧਰ ਉੱਧਰ ਘੁੰਮ ਰਹੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ। ਸੋ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਟਾਈਮ ਲੰਗਰ ਦੀਵਾਨ ਚੱਲੇਗਾ ਉਨਾ ਟਾਈਮ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਵਰਤਾਉਣ ਦੀ ਕਿਰਪਾਲਤਾ ਕਰਨੀ ਜੀ। ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਆਪਾਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਸਾਹਿਬ ਜੀ। ਤਨ ਜੋ ਬਣਿਆ ਫੁੱਲੜਾ ਨਾ ਠੀੜੇ ਦਿਨ ਛਾ ਪੱਬਣ ਕੇਰੇ ਪਤ ਜਿਉਂ ਢਲ ਢੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੁਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗ ਲੈ ਜਾਏ ਸੁਤੇ ਜੀਰਾਣ ਹੰਪੀ ਵੰਜਾ ਡੂਮਣੀ ਰੋਵਾਂ ਛੀਣੀ ਬਾਣ ਕੀ ਨਾ ਸੁਨੇਹੀ ਗੋਰੀਏ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਵੇ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸੰਨ ਗੁਣਾ ਗਵਾਈ ਗੰਠੜੀ ਆਪ ਗੁਣ ਚੱਲੀ ਮਨ ਆਓ ਕੁਝ ਸਮਾਂ ਰਲ ਮਿਲ ਕੇ ਆਪਣੇ ਆਪ ਨਾਲ ਗੱਲ ਕਰੀਏ ਗੁਰੂ ਨਾਲ ਗੱਲ ਕਰਨੀ ਗੁਰਬਾਣੀ ਦੀ ਗੱਲ ਕਰਨੀ ਆਪਣੇ ਆਪ ਨਾਲ ਗੱਲ ਕਰਨੀ ਵੀ ਹੁੰਦੀ ਹੈ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਹੁੰਦੀਆਂ ਗੁਰਬਾਣੀ ਨੂੰ ਸਮਝਦਿਆਂ ਸਮਝਦਿਆਂ ਆਪਣੇ ਆਪ ਨੂੰ ਸਮਝਣਾ ਹੁੰਦਾ ਧਨ ਜੋਬਨ ਅਰ ਫੁੱਲੜਾ ਨਾ ਜੋਬਨ ਨਾ ਧਨ ਸਦਾ ਥੋੜਾ ਰਹਿੰਦਾ ਨਾ ਫੁੱਲ ਵੀ ਸਦਾ ਖਿੜਿਆ ਨਹੀਂ ਰਹਿੰਦਾ ਚਾਰ ਦਿਨ ਦੇ ਪ੍ਰਾਹੁਣੇ ਨੱਠੀ ਅੜੇ ਦਿਨ ਚਾਰ ਪ੍ਰਾਹੁਣੇ ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ ਟੋਬਿਆਂ ਦੇ ਆਲੇ ਦੁਆਲੇ ਚੌਪੱਤੀ ਪੈਦਾ ਹੋ ਜਾਂਦੀ ਹੈ ਜਦੋਂ ਪਾਣੀ ਚੜ੍ਹਦਾ ਤੇ ਪੈਦਾ ਹੋ ਜਾਂਦੀ ਜਦੋਂ ਪਾਣੀ ਥੱਲੇ ਚਲਿਆ ਜਾਂਦਾ ਖਤਮ ਹੋ ਜਾਂਦੀ ਰੰਗ ਮਾਣ ਲੈ ਪਿਆਰਿਆ ਜਾ ਜੋਬਣ ਨੋ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਰੀਰ ਰੂਪੀ ਚੋਲਾ ਪੁਰਾਣਾ ਹੋ ਰਿਹਾ ਦਿਨ ਥੋੜੇ ਰਹਿ ਗਏ ਸੱਜਣ ਮੇਰੇ ਰੰਗਲੇ ਵੇਖ ਆਲੇ ਦੁਆਲੇ ਕਿੰਨੇ ਚਲੇ ਗਏ ਜਾਏ ਸੁੱਤੇ ਜੀ ਰਾਣ ਹੰਪੀ ਵੰਜਾਂ ਡੋਮਣੀ ਰੋਵਾਂ ਚੀਣੀ ਪਾਣ ਗਿਆਂ ਦੀਆਂ ਗੱਲਾਂ ਕਰਦੇ ਜ਼ਰੂਰ ਹਾਂ ਪਰ ਹੈ ਡੂ ਮਨੀ ਡਬਲ ਮਾਈਂਡਡ ਡੂ ਮਨੀ ਡਬਲ ਮਾਈਂਡਡ ਤੁਰੇ ਅਸੀਂ ਵੀ ਉਸੇ ਰਾਹ ਹੀ ਆਏ ਸਭ ਨੇ ਜਾਣਾ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਤੂੰ ਸੁਣਿਆ ਨੀ ਮੇਰੀ ਏ ਜਿੰਦੜੀਏ ਕਿੰਨੇ ਚਲੇ ਗਏ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਸੋਏ ਸੁਣੀ ਨੀ ਲੱਗੀ ਆਵੇ ਸੋਹਰੇ ਨਿਤ ਨਾ ਪਈਏ ਹੋਏ ਪੇਕੇ ਸਦਾ ਨੀ ਬਹਿ ਰਹਿਣਾ ਜਾਣਾ ਹੀ ਪੈਂਦਾ ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸੋ ਨਾਲ ਪਿਆਰ ਛੱਡ ਕੇ ਇੱਕ ਦਿਨ ਦੁਨੀਆ ਨੂੰ ਸਭ ਨੂੰ ਜਾਣਾ ਪੈਂਦਾ ਤਾਂ ਕਰਕੇ ਤੂੰ ਵੀ ਮਨਾ ਤਿਆਰੀ ਰੱਖਣੀ ਸੀ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸੰਨ ਤੂੰ ਸੁੱਤਾ ਹੀ ਪਿਆ ਮਨਾ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਅਵਗਣ ਚੱਲੀ ਬੰਨ ਕਹਿੰਦੇ ਔਗਣ ਹੀ ਰਹਿ ਗਏ ਭਾਈ ਗੁਣਾ ਦੀ ਗਠੜੀ ਗਵਾਚ ਗਈ ਸੁੱਤੇ ਹੀ ਰਹਿ ਗਏ ਚੋਰ ਆ ਕੇ ਲੁੱਟ ਕੇ ਲੈ ਗਏ ਜਿਵੇਂ ਕੋਈ ਬੰਦਾ ਸੁੱਤਾ ਹੋਵੇ ਤੇ ਕੋਈ ਲੁੱਟ ਕੇ ਲੈ ਜਾਂਦਾ ਗੁਰੂ ਸਾਹਿਬ ਸਾਨੂੰ ਜਗਾ ਰਹੇ ਹੈ ਸਾਰੇ ਚਲੇ ਗਏ ਜਾਣਾ ਤੈਂ ਵੀ ਹੈ ਵੇਖੀ ਕਿਤੇ ਔਗਣ ਹੀ ਨਾ ਰਹਿ ਜਾਣ ਪੱਲੇ ਕੁਝ ਖੱਟ ਕੇ ਜਾ ਕੁਝ ਲਾਹਾ ਲੈ ਜ਼ਿੰਦਗੀ ਦਾ ਘਰ ਬਾਰ ਪਰਿਵਾਰ ਪਿਆਰ ਸਭ ਨਾਲ ਕਰ ਪਰ ਇੱਕ ਗੱਲ ਦਿਮਾਗ 'ਚ ਰੱਖਣੀ ਬੜੀ ਜ਼ਰੂਰੀ ਹੈ
अपने आप नाल कदी कदी गल्लां करदा रहा कर जिवें भगत जी कर रहे क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा पढ़ो 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 क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा सारे बोलो सारे क्या तेरा प्राणी क्या मेरा क्या तेरा क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा तरवर पंख बसेरा जैसे तरवर पंख बसेरा 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 जैसे तरवर पंख बसेरा जैसे तरवर पंख बसेरा सरवर पंख बसेरा जैसे सरवर 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 पंख बसेरा तरवर पंख बसेरा जैसे तरवर पंख बसेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या जल की पीर पवन का थंबा रक्त बूंद का गारा हाड मास नाड़ी को पिंजर पंखी बसे बेचारा प्राणी क्या मेरा क्या तेरा प्राणी क्या मेरा क्या तेरा जैसे तरवर पंख बसेरा रखो कंध उसारो नीवा साढ़े तीन हाथ तेरी सीमा बंके बाल पाग सिर डेरी ए तन होए गो पसम की टेरी उच्चे मंदर सुंदर नारी राम नाम बिन बाजी हारी मेरी जात कमीनी पात कमीनी ऊंचा जन्म हमारा मेरी जात कमीनी पात कमीनी ऊंचा जन्म हमारा तुम शरणागत राजा रामचंद कह रविदास तुम्हारा प्राणी क्या मेरा क्या तेरा
क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा बोलो क्या तेरा प्राणी क्या मेरा क्या तेरा प्राणी क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा कैसे तरवर पंख दुसेरो तरवर पंख दुसेरो तरवर पंख दुसेरो जैसे तरवर पंख दुसेरा 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 क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरे पढ़ो पढ़ो मेरा क्या तेरा मोह पर पंच कर पर तन लिया मैं सुत दारा महान मन मेरे फूले कपट न कीजै अंत नबेरा तेरे जीव लीजै छिन छिन तन छीजै जरा जरावै अब तेरी ओप कोई पानियों ना पावै कहत कबीर कोई नहीं चेरा कहत कबीर कोई नहीं चेरा राम की न जपै सवेरा वाहेगुरु 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 वाहेगुरु
गुरबाणी राम, बोले 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 गुरबाणी राम, जाग सलो नड़िए, जाग सलो नड़िए, जाग सलो नड़िए, जाग सलो नड़िए, बोले गुरबाणी राम, बोले गुरबाणी राम, बोले गुरबाणी राम, बोले गुरबाणी राम, जाग सलो नड़िए, जाग सलो नड़िए, जाग सलो नड़िए, जाग सलो नड़िए, सारा शब्द मैं मानू चौकना साज वेगा सीरा मोही प्रेम फिरे प्रभ अपना सीरा हट न जाना नानका सच बह रहे भिंदड़ी रैन पल ही दिन सुहाएगा निज कर सुतिड़ी निज कर सुतड़िए फिर्म जगाए राम नव हान नव तन शब्द जागी अपने पिर पानिया तज कूड़ कपट सुभा चाकरी लोकानिया चाकरी लोकानिया मैं नाम हर का हार कंठे साज शब्द नी सोने कर जोड़ नानक साज नदर कर तुद पाने जाग सलोनड़िए बोले गुरबाणी राम जिन सुन मन अड़ी अगथ कहानी कहानी बब निर्वाणी को बिरला गुरमुख बूज ओ शब्द समाए आप गवाए कृपा
ਸ਼ਬਨ ਸੋ ਜੀ ਸੂਜੇ ਰਹੇ ਅਤੀਤ ਅਪਰੰਪਰ ਰਾਤਾ ਸਾਤ ਮਨ ਗੁਣ ਸਾਰੇ ਸਰਬ ਠਾਈ ਨਾਨਕਾਇਰ ਧਾਰਿਆ ਮਹਿਲ ਬੁਲਾਇਣੀਏ ਮਹਿਲ ਬੁਲਾਇਣੀਏ ਭਗਤ ਸਨੇਹੀਰਾ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀਜੇ ਸ਼ਬਦ ਸੀਜੇ ਤੇ ਲੋਕ ਨਾਥ ਪਛਾਣੇ ਮਨ ਦੀ ਗਡੋਲ ਨਾ ਜਾਏ ਕਦੀ ਆਪਣਾ ਪਿਰ ਜਾਣੇ ਆਪਣਾ ਸ਼ਗਨ ਜਗਨ ਨਾ ਭੇਰੋ ਗੁਰ ਸ਼ਬਦ ਜਗਨ ਨਾ ਭੇਰੋ ਲੋਨੜੀਏ ਜਾਗ ਸਲੋਨੜੀਏ 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 ਬੋਲੇ ਗੁਰਬਾਣੀ ਦਾ ਬੋਲੇ ਗੁਰਬਾਣੀ ਦਾ ਗੁਰਬਾਣੀ ਰਾ ਗੁਰਬਾਣੀ ਰਾ ਗੁਰਬਾਣੀ ਰਾ ਗੁਰਬਾਣੀ ਰਾ ਜਾਗ ਸਲੋਨੜੀਏ ਜਾਗ ਸਲੋਨੜੀਏ ਜਾਗ ਸਲੋਨੜੀਏ ਜਾਗ ਸਲੋਨੜੀਏ ਕਿਉਂ ਨੀ ਜਾਗਦਾ ਮਨਾ ਮੇਰਿਆ
सुते आँखों क्यों नहीं जागता मरा मेरिया सुते आँखों क्यों नहीं जागता मना मेरिया सुते आँखों क्यों नहीं जागता मना मेरिया सुते आँखों क्यों नहीं जागता मना मेरिया सुते आँखों क्यों नहीं जागता राजा मार जगावे पानी वाजा 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 मार जगावे पानी मार जगावे पानी वाजा मार जगावे राजा मार जगावे बाणी मना मेरिया सुते आँख क्यों नहीं जागता 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 मना मेरिया क्यों नहीं जागता मना मेरिया सुते तू क्यों नहीं जागता एक बारी कहते गज के आखो जी वाहेगुरु जी का खालसा वाहेगुरु जी की फतेह पादसों नगर इलाका निवासी संगतां रल मिल के उदम करते हैं सारे वीर पिछले साल भी प्रोग्राम होया उदू पिछले साल भी इस बारी फिर उदम किया सारे ने रल मिल के कुछ समा आपा मन बिरती एकाग्र करके बैठने का जतन करिए पहरेदार वीरां नूं बेनती है अद च रस्ता बंद कर लैण जिहड़ी संगत आवे उत्थे ही बिठाई जाए टका बना के हाजिर हो के आपां सारिआं ने बैठण दा जतन करना मैं एक गल कीती सी शुरू विच के गुरबाणी समझण दा तां फायदा जे असीं हालातां नूं समझ सकीए बंदा समझदार उह हुंदा है समझदार ना समझदार दा मतलब भी बड़ियां किताबां समझदा है ये बंदा बड़े ग्रंथां नूं समझदा है ये समझदार हुंदा नहीं ये ते रट्टे भी लग जांदे है ना जी कई बंदे रट्टा ही इन्ना ला लैंदे है किताबां दे रट्टे ला ले पर अपने परिवारक रिश्ते नूं समझिए नहीं किताबां ते बहुत समझनी है पर परिवारक रिश्ता अपना ते समझिए ही नहीं समझदार दा मतलब ये नहीं हुंदा कि किताबां किन्नियां समझदा जां आपां इह वी कहीए भी गुरबाणी नूं बहुत समझदा तां करके समझदार है गुरबाणी नूं समझ के हालातां नूं समझदा है तां समझदार है भी गुरबाणी नूं ते बहुत समझदा है पर हालातां नूं समझ सके जिंदगी नूं समझ सके रिश्तियां नूं समझ सके अपनियां जिम्मेवारियां नूं समझ सके अपने फर्जा नूं समझ सके तां समझदार हुंदा बंदा बड़ी दुनिया इत्थे बहुत कुछ समझदे है समझदे है ग्रंथ बहुत समझदे है बाणी बहुत समझदे है पर जिंदगी समझनी नहीं आउंदी हालात समझ नहीं आउंदे हुण जिहड़े बंदे नूं हालात समझ ना आए गुरबाणी बहुत जानदा जिदे कोई विपता आप ते पैगी उदी पिट स्यापा पैजू उदे हुण किधर नूं जाईए हुण की करिए हालात समझने नहीं आउंदे तां करके किताबां जिन्नियां मर्जी पढ़ लो ग्रंथ जिन्ने मर्जी पढ़ लो अर्थ जिन्ने मर्जी पढ़ लो पढ़न तो बाद अपनी समझ डिवेलप करनी हुंदी है अपना दिमाग चलाउणा हुंदा है तां जो आले दुआले नूं समझ के समझदार बन के जिंदगी जीईए अकल आले बन के जिंदगी जीईए समझदार उहनूं कहिंदे साढ़े हुण बंदा जिहड़ा बंदा बहुत रट्टे ला ला के सुणावे अगला कहिंदा यार इह बंदे नूं समझ बहुत है नहीं भाई हालातां नूं नहीं समझणा आउंदा जिंदगी नूं समझणा नहीं आउंदा
ਰਿਸ਼ਤਿਆਂ ਨੂੰ ਸਮਝਣਾ ਨਹੀਂ ਆਉਂਦਾ ਕਿਹੜੇ ਟਾਈਮ ਤੇ ਕਿਹੜਾ ਫੈਸਲਾ ਲੈਣਾ ਹੈ ਇਹ ਸਮਝ ਨਹੀਂ ਇਹਨੂੰ ਬਾਣੀ ਜਾ ਲਿਖਿਆ ਇਹਦੇ ਅਰਥ ਆ ਇਹਦੇ ਅਰਥ ਆ ਇਹਦੇ ਅਰਥ ਆ ਇਹਦੇ ਆਉਂਦਾ ਪਰ ਕਿਹੜੇ ਟਾਈਮ ਤੇ ਕਿਹੜਾ ਫੈਸਲਾ ਲੈਣਾ ਹੈ ਇਹ ਸਮਝ ਨਹੀਂ ਹੁਣ ਮੇਰੇ ਵਰਗੇ ਕਈ ਬੰਦੇ ਇਹੋ ਜਿਹੇ ਹੈ ਰੱਟੇ ਲੱਗੇ ਹੋਏ ਐ ਬੋਲੀ ਜਾਣਗੇ ਸਟੇਜ ਤੇ ਬੋਲੀ ਜਾਣਗੇ ਜੇ ਉਹਨਾਂ ਦੇ ਕੰਨ 'ਚ ਐ ਕਹਿ ਦਿਓ ਵੀ ਬਾਹਰ ਇੱਕ ਪੰਗਾ ਪੈ ਗਿਆ ਆਹ ਇੱਕ ਗੱਲ ਹੋਈ ਐ ਬਾਹਰ ਇਹਦੇ ਤੇ ਮਾੜਾ ਜਿਹਾ ਬੋਲ ਦਿਓ ਉਹ ਕਹਿੰਦੇ ਇਹ ਨਹੀਂ ਬੋਲਣਾ ਆਉਂਦਾ ਇਹ ਨਹੀਂ ਸਮਝ ਮੈਨੂੰ ਜਿਹੜਾ ਰੱਟਾ ਲੱਗਿਆ ਇਹ ਤੇ ਆਉਂਦਾ ਪਰ ਜੇ ਟਾਈਮ ਦੇ ਉੱਤੇ ਕੋਈ ਗੱਲ ਕਹਿਣੀ ਪੈ ਜੇ ਇਹ ਨਹੀਂ ਆਉਂਦੀ ਇਹ ਸਮਝ ਨਹੀਂ ਹਾਲਾਤ ਬਦਲਦੇ ਰਹਿੰਦੇ ਨੇ ਤੇ ਤੇਰਾ ਤੇਰੀ ਸਮਝ ਜਿਹੜੀ ਹੈ ਹਰ ਹਾਲਾਤ ਵਿੱਚ ਸਹੀ ਹੋਵੇ ਉਹ ਸਮਝਦਾਰ ਹੁੰਦਾ ਹੁਣ ਜਿਵੇਂ ਅੱਜ ਕੱਲ੍ਹ ਕੁੜੀਆਂ ਦੇ ਆਪਾਂ ਪਿਛਲੇ ਸਾਲ ਵੀ ਗੱਲ ਕੀਤੀ ਸੀ ਵੀ ਬੱਚੀਆਂ ਦੇ ਪੜ੍ਹਨ ਦਾ ਟਾਈਮ ਆ ਗਿਆ ਹੁਣ ਕੁੜੀਆਂ ਨੂੰ ਪੜ੍ਹਨ ਪਾਵਾਂਗੇ ਆਪਾਂ ਬੱਚੀਆਂ ਵੀ ਪੜ੍ਹਨਗੀਆਂ ਮੁੰਡੇ ਵੀ ਪੜ੍ਹਨਗੇ ਹੁਣ ਪੜ੍ਹਾਈ ਦਾ ਜ਼ਮਾਨਾ ਹਾਲਾਤਾਂ ਨੂੰ ਜਿਹੜਾ ਸਮਝ ਗਿਆ ਸਾਡੇ ਰਿਸ਼ਤੇਦਾਰੀ ਦੇ ਵਿੱਚ ਹੈ ਪਰਿਵਾਰ ਉਹਨਾਂ ਦੀ ਬੇਟੀ ਦਾ ਰਿਸ਼ਤਾ ਨਹੀਂ ਹੋ ਰਿਹਾ ਪਤਾ ਕਿਉਂ ਪੰਜ ਪੜ੍ਹਾਈ ਹੈ ਛੇਵੀਂ ਜਾਣ ਨਹੀਂ ਦਿੱਤੀ ਤੇ ਪੰਜ ਕਦੋਂ ਪੜ੍ਹਾਈ ਹੈ ਅੱਜ ਤੋਂ ਸਨ 2000 ਦੇ ਵਿੱਚ ਜੰਮੀ ਹੋਣੀ ਹੈ ਤੇ 2000 ਚ ਜੰਮੀ ਬੇਟੀ ਹੁਣ 19 ਸਾਲ ਦੀ ਬਣੀ ਜੇ 98 ਦਾ ਵੀ ਜਨਮ ਹੋਏਗਾ ਉਹਦਾ ਚਲੋ 2 ਸਾਲ ਵੱਧ ਲਾ ਲਓ ਤੇ 21 ਸਾਲ ਦੀ ਹੋਊ ਤੇ ਰਿਸ਼ਤਾ ਕਰਦੇ ਅਗਲਾ ਕਹਿੰਦਾ ਵੀ ਹਾਂਜੀ ਹੁਣ ਅਗਲਾ ਕਹਿੰਦਾ ਸਾਡਾ ਮੁੰਡਾ 23 ਸਾਲ ਦਾ ਤੇ ਲੜਕੀ 21 ਸਾਲ ਦੀ ਹੈ ਤੇ ਪੜ੍ਹੀ ਕਿੰਨੀ ਹੈ ਜੀ ਕਹਿੰਦੇ ਇਸ ਤੇ ਪੰਜਵੀਂ ਤੋਂ ਬਾਅਦ ਪਾਈ ਹੋਈ ਨਹੀਂ ਪੜ੍ਹਨ ਅਸੀਂ ਤੇ ਕੁੜੀ ਬਾਹਰ ਭੇਜੀ ਨਹੀਂ ਸਾਡੇ ਪਿੰਡ 'ਚ 5-10 ਸਕੂਲ ਹੈ ਪ੍ਰਾਇਮਰੀ ਪ੍ਰਾਇਮਰੀ ਤੇ ਅਸੀਂ ਤੇ ਹਾਈ ਵੀ ਨਹੀਂ 10 ਉਹ ਕਹਿੰਦੇ 10 ਪੜ੍ਹੀ ਤੇ ਹੋਵੇ ਘੱਟ ਤੋਂ ਘੱਟ ਕਹਿੰਦੇ ਜੀ 10 ਅਸੀਂ ਪੜ੍ਹਾਇਆ ਨਹੀਂ ਹੁਣ ਜਦੋਂ ਆਪਾਂ ਕਹਿੰਦੇ ਹਾਂ ਵੀ ਅਸੀਂ 10 ਤੱਕ ਵੀ ਨਹੀਂ ਪੜ੍ਹਾਉਣਾ 10th ਵੀ ਨਹੀਂ ਕਰਾ ਸਕਦੇ ਅਸੀਂ ਫਿਰ ਬੰਦਾ ਕਵੇ ਜੀ ਮੈਂ ਬਾਣੀ ਬਹੁਤ ਸਮਝਦਾ ਭਾਈ ਤੈਨੂੰ ਹਾਲਾਤ ਨਹੀਂ ਸਮਝੇ ਵੀ ਜਦੋਂ ਸਾਰੇ ਪਿੰਡ ਦੀਆਂ ਧੀਆਂ ਪੜ੍ਹਨ ਜਾਂਦੀਆਂ ਤੈਨੂੰ ਆਪਣੀ ਬੱਚੀ ਨੂੰ ਪੜ੍ਹਨ ਪਾਉਣਾ ਚਾਹੀਦਾ ਸੀ ਜ਼ਮਾਨਾ ਹੁਣ ਪੜ੍ਹਾਈ ਦਾ ਪੜ੍ਹੇ ਲਿਖਿਆਂ ਦਾ ਅੱਜ ਕੱਲ੍ਹ ਤੇ ਬੀਏ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਵੀ ਘੱਟ ਤੋਂ ਘੱਟ ਬੀਏ ਤੇ ਕੀਤੀ ਹੋਵੇ ਗ੍ਰੈਜੂਏਸ਼ਨ ਤੇ ਹੋਵੇ ਨਾ ਘੱਟ ਤੋਂ ਘੱਟ ਇੰਨੀ ਕਿਤੇ ਪੜ੍ਹਾਇਆ ਹੋਵੇ ਬੱਚੇ ਨੂੰ ਆਪਣੇ ਨੂੰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬੰਦਾ ਸਮਝ ਨਾ ਸਕਿਆ ਹਾਲਾਤਾਂ ਨੂੰ ਤੇ ਪਿੱਛੇ ਰਹੂ ਕਿ ਨਹੀਂ ਰਹੂ ਬੋਲੋ ਪਿੱਛੇ ਰਹਿ ਜੂ ਸਮਾਂ ਟਰੈਕਟਰਾਂ ਦਾ ਚੱਲਦਾ ਹੈ ਬੰਦਾ ਚੱਕੀ ਫਿਰਦਾ ਜੀ ਮੈਂ ਤੇ ਹਲ ਨਾਲ ਵਾਹੂ ਜ਼ਮਾਨਾ ਟਰਾਲੀਆਂ ਦਾ ਤੁਰਿਆ ਫਿਰਦਾ ਗੱਡਾ ਚੱਕੀ ਫਿਰਦਾ ਮੈਂ ਗੱਡੇ ਵਾਲਾ ਕਰੂੰ ਕੰਮ ਐ ਥੋੜਾ ਹੋਣਾ ਸਮਾਂ ਬਦਲ ਗਿਆ ਹਾਲਾਤ ਬਦਲ ਗਏ ਤੇ ਬਦਲੇ ਹਾਲਾਤਾਂ ਨੂੰ ਸਮਝ ਸਕੇ ਉਹਨੂੰ ਸਮਝਦਾਰ ਕਹਿੰਦੇ ਆ ਇਹ ਨੁਕਤਾ ਮੈਂ ਇਹ ਕਹਿਣਾ ਚਾਹੁੰਦਾ ਸਮਝਦਾਰ ਉਹਨੂੰ ਨਹੀਂ ਕਹਿੰਦੇ ਵੀ ਕਿਤਾਬਾਂ ਬਹੁਤ ਸਮਝਦਾ ਸਮਝਦਾਰ ਉਹਨੂੰ ਨਹੀਂ ਕਹਿੰਦੇ ਵੀ ਇਹ ਬਾਣੀ ਬਹੁਤ ਸਮਝਦਾ ਬਾਣੀ ਨੂੰ ਸਮਝ ਕੇ ਹਾਲਾਤਾਂ ਨੂੰ ਸਮਝਣਾ ਆਵੇ ਤਾਂ ਸਮਝਦਾਰ ਹੈ ਹੁਣ ਆਉਂਦੀ ਹੈ ਗੱਲ ਪਕੜ ਚ ਇਹ ਗੱਲ ਹੈ ਵੀ ਲੋੜ ਕਿਹੜੀ ਚੀਜ਼ ਦੀ ਸਮਾਂ ਕੀ ਹੈ ਮੈਂ ਹੁਣ ਜਦੋਂ ਸਾਜ ਸਾਡੇ ਵੱਜਦੇ ਸੀ ਮੈਂ ਵੇਖਦਾ ਸੀ ਵੀ ਢੋਲਕ ਹੈ ਜਿਹੜੀ ਜਿਹੜੀ ਢੋਲਕ ਵਜਾਉਂਦੇ ਆ ਅਸੀਂ ਉਹਦੀ ਆਵਾਜ਼ ਬੜੀ ਬੇਰਸੀ ਆ ਰਹੀ ਸੀ ਜਿਹੜੀ ਹੁਣ ਮੈਂ ਨੋਟ ਕਰਦਾ ਨਾ ਸਟੇਜ ਸੰਗਤ ਨੂੰ ਤੇ ਘੱਟ ਪਤਾ ਲੱਗਦਾ ਹੁਣ ਸਾਨੂੰ ਤਜਰਬਾ ਇਹਦਾ ਜਿਹੜਾ ਜੋੜੀ ਵਾਲਾ ਉਹਦੀ ਆਵਾਜ਼ ਵੀ ਬੇਰਸੀ ਆ ਰਹੀ ਸੀ ਭਲਾ ਕਿਉਂ ਆ ਰਹੀ ਹੈ ਕਿਉਂਕਿ ਅੱਜ ਗਰਮੀ ਹੋ ਗਈ ਕੱਲ ਤੱਕ ਤੇ ਠੰਡਾ ਸੀ ਨਾ ਮੌਸਮ ਤੇ ਠੰਡੇ ਮੌਸਮ ਦੇ ਵਿੱਚ ਜਿਹੜੀਆਂ ਢੋਲਕੀਆਂ ਦੇ ਧਾਮੇ ਹੁੰਦੇ ਆ ਜੋੜੀਆਂ ਹੁੰਦੀਆਂ ਇਹ ਇਹ ਠੰਡ ਵਿੱਚ ਹੋਰ ਤਰ੍ਹਾਂ ਦੇ ਹੁੰਦੇ ਆ ਤੇ ਗਰਮੀ ਦੇ ਵਿੱਚ ਪਿਘਲ ਜਾਂਦੇ ਆ ਸੇਕ ਵਿੱਚ ਪਿਘਲ ਜਾਂਦੇ ਅੰਦਰ ਜਿਹੜੀ ਲੱਗੀ ਹੁੰਦੀ ਉਹ ਲਾਉਂਦੇ ਆ ਜਿਹੜਾ ਬਣਾ ਕੇ ਉਹ ਜਦੋਂ ਹੀ ਗਰਮੀ ਆ ਗਈ ਅੱਜ ਹੀ ਗਰਮੀ ਹੋ ਗਈ ਨਾ ਤੇ ਸੇਕ ਦੇ ਨਾਲ ਉਹ ਪਿਘਲ ਗਏ ਤੇ ਪਿਘਲਣ ਦੇ ਨਾਲ ਢੋਲਕੀਆਂ ਖੜਕਦੀਆਂ ਪੀਪੇ ਵਾਂਗੂ ਹੋ ਗਈਆਂ ਇੱਕਦਮ ਹੁਣ ਸੁਣੋ ਬੰਦਾ ਮੇਰੇ ਨਾਲ ਢੋਲਕ ਵਜਾਉਣ ਵਾਲਾ ਮੇਰੇ ਨਾਲ ਜੋੜੀ ਵਜਾਉਣ ਵਾਲਾ ਇਹ ਬੰਦੇ ਬਾਣੀ ਬਹੁਤ ਸਮਝਣ ਪਰ ਜੇ ਇਹ ਨਾ ਸਮਝ ਸਕੇ ਲੋੜ ਹੁਣ ਕਾਹਦੀ ਹੈ ਜਿਹੜਾ ਕੰਮ ਕਰਦੇ ਆ ਉਹਨੂੰ ਸਮਝ ਕੇ ਤੇ ਠੀਕ ਕਰਨ ਇਹੀ ਹੋਊ ਨਾ ਹੁਣ ਅਗਲਾ ਕਹੇ ਮੈਨੂੰ ਬਾਣੀ ਦੀ ਬਹੁਤ ਸਮਝ ਹੈ ਅਗਲਾ ਕਹਿੰਦਾ ਜਿਹੜਾ ਕੰਮ ਹੈ ਉਹਦੀ ਤੇ ਸਮਝ ਨਹੀਂ ਜਿਹੜੀ ਡਿਊਟੀ ਹੈ ਉਹਦੀ ਤੇ ਸਮਝ ਨਹੀਂ ਜਿਹੜਾ ਫਰਜ਼ ਹੈ ਉਹਦੀ ਤੇ ਸਮਝ ਨਹੀਂ
ਸਾਊਂਡ ਵਾਲਾ ਬੰਦਾ ਕਹੇ ਮੈਨੂੰ ਬਹੁਤ ਬਾਣੀ ਦੀ ਸਮਝ ਆ ਗਈ, ਮੈਂ ਤੇ ਦੀਵਾਨ ਹੀ ਦਿਨ ਰਾਤ ਸੁਣਦਾ, ਪਰ ਸਾਊਂਡ ਸਿਸਟਮ ਖਰਾਬ ਹੋ ਗਿਆ, ਉਹ ਆ ਪ੍ਰੋਬਲਮ ਹੈ ਉਹਦੀ ਸਮਝ ਦੀ, ਫਿਰ ਆਪਾਂ ਸਮਝਦਾਰ ਕਿੱਦਾਂ ਕਹਾਂਗੇ? ਬੰਦਾ ਹਾਲਾਤਾਂ ਨੂੰ ਸਮਝ ਸਕੇ। ਅਗਲਾ ਕਹਿੰਦਾ ਬਾਣੀ ਸਮਝੇ ਦਾ ਤਾਂ ਫਾਇਦਾ ਤੂੰ ਆਪਣੇ ਫਰਜ਼ ਸਮਝ ਸਕੇ, ਜ਼ਿੰਮੇਵਾਰੀ ਸਮਝ ਸਕੇ, ਆਪਣੇ ਕੰਮ ਸਮਝ ਸਕੇ। ਮੇਰੀ ਕੋਈ ਭੈਣ ਕਵੇ ਮੈਂ ਤੇ ਸਾਰੇ ਅਰਥ ਪੜ੍ਹ ਲਏ, ਮੈਨੂੰ ਤੇ ਸਮਝ ਸਾਰੀ ਆ ਗਈ, ਪਰ 15 ਬੰਦਿਆਂ ਦੀ ਰੋਟੀ ਕਿਵੇਂ ਬਣਾਉਣੀ ਹੈ ਇਹ ਸਮਝ ਨਹੀਂ, ਵੀ ਲੂਣ ਮਿਰਚ ਪੈਂਦਾ ਕਿਵੇਂ ਹੈ। ਫਿਰ ਅਗਲਾ ਕਹਿੰਦਾ ਸਵਾਹ ਸਮਝਦਾਰ ਹੋਈ ਫਿਰ। ਏਦਾਂ ਹੀ ਸਾਡੇ ਤੇ ਹੈ ਗੱਲ, ਸਾਡੇ ਬੰਦਿਆਂ ਤੇ ਵੀ ਏਦਾਂ ਹੀ। ਤਾਂ ਕਰਕੇ ਭਰਾਵੋ ਮੇਰਿਓ ਵੀਰੋ, ਬੰਦਾ ਅਨਪੜ੍ਹ ਹੋਵੇ ਚਾਹੇ ਪੜ੍ਹਿਆ ਹੋਵੇ, ਹਾਲਾਤਾਂ ਨੂੰ ਸਹੀ ਤਰੀਕੇ ਨਾਲ ਸਮਝ ਸਕੇ ਉਹਨੂੰ ਸਮਝਦਾਰ ਕਹਿੰਦੇ ਹੈ। ਤੁਹਾਡੇ ਚ ਜਿੰਨੇ ਬੰਦੇ ਜਿੰਨੀਆਂ ਭੈਣਾਂ ਅਨਪੜ੍ਹ ਨੇ ਭਾਵੇਂ ਚਾਹੇ ਪੜ੍ਹੇ ਨੇ, ਪਰ ਕਿਹੜੇ ਟਾਈਮ ਤੇ ਕਿਹੜਾ ਫੈਸਲਾ ਲੈਣਾ ਹੈ, ਸਮਝ ਜੇ ਹੈਗੀ ਹੈ ਸਮਝਦਾਰ। ਪੜ੍ਹੇ ਅਨਪੜ੍ਹੇ ਦਾ ਗੱਲ ਨਹੀਂ ਵੀ ਅਨਪੜ੍ਹ ਹੈ, ਕਈ ਅਨਪੜ੍ਹ ਵੀ ਬੇਸਮਝ ਹੁੰਦੇ ਹੈ, ਮਾਫ ਕਰਨਾ ਕਈ ਪੜ੍ਹੇ ਲਿਖੇ ਵੀ ਬੇਸਮਝ ਹੁੰਦੇ ਹੈ ਤੇ ਕਈ ਅਨਪੜ੍ਹ ਵੀ ਸਮਝਦਾਰ ਹੁੰਦੇ ਹੈ, ਹਾਲਾਤਾਂ ਨੂੰ ਬਹੁਤ ਵਧੀਆ ਸਮਝਦੇ ਹੁੰਦੇ ਹੈ, ਜ਼ਿੰਦਗੀ ਦੇ ਫੈਸਲੇ ਵਧੀਆ ਲੈ ਜਾਂਦੇ ਹੈ, ਡਿਸੀਜਨ ਵਧੀਆ ਲੈ ਜਾਂਦੇ ਹੈ। ਸਮਝਦਾਰ ਜਿਹੜਾ ਹਾਲਾਤਾਂ ਨੂੰ ਸਮਝ ਸਕਦਾ ਹੈ। ਤਾਂ ਹੀ ਤਾਂ ਕਹਿੰਦੇ ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਗੋਬਿੰਦ ਨੂੰ ਧਿਆਨ ਚ ਰੱਖਦਾ ਸਮਝਦਾ, ਜਿਹੜਾ ਉਹਦੇ ਕੁਦਰਤ ਦੇ ਨਿਯਮਾਂ ਨੂੰ ਸਮਝਦਾ, ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਹੈ ਜਿਹਨੂੰ ਸਮਝ ਹੈ। ਅਗਲਾ ਕਹਿੰਦਾ ਮੈਂ ਪੜ੍ਹਿਆ ਲਿਖਿਆ ਬਹੁਤ ਹਾਂ ਤੇ ਇਹ ਪਤਾ ਹੀ ਨਹੀਂ ਲੱਗਦਾ ਵੀ ਬੱਦਲ ਆ ਰਿਹਾ ਹੈ, ਆਹ ਕਣਕ ਅੰਦਰ ਰੱਖ ਲਓ, ਜੀਰੀ ਅੰਦਰ ਰੱਖ ਲਓ, ਆਹ ਖਰਾਬ ਹੋ ਜੂ ਬਾਹਰੇ, ਇਹ ਸਮਝ ਕੋਈ ਨਹੀਂ, ਇਹ ਅਨਪੜ੍ਹ ਨੂੰ ਸਮਝ ਹੈ। ਉਹ ਕਹਿੰਦਾ ਮੀਂਹ ਪੈ ਜੂ ਸਾਰਾ ਖਰਾਬ ਹੋ ਜਾਣਾ, ਇੱਕ ਨੇ ਅੰਦਰ ਸਾਂਭ ਕੇ ਰੱਖਤਾ, ਇੱਕ ਕਹੀ ਜਾਂਦਾ ਮੈਂ ਪੜ੍ਹਿਆ ਲਿਖਿਆ ਬਹੁਤ ਹਾਂ, ਤੈਨੂੰ ਸਮਝ ਨਹੀਂ ਲੱਗੀ ਮੀਂਹ ਪੈਣ ਲੱਗਿਆ, ਤੈਨੂੰ ਪਤਾ ਨਹੀਂ ਲੱਗਿਆ ਵੀ ਫਸਲ ਮਰੂ ਤੇਰੀ। ਇੱਕ ਸਮਝਦਾਰ ਹੈ, ਇੱਕ ਨਾ ਸਮਝ ਹੈ। ਹਾਲਾਤਾਂ ਨੂੰ ਜਿਹੜਾ ਸਮਝ ਗਿਆ, ਤੁਸੀਂ ਕਹੋਗੇ ਐਮ ਏ ਕਰੀ ਹੈ ਜੀ ਇਹਨੇ ਤੇ ਪੀ ਐਚ ਡੀ ਕਰੀ ਹੈ, ਇਹ ਸਾਰਾ ਕੁਝ ਭਿਉਂ ਕੇ ਬਹਿ ਗਿਆ ਤੇ ਇੱਕ ਅਨਪੜ੍ਹ ਸੀ ਉਹਨੇ ਪਹਿਲਾਂ ਹੀ ਸਾਰਾ ਕੁਝ ਸਮੇਟ ਕੇ ਅੰਦਰ ਰੱਖਤਾ, ਹੁਣ ਸਮਝਦਾਰ ਕਿਹਨੂੰ ਕਹੋਗੇ? ਬੋਲੋ, ਜਿਹਨੇ ਸਾਰਾ ਕੁਝ ਸਾਂਭ ਕੇ ਅੰਦਰ ਰੱਖ ਲਿਆ ਸਮਝਦਾਰ ਉਹ ਹੈ। ਅਗਲਾ ਕਹਿੰਦਾ ਪੀ ਐਚ ਡੀ ਕਰੀ ਫਿਰਦਾ, ਕਹਿੰਦਾ ਕਹਿੰਦਾ ਸਮਝ ਕਾਹਦੀ, ਤੇਰੀ ਪੀ ਐਚ ਡੀ ਸਿਰ ਤੇ ਚੱਕਣੀ ਹੈ, ਤੈਨੂੰ ਪਤਾ ਨਹੀਂ ਲੱਗਿਆ ਵੀ ਹਾਲਾਤ ਕੀ ਨੇ, ਮੀਂਹ ਪੈਣ ਲੱਗਿਆ ਤੈਨੂੰ ਸਮਝ ਨਹੀਂ ਸੀ, ਤਾਂ ਕਰਕੇ ਹੁਣ ਅਸੀਂ ਬਣਨਾ ਕੀ ਹੈ? ਸਮਝਦਾਰ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਅਸੀਂ ਸਮਝਣਾ, ਸਮਝਦਾਰ ਬੜਾ ਕੁਛ ਚੱਲਦਾ ਆ ਰਿਹਾ, ਜੋ ਜ਼ਮਾਨਾ ਅੱਜ ਹੈ, ਅੱਜ 20 ਸਾਲ ਪਹਿਲਾਂ ਇਹ ਜਿਹਾ ਤੇ 20 ਸਾਲ ਪਹਿਲਾਂ ਜਿਹੜਾ 40 ਸਾਲ ਜ਼ਮਾਨਾ ਪਹਿਲਾਂ ਸੀ ਉਹ ਹੁਣ ਨਹੀਂ, 20 ਸਾਲ ਪਹਿਲਾਂ ਨਹੀਂ ਸੀ, ਜਿਹੜਾ 60 ਸਾਲ ਪਹਿਲਾਂ ਸੀ ਉਹ 40 ਸਾਲ ਪਹਿਲਾਂ ਨਹੀਂ ਸੀ, ਜਿਹੜਾ 80 ਸਾਲ ਪਹਿਲਾਂ ਸੀ ਉਹ 60 ਸਾਲ ਪਹਿਲਾਂ ਨਹੀਂ ਸੀ, ਜਿਹੜਾ 100 ਸਾਲ ਪਹਿਲਾਂ ਸੀ ਉਹ 80 ਸਾਲ ਪਹਿਲਾਂ ਨਹੀਂ ਸੀ। ਮਤਲਬ ਇਹ ਸਾਰਾ ਕੁਝ ਬਦਲਦਾ ਰਹਿੰਦਾ, ਹਾਲਾਤ ਬਦਲਦੇ ਰਹਿੰਦੇ ਹੈ। ਸਾਹਿਬ ਮੇਰਾ ਨੀਤ ਨਵਾਂ, ਕੁਦਰਤ ਨਿਤ ਨਵੀਂ ਹੈ, ਕੁਦਰਤ ਵਿੱਚ ਨਵੇਂ ਤੋਂ ਨਵਾਂ ਕੁਛ ਪੈਦਾ ਹੋ ਹੀ ਜਾਣਾ, ਬੰਦੇ ਨਵੇਂ ਤੋਂ ਨਵੇਂ ਆਉਣਗੇ। ਆ ਹੁਣ ਵਾਲੇ ਵੇਖੋ ਬੱਚੇ ਕਿੰਨੇ ਤੇਜ਼ ਆ ਰਹੇ ਨੇ, ਜੰਮਦੇ ਹੀ ਕਿੰਨੇ ਤਿੱਖੇ ਨੇ, ਕਿੰਨੇ ਤੇਜ਼ ਨੇ ਬੱਚੇ, ਨਿਤ ਨਵੀਂ ਹੈ ਕੁਦਰਤ, ਪਹਿਲੀ ਵੀ ਕੁਦਰਤੀ ਹੈ ਤੇ ਅਗਲੀ ਵੀ ਕੁਦਰਤੀ ਹੈ, ਜਿਹੜੇ ਅੱਗੇ ਆਉਣਗੇ ਉਹ ਵੀ ਕੁਦਰਤੀ ਕੁਦਰਤ ਹੈ, ਇਹ ਫੈਲ ਰਹੀ ਹੈ, ਉਹ ਨਿਤ ਨਵਾਂ ਤੇ ਨਿਤ ਨਵੇਂ ਨੂੰ ਸਮਝਣ ਵਾਸਤੇ ਤੇਰੇ ਕੋਲ ਵੀ ਨਵੇਂ ਨਵੇਂ ਵਿਚਾਰ ਚਾਹੀਦੇ। ਉਹ ਬਾਹਲਾ ਤੇਜ਼ ਹੈ ਤੈਨੂੰ ਓਨਾ ਹੀ ਤੇਜ਼ ਹੋਣਾ ਪੈਣਾ, ਉਹ ਬਾਹਲਾ ਤਿੱਖਾ ਹੈ ਉਹਨੂੰ ਸਮਝਣ ਲਈ ਤੈਨੂੰ ਵੀ ਤਿੱਖਾ ਹੋਣਾ ਪੈਣਾ, ਦਿਮਾਗ ਓਨਾ ਹੀ ਤੇਜ਼ ਕਰਨਾ ਪੈਣਾ, ਨਹੀਂ ਤੇ ਪਿੱਛੇ ਰਹਿ ਜਾਏਗਾ, ਫਾਟੀ ਰਹਿ ਜਾਏਗਾ, ਹਾਰ ਜਾਏਗਾ, ਬੈਕ ਜਾਏਗਾ, ਤੈਨੂੰ ਤੇਜ਼ ਹੋਣਾ ਪੈਣਾ। ਪਰ ਸਾਡੀ ਸਿੱਖਾਂ ਦੀ ਪ੍ਰੋਬਲਮ ਹੈ ਅੱਜ ਇਹ ਕਿ ਸਾਨੂੰ ਆਉਣ ਵਾਲੇ ਬਾਰੇ ਵਿਚਾਰ ਕੀ ਕਰਨੀ ਹੈ ਇਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ, ਲੰਘ ਗਏ ਬਾਰੇ ਗੱਲ ਹੁੰਦੀ ਹੈ, ਪਿੱਛੇ ਜਿਹੜਾ ਬੀਤ ਗਿਆ ਉਹਦੀ ਗੱਲ ਹੁੰਦੀ ਹੈ। ਜੇ ਕਿਸੇ ਸਿਆਣੇ ਡਾਕਟਰ ਕੋਲ ਜਾਓ, ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ,
ਕਿਸੇ ਸਿਆਣੇ ਤੁਸੀਂ ਨਾ ਜਿਹੜੇ ਬੰਦੇ ਦਿਮਾਗ ਦੇ ਮਾਹਰ ਨੇ ਮਨੋ ਚਿਕਿਤਸਕ ਨੇ ਮਨੋਵਿਗਿਆਨੀ ਨੇ ਉਹਨਾਂ ਕੋਲ ਜਾਓ ਉਹਨਾਂ ਬੰਦਿਆਂ ਨੂੰ ਕਹੋ ਵੀ ਮੈਨੂੰ ਵਿਚਾਰ ਵਾਲੇ ਆਉਂਦੇ ਫੁਰਨੇ ਬਹੁਤ ਆਉਂਦੇ ਸਾਰਾ ਦਿਨ ਮੇਰਾ ਦਿਮਾਗ ਨਾ ਚੱਲੀ ਜਾਂਦਾ ਟਿਕਦਾ ਹੀ ਨਹੀਂ ਸੌਂਦਾ ਹੀ ਨਹੀਂ ਦਿਮਾਗ ਤੇ ਇਹਦਾ ਕਾਰਨ ਕੀ ਹੈ ਮੈਂ ਕਿਵੇਂ ਕਰਾਂ ਉਹ ਕਹਿੰਦੇ ਆ ਵੀ ਦੋ ਤਰ੍ਹਾਂ ਦੇ ਵਿਚਾਰ ਆਉਂਦੇ ਆ ਬੰਦੇ ਨੂੰ ਇੱਕ ਤੇ ਆਉਂਦੇ ਐ ਕਿ ਜੋ ਲੰਘ ਗਿਆ ਉਹਦੇ ਬਾਰੇ ਇੱਕ ਉਹ ਵਿਚਾਰ ਆਈ ਜਾਂਦੇ ਜਿਹੜਾ ਸਾਡਾ ਵਿਚਾਰਾਂ ਦਾ ਸੈਂਟਰ ਹੈ ਉਹ ਹੈ ਕਿ ਲੰਘ ਗਿਆ ਟਾਈਮ ਪਾਸਟ ਜਿਹੜਾ ਪਿੱਛੇ ਲੰਘ ਗਿਆ ਜਿਹਨੂੰ ਭੂਤਕਾਲ ਕਹਿੰਦੇ ਲੰਘ ਚੁੱਕਿਆ ਸਮਾਂ ਇੱਕ ਹੁੰਦਾ ਵਰਤਮਾਨ ਜਿਹੜਾ ਅੱਜ ਚੱਲ ਰਿਹਾ ਇੱਕ ਹੁੰਦਾ ਭਵਿੱਖ ਆਉਣ ਵਾਲਾ ਸਮਾਂ ਇੱਕ ਪਾਸਟ ਇੱਕ ਪ੍ਰੈਜੈਂਟ ਇੱਕ ਫਿਊਚਰ ਆਉਣ ਵਾਲਾ ਸਮਾਂ ਹੁਣ ਵਿਚਾਰ ਇੱਧਰ ਧਿਆਨ ਨਾਲ ਸੁਣਿਓ ਜੇ ਤੁਹਾਡੇ ਜਿਹੜੇ ਵਿਚਾਰ ਨੇ ਉਹਦੇ ਵਿੱਚ ਇਹ ਚੱਲਦਾ ਰਹਿੰਦਾ ਵੀ ਮੈਂ ਜੇ ਪੜ੍ਹ ਲੈਂਦਾ ਫਿਰ ਮੈਂ ਐ ਕਰਦਾ ਜੇ ਮੈਨੂੰ ਪੜ੍ਹਨ ਭੇਜ ਦਿੰਦੇ ਫਿਰ ਮੈਂ ਐ ਕਰਦਾ ਜੇ ਮੈਨੂੰ ਐ ਨਾ ਹੁੰਦਾ ਫਿਰ ਮੈਂ ਐ ਕਰਦਾ ਜੇ ਇੱਥੇ ਰਿਸ਼ਤਾ ਨਾ ਹੁੰਦਾ ਫਲਾਣੇ ਥਾਂ ਤੇ ਹੋ ਜਾਣਾ ਸੀ ਜੇ ਫਿਰ ਇਦਾਂ ਨਾ ਕਰਦੇ ਫਿਰ ਐ ਹੋ ਜਾਣਾ ਸੀ ਜੇ ਉਦੋਂ ਬਣਾ ਲੈਂਦੇ ਮੈਂ ਕੈਨੇਡਾ ਚਲੇ ਜਾਣਾ ਸੀ ਜੇ ਉਹਨੇ ਮੇਰੀ ਉਹਦੀ ਸਲਾਹ ਮੰਨ ਲੈਂਦਾ ਫਿਰ ਐ ਹੋ ਜਾਂਦਾ ਜਿਹੜੇ ਬੰਦੇ ਦੇ ਅੰਦਰ ਇਸ ਟਾਈਪ ਦੇ ਵਿਚਾਰ ਆਉਂਦੇ ਐ ਇਹ ਥੌਟ ਆਉਣੇ ਵਿਚਾਰ ਆਉਣੇ ਬੜੇ ਖਤਰਨਾਕ ਨੇ ਬੜੇ ਮਾੜੇ ਨੇ ਇਹ ਗਲਤ ਇਹ ਨਹੀਂ ਆਉਣੇ ਚਾਹੀਦੇ ਪਰ ਇੱਕ ਬੰਦੇ ਦਾ ਵਿਚਾਰ ਦਿਮਾਗ ਹੁੰਦਾ ਪੋਜੀਟਿਵ ਜਿਹੜਾ ਫਿਊਚਰ ਦੀ ਪਲੈਨਿੰਗ ਕਰਦਾ ਉਹ ਸੋਚਦਾ ਕੀ ਹੈ ਪਿੱਛੇ ਬਾਰੇ ਨਹੀਂ ਸੋਚਦਾ ਵੀ ਜੇ ਲੰਘ ਗਿਆ ਉਦੋਂ ਮੈਂ ਕੀ ਉਹ ਪਿੱਛੇ ਦਾ ਨਹੀਂ ਆਉਣ ਵਾਲੇ ਬਾਰੇ ਸੋਚਦਾ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਕਰਨਾ ਐਦਕੀ ਫਸਲਾਂ ਤਿੰਨ ਲੈ ਲਈਏ ਐਦਕੀ ਨਿਆਣਿਆਂ ਨੂੰ ਐਂ ਪੜਾਵਾ ਦੇ ਐਦਕੀ ਆੜਤੀਏ ਨਾਲ ਐਂ ਗੱਲ ਕਰਾਂਗੇ ਐਦਕੀ ਕਰਜ਼ਾ ਲਾਣ ਲਈ ਆਹ ਕੰਮ ਕਰੀਏ ਐਦਕੀ ਆਹ ਕੰਮ ਕਰਨਾ ਹੁਣ ਐਂ ਕਰੀਏ ਬਈ ਆਹ ਕੋਰਸ ਜਿਹਾ ਮਾੜਾ ਜਿਹਾ 6 ਮਹੀਨਿਆਂ ਦਾ ਕੋਰਸ ਕਰ ਲਈਏ ਫਿਰ ਕਰਜ਼ਾ ਲੱਥੂ ਕਰਜ਼ਾ ਬਹੁਤ ਚੜ ਗਿਆ ਫਲਾਣਾ ਕੋਰਸ ਕਰਾਂ ਜੇ ਇਹ ਕੋਰਸ ਤੇ 6 ਮਹੀਨੇ ਲਾਉਂ ਫਿਰ ਮੇਰਾ ਮਹੀਨਾ ਕਹਿੰਦੇ ਤੇ ਲੱਗੂ ਫਿਰ ਮੇਰੀ 20,000 ਇਨਕਮ ਹੋ ਜੂ ਚੱਲ 10,000 ਰੁਪਈਆ ਮਹੀਨੇ ਦਾ ਕਮਾਵਾਂਗੇ ਚੱਲ ਫਿਰ ਐਂ ਕਰੀਏ ਆਹ ਕੰਮ ਸਿੱਖ ਲਈਏ ਦੁੱਧ ਦਾ ਸਿੱਖ ਲਈਏ ਡੰਗਰਾਂ ਦਾ ਸਿੱਖ ਲਈਏ ਕੋਈ ਹੋਰ ਕੰਮ ਸਿੱਖ ਲਈਏ ਜਿਹੜੇ ਬੰਦੇ ਦਾ ਦਿਮਾਗ ਐਂ ਚੱਲਦਾ ਹੈ ਉਹ ਕਹਿੰਦੇ ਨੇ ਇਹ ਬਹੁਤ ਵਧੀਆ ਇੱਕ ਸੋਚਦਾ ਲੰਘੇ ਟਾਈਮ ਬਾਰੇ ਉਹ ਖਤਰਨਾਕ ਹੈ ਇੱਕ ਸੋਚਦਾ ਆਉਣ ਵਾਲੇ ਸਮੇਂ ਨੂੰ ਵਧੀਆ ਕਿਵੇਂ ਬਣਾਇਆ ਜਾਵੇ ਇੱਕ ਇਹ ਸੋਚਦਾ ਸਾਡਾ ਜਿਹੜਾ ਸਾਡੀ ਜਿਹੜੀ ਪ੍ਰੋਬਲਮ ਹੈ ਨਾ ਹੁਣ ਡਾਕਟਰ ਕਹਿੰਦਾ ਹੈ ਲੰਘੇ ਦੀਆਂ ਗੱਲਾਂ ਕਰਨ ਵਾਲਾ ਪਾਗਲ ਹੈ ਮਾੜਾ ਹੈ ਜਿਹੜਾ ਜਿੰਨੇ ਜ਼ਿਆਦਾ ਵਿਚਾਰ ਆ ਰਹੇ ਨੇ ਇਹਨਾਂ ਨੁਕਸਾਨ ਕਰਨਗੇ ਕਿਉਂਕਿ ਲੰਘੇ ਟਾਈਮ ਬਾਰੇ ਸੋਚਦਾ ਤੇ ਸਹੀ ਕੌਣ ਹੈ ਜੀ ਚੰਗਾ ਚੰਗੇ ਡਾਕਟਰ ਨੂੰ ਪੁੱਛਿਓ ਉਹ ਕਹੂਗਾ ਜਿਹੜਾ ਆਉਣ ਵਾਲੇ ਸਮੇਂ ਦੀ ਪਲੈਨਿੰਗ ਕਰ ਰਿਹਾ ਜਿਹਦਾ ਦਿਮਾਗ ਆਹ ਠੀਕ ਹੈ ਇਹਦੀ ਲੋੜ ਹੈ ਇਹ ਗੱਲ ਤੇ ਹੋ ਗਈ ਆਮ ਬੰਦੇ ਦੀ ਪਰ ਜੇ ਤੁਸੀਂ ਅੱਜ ਸਿੱਖਾਂ ਦੇ ਵਿੱਚ ਸਿੱਖਾਂ ਦੀਆਂ ਸਟੇਜਾਂ ਤੇ ਵੇਖੋਗੇ ਤੇ ਗੱਲ ਆਉਣ ਵਾਲੇ ਸਮੇਂ ਦੀ ਨਹੀਂ ਕੀਤੀ ਜਾ ਰਹੀ ਲੰਘ ਚੁੱਕੇ ਸਮੇਂ ਦੀ ਕੀਤੀ ਜਾ ਰਹੀ ਪਿੱਛੇ ਕੀ ਹੋਇਆ ਫਲਾਣਾ ਟਾਈਮ ਸੀ ਉਦੋਂ ਕੀ ਹੋਇਆ ਡੋਗਰੇ ਨਾ ਹੁੰਦੇ ਗਦਾਰ ਨਾ ਹੁੰਦੇ ਤੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਜਾਣਾ ਇਦਾਂ ਬਹਿ ਕੇ ਰੋਂਦੇ ਸਟੇਜ ਤੇ ਗੱਲ ਹੋ ਰਹੀ ਹੈ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਸੀ ਰਾਜ ਇਹ ਸੀ ਹੋਇਆ ਫਿਰ ਕੀ ਕਹਿੰਦੇ ਡੋਗਰੇ ਆ ਗਏ ਤੇ ਡੋਗਰਿਆਂ ਨੇ ਸਾਰਾ ਸੱਤਿਆ ਨਾਸ ਕਰਤਾ ਉਹਨਾਂ ਨੇ ਇਹ ਕਰਤਾ ਗਦਾਰ ਆ ਗਏ ਉਦੋਂ ਇਹ ਹੋਇਆ 100 ਸਾਲ ਪਹਿਲਾਂ ਐ ਹੋਇਆ 47 ਚ ਐ ਹੋਇਆ 84 ਚ ਐ ਹੋਇਆ ਇਹਦੇ ਬਾਰੇ ਬਹੁਤ ਗੱਲਾਂ ਹੁੰਦੀਆਂ ਪਰ ਆਉਣ ਵਾਲੇ ਸਮੇਂ 'ਚ ਕੀ ਕਰਨਾ ਇਹਦੇ ਬਾਰੇ ਗੱਲ ਨਹੀਂ ਹੁੰਦੀ ਆਉਣ ਵਾਲੇ ਸਮੇਂ 'ਚ ਕੀ ਕਰੀਏ ਹੁਣ ਇੱਕ ਡਾਕਟਰ ਵੀ ਕਹਿੰਦਾ ਲੰਘੇ ਸਮੇਂ ਦੀ ਗੱਲ ਜਿਹੜਾ ਕਰ ਰਿਹਾ ਜਿਹਦਾ ਦਿਮਾਗ ਵਾਰ-ਵਾਰ ਲੰਘੇ ਟਾਈਮ ਬਾਰੇ ਸੋਚਦਾ ਕਹਿੰਦੇ ਬਹੁਤ ਖਤਰਨਾਕ ਹੈ ਪਰ ਜਿਹੜਾ ਬੰਦਾ ਆਉਣ ਵਾਲੇ ਸਮੇਂ ਦੀ ਪਲੈਨਿੰਗ ਕਰਦਾ ਜਿਹਦਾ ਮਾਈਂਡ ਕਹਿੰਦੇ ਆਹ ਮਾਈਂਡ ਠੀਕ ਹੈ ਇਹ ਵਿਚਾਰ ਆਉਣੇ ਚਾਹੀਦੇ ਸੁੱਤੇ ਪਏ ਨੂੰ ਵੀ ਆਈ ਜਾਣ ਭਾਵੇਂ ਹਰ ਵੇਲੇ ਤੇਰਾ ਦਿਮਾਗ ਇਹੀ ਚੱਲੀ ਜਾਵੇ ਵੀ ਕੀ ਕਰਨਾ ਪਲੈਨਿੰਗ ਕਰੇ ਫਿਰ ਤੇ ਦਿਮਾਗ ਠੀਕ ਹੈ
पर जे लंगे बारे एवं सोची जाता है फिर गलत है। सानू भी अज अपने फिलोसोफर साडे प्रचारक साडा सिस्टम साडियां स्टेजां ते जदों गल हुंदी है लंघ चुके समय दी सानू उहदी लोड़ नहीं, सानू आउण वाले समय दी प्लानिंग करन दी लोड़। जिहड़ा टाइम आउणा है उहदे बारे की करिए, लंघण वाला ते लंघ गया। साढ़े प्रचारक कहणगे डोगरियां ने ऐ करिया, किड्डी बड़क नाल बंदा गल सुणाउंदा, पर जे कहो भी अज दे डोगरियां बारे मूंह खोल लै कहिंदे इहदे लई मेरे कोले बड़क नहीं। अज दे डोगरे थोड़े है, अज वालियां दी गल कर लै माड़ी जी दस का भला कहिंदे ना ना उहदे बारे कोई गल करन नूं तैयार नहीं। ऐ नहीं होना कदे भी प्रभु, सानू सारिआं नूं सोचना चाहीदा भी आउण वाले समें च असीं की करना। हालातां नूं समझो, ਉਹ ਤੇ ਬੋਰਿੰਗ ਹੁੰਦਾ ਹੈ ਜਿਹੜਾ ਤੁਸੀਂ ਇਦਾਂ ਹੀ ਸੋਚੀ ਜਾਣਾ ਵੀ ਐ ਹੋਇਆ ਸੀ ਫਿਰ ਉਦੋਂ ਐ ਹੋਇਆ ਸੀ ਫਿਰ ਐ ਹੋਇਆ ਸੀ। ਐ ਨਹੀਂ, ਮੈਂ ਕੀ ਕਰਨਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਹੋਣਗੇ ਹੁਣ ਅਸੀਂ ਕੀ ਕਰਨਾ, ਇਹਦੇ ਤੇ ਜ਼ਿਆਦਾ ਜ਼ੋਰ ਲੱਗਾ ਹੈ। ਇਦਾਂ ਹੀ ਨਹੀਂ ਬਹਿ ਕੇ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਹੋਣਗੇ ਤੇ ਇਕੱਠੇ ਕਰਕੇ ਇਹੀ ਕਹਿੰਦੇ ਹੋਣਗੇ ਵੀ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਬਿਠਾਇਆ ਸੀ, ਦੇਗ 'ਚ ਉਬਾਲਿਆ ਸੀ। ਠੀਕ ਹੈ, ਇਹ ਜਿਹੜਾ ਲੰਘ ਚੁੱਕਿਆ ਸਮਾਂ ਹੈ ਉਹਦੀ ਡਿਸਕਸ਼ਨ ਹੋਣੀ ਹੈ, ਪਰ ਉਹ ਹੋਣੀ ਹੈ 10%। 90% ਗੱਲ ਹੋਣੀ ਹੈ ਅਸੀਂ ਹੁਣ ਅੱਗੇ ਕੀ ਕਰਨਾ। ਲੰਘ ਗਿਆ ਟਾਈਮ ਇਦਾਂ ਦਾ ਸੀ, ਪਰ ਜ਼ਿਆਦਾ ਜਿਹੜੀ ਗੱਲ ਹੋਣੀ ਹੈ ਆਉਣ ਵਾਲੇ ਸਮੇਂ ਦੀ ਹੋਣੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ, ਕੀ ਹੋਣਾ ਚਾਹੀਦਾ। ਤੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੀ ਪਲੈਨਿੰਗ ਕੀਤੀ ਹੈ ਵੀ ਹੁਣ ਆਨੰਦਪੁਰ ਸਾਹਿਬ ਦਾ ਛੱਡਣਾ ਪੈਣਾ, ਹੁਣ ਆਉਣ ਵਾਲਾ ਸਮਾਂ ਕਿੱਦਾਂ ਦਾ ਆਉਣਾ। ਤਾਂ ਕਰਕੇ ਭਰਾਵੋ ਭੈਣੋ, ਸਮਝਦਾਰ ਉਹ ਹੈ ਜਿਹੜਾ ਹਾਲਾਤਾਂ ਨੂੰ ਸਮਝ ਸਕਦਾ ਹੈ, ਅਕਲ ਨਾਲ ਜ਼ਿੰਦਗੀ ਜਿਉਂਦਾ। ਤੇ ਜੇ ਤੁਸੀਂ ਵੇਖੋਗੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ, ਬੜੇ ਬੰਦੇ ਆ ਜਿਹੜੇ ਸਮਝ ਸਮਝ ਕੇ ਜ਼ਿੰਦਗੀ ਜਿਉਂਦੇ ਆ, ਅਕਲ ਨਾਲ ਜ਼ਿੰਦਗੀ ਜਿਉਂਦੇ ਆ, ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਆ। ਉਹ ਗੱਲਾਂ ਨੂੰ ਅਸੀਂ ਜੇ ਸਮਝਾਂਗੇ, ਸੋਚ ਕੇ ਵੇਖੋ 100 ਸਾਲ ਪਹਿਲਾਂ ਗੋਰਿਆਂ ਨੇ ਜੋ ਸਮਝ ਲਿਆ ਸੀ ਸਾਡੇ ਬੰਦਿਆਂ ਨੂੰ, ਅੱਜ ਉਹ ਸਮਝ ਆ ਰਹੀ ਹੈ। ਔਰਤ ਨੂੰ ਉਹਨਾਂ ਨੇ ਬਰਾਬਰ 100 ਸਾਲ ਪਹਿਲਾਂ ਕਰਤਾ ਸੀ, 100 ਸਾਲ ਪਹਿਲਾਂ ਔਰਤ ਬਰਾਬਰ ਹੈ। ਤੇ ਸਾਡੇ ਹੁਣ ਦਿਮਾਗ 'ਚ ਚੱਲਿਆ ਵੀ ਨਹੀਂ, ਲੜਕੀਆਂ ਵੀ ਪੜ੍ਹਾਉਣੀਆਂ ਨੇ ਆਪਾਂ, ਕੁੜੀਆਂ ਵੀ ਪੜ੍ਹਾਉਣੀਆਂ ਨੇ, ਧੀਆਂ ਵੀ ਬਰਾਬਰ ਹੀ ਹੋਣਗੀਆਂ। ਸਾਡੇ ਵਾਲਿਆਂ ਨੂੰ ਹੁਣ ਸਮਝ ਲੱਗੀ ਹੈ, ਪਰ ਸਾਡੇ ਗੁਰੂ ਸਾਹਿਬ ਕਿੰਨੇ 100 ਸਾਲ ਪਹਿਲਾਂ ਕਹਿ ਗਏ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾ। ਉਹ ਕਿੰਨੇ 100 ਸਾਲ ਪਹਿਲਾਂ ਐਡਵਾਂਸ ਗੱਲ ਕੀਤੀ ਸੀ, ਜਿਹਨਾਂ ਨੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਸੀ ਜਿਹਨਾਂ ਨੇ। ਤਾਂ ਕਰਕੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ, ਅੱਜ ਦੇ ਸਮੇਂ ਵਿੱਚ ਦੁਨੀਆ ਬਹੁਤ ਅੱਗੇ ਚਲੇਗੀ, ਤੇ ਹਾਲਾਤਾਂ ਨੂੰ ਸਮਝ ਕੇ ਵੇਖੀਏ ਵੀ ਕਿੱਧਰ ਨੂੰ ਜਾ ਰਿਹਾ ਸਾਰਾ ਕੁਛ। ਤਾਂ ਸਮਝਦਾਰ ਹਾਂ, ਤਾਂ ਅਕਲ ਵਾਲੇ ਹਾਂ, ਆਪਣਾ ਦਿਮਾਗ ਚਲਾਈਏ, ਸਿਚੁਏਸ਼ਨ ਕੀ ਹੈ, ਹਾਲਾਤ ਕੀ ਨੇ, ਉਹਨਾਂ ਨੂੰ ਸਮਝ ਕੇ ਫਿਰ ਜ਼ਿੰਦਗੀ ਜਿਉਂਦੀ। ਨਹੀਂ ਤੇ ਲੰਘਿਆ ਵੇਲਾ ਹੱਥ ਨਹੀਂ ਜੀ ਆਉਂਦਾ, ਮੁੜ ਕੇ ਬੰਦਾ ਪਛਤਾਉਂਦਾ, ਮੈਂ ਉਦੋਂ ਜੇ ਸਮਝ ਜਾਂਦਾ ਮੈਂ ਸਹੀ ਡਿਸੀਜਨ ਲੈ ਲੈਂਦਾ। ਹੁਣ ਜਿਨ੍ਹਾਂ ਦੀ ਬੇਟੀ 5 ਸਾਲ ਦੀ 5-5 ਪੜ੍ਹੀ ਹੈ, ਨਹੀਂ ਰਿਸ਼ਤਾ ਹੋ ਰਿਹਾ, ਅਗਲਾ ਹੁਣ ਪਛਤਾਉਂਦਾ ਮੈਂ ਕਿਉਂ ਨਹੀਂ ਸਮਝਿਆ, ਜ਼ਮਾਨਾ ਕਿਹੜਾ ਸੀ, ਮੈਂ ਕਿਉਂ ਨਹੀਂ ਸਮਝਿਆ। ਹਾਲਾਤਾਂ ਨੂੰ ਸਮਝ ਨਹੀਂ ਸਕੇ ਤੇ ਬਾਅਦ ਵਿੱਚ ਪਛਤਾਉਣਾ ਪੈਂਦਾ, ਤੇ ਲੰਘਿਆ ਵੇਲਾ ਥੋੜਾ ਹੱਥ ਆ ਜਾਣਾ ਭਾਈ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ। ਬੋਲੋ ਬੋਲੋ ਜੀ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ, ਫੜੋ ਫੜੋ ਉਹ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇੜਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ, ਮੁੜ ਕੇ ਹੱਥ ਆਉਣਾ ਨਹੀਂ
मुड़ के हाथ आना नहीं मुड़ के हाथ आना नहीं वारी लंघ आ पाके पोए ग्रह बहुर ना लग गए डार एक बारी जेड़ा वेला लंघ जांदा ना जेड़ा समा लंघ जांदा कबीर लूटना है तो लूट ले राम नाम है लूट फिर पाशे पछता होंगे जब प्राण जाएंगे लंघ गया वेला जो समा बीत गया फिर ते पछतावा ही रह जो ता करके पछतावा ओनू नहीं होना जिन्ने सही टाइम ते सही फैसला लिया हालातां नूं समझ के फैसला ते जेडे बंदे गलत डिसीजन ले लैंदे है फिर सारी जिंदगी पछताउंदे रहिंदे गलत डिसीजन नहीं लैणा बड़ा सोच के समझ के हुण कईआं ने धीआं विआहीआं उदों गलत फैसला ले लिया पुत व्याहे है कोई परख नहीं कीती कोई गौर नहीं कीती किसी दे मगर लग गया दिमाग ते पड़दा पै गया किसे यार बेली ने कहता करते यार मेरे आखे लग के करता हुण पछताउंदा क्यों क्योंकि गलत फैसला लिया हालात नहीं समझिया काल पै गई दिमाग ते पड़दा पै गया बस जेड़ा ये पड़दा पैना इहनूं ही माया कहिंदे इही नींद है बस बंदा सुत्ता ही है गलत डिसीजन ले लैंदा मुड़ के फिर पछताउंदा रहिंदा इहनूं गुरु साहिब कहिंदे भी जाग जाग सलोनड़ीओ सुत्या जाग बोले गुरबाणी राम बो बाणी बार बार तेनू जगाउंदी है भी अवेयर हो बड़ा जा सुत्ता सुत्ता ही ना डिसीजन ले लेंगे दे गलत फैसले ले लेगा वेख आ गुरबाणी किन्ना किन्नी सानू गुरु साहब अकल देंदे है समझ देंदे है आ जेड़ी मेरे वीरों नौजवानों जेड़े तुसी इस एज विच 20 साल दी एज विच भज भज नठ कर लैनी शरीर बना लेने ਇਹ ਕਿਤੇ 70 ਸਾਲ ਦੀ ਉਮਰ 'ਚ ਬਣ ਜਾਂਦੇ ਨੇ ਫਿਰ ਇਦਾਂ ਉਹ ਤੇ ਠੀਕ ਹੈ ਬੰਦਾ ਐਕਸਰਸਾਈਜ਼ ਕਰਕੇ ਆਪਣੇ ਆਪ ਨੂੰ ਠੀਕ ਰੱਖ ਸਕਦਾ ਫਿੱਟ ਰੱਖ ਸਕਦਾ 70 ਸਾਲ ਦਾ ਤੁਰ ਫਿਰ ਸਕਦਾ ਸੈਰ ਕਰ ਸਕਦਾ ਪਰ ਜਿਹੜੀ ਜਿਮ ਹੁਣ ਮੁੰਡਾ 20 ਸਾਲ ਦਾ ਕਰ ਸਕਦਾ 70 ਸਾਲ 'ਚ ਥੋੜਾ ਹੋ ਜਾਣੀ ਕਿਤੇ ਜਿਹੜੇ ਡਿਸੀਜਨ ਸਹੀ ਟਾਈਮ ਦੇ ਉੱਤੇ ਲੈਣੇ ਚਾਹੀਦੇ ਸੀ ਉਹ ਸਾਨੂੰ ਲੈਣੇ ਚਾਹੀਦੇ ਆ ਆਲੇ ਦੁਆਲੇ ਵੇਖੋ ਚੰਗਾ ਕੁਝ ਬਹੁਤ ਪਿਆ ਤੇ ਮਾਰਾ ਦਾ ਬਚਨ ਹੈ ਰੇ ਬੂੜੇ ਲਾਹੇ ਕੋ ਤੂੰ ਢੀਲਾ ਢੀਲਾ ਜਦੋਂ ਤੂੰ ਲਾਹਾ ਲੈਣਾ ਸੀ ਜਦੋਂ ਗੱਲ ਲਾਹੇ ਦੀ ਹੈ ਰੇ ਬੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗ ਧਾਇਆ ਕਹਿੰਦੇ ਬੇਗ ਕਹਿੰਦੇ ਆ ਛੇਤੀ ਪੁੱਠੇ ਸਿੱਧੇ ਕੰਮਾਂ ਵਿੱਚ ਕਹਿੰਦੇ ਬੜੀ ਛੇਤੀ ਤੁਰ ਪੈਂਦਾ ਚੰਗਿਆਈ ਆਲਕ ਕਰੇ ਬਰਿਆਈ ਹੋਏ ਛੇਰ ਮਾੜੇ ਕੰਮਾਂ ਨੂੰ ਛੇਰ ਬਣ ਜਾਵੇ ਸ਼ੇਰ ਬਣ ਜਾਂਦਾ ਕਹਿੰਦੇ ਬੰਦਾ ਪੁੱਠੇ ਕੰਮਾਂ ਤੁਸੀਂ ਕਈ ਵਾਰੀ ਨਾ ਯਾਰ ਬੇਲੀ ਜਿਵੇਂ ਹੁਣ ਤੁਸੀਂ ਇੱਥੇ ਚੱਲੀਏ ਦੁਆ ਦੇ ਹਾਂ ਚੱਲਦੇ ਆ ਬਹਿ ਜੀ ਓਏ ਚੱਲ ਬਹਿ ਜਾਂਦੇ ਆ ਬਾਹਰ ਹੀ ਤੁਰ ਲੈ ਯਾਰ ਇੱਥੇ ਬਾਹਰ ਸੁਣੀ ਹੋਈ ਜਾਂਦੀ ਆ ਆਪਾਂ ਨਾਲੇ ਫੋਨ ਫਾਨ ਬੰਦਾ ਦੇਖੀ ਜਾਂਦਾ ਨਾਲੇ ਗੱਲ ਦੁਆ ਦਵਾਉਣੀ ਜਾਂਦੀ ਓਏ ਆ ਜਾ ਯਾਰ ਬਹਿ ਜਾਂਦੇ ਆਪਾਂ ਚਲੋ ਫਿਰ ਬਹਿ ਜਾਂਦੇ ਆ ਇੱਥੇ ਤੇ ਐ ਜੇ ਹੈ ਵੀ ਲੱਤਾਂ ਦੀਆਂ ਕੜੀਸਦਾ ਬਹਿ ਗਿਆ ਨਹੀਂ ਬੈਠਾ ਨਾ ਬੈਠਾ ਬਾਹਰ ਬੈਠਾ ਰਿਹਾ ਬਾਹਰ ਬੈਠਾ ਰਿਹਾ ਅੰਦਰ ਆ ਗਿਆ ਅੰਦਰ ਆ ਗਿਆ ਐ ਜੇ ਹੈ ਪਰ ਜੇ ਹੁਣ ਸ਼ਾਮ ਜੇ ਨੂੰ ਜੇ ਵੀ ਚੱਲੀਏ ਉੱਥੇ ਓਏ ਓਏ ਚੱਲੀਏ ਓਏ ਉਹ ਪਟਿਆਲੇ ਚੱਲ ਕੇ ਆਉਂਦੇ ਹਾਂ ਨਾਲੇ ਆਪਾਂ ਥੋੜ੍ਹਾ ਜਿਹਾ ਖਾਵਾਂ ਪੀਵਾਂਗੇ ਨਾਲੇ ਮੂਵੀ ਆਈ ਹੈ ਨਵੀਂ ਉਦੋਂ ਵੇਖੋ ਫਿਰ ਅੱਛਾ ਚੱਲੀਏ ਐਂ ਹੋ ਜਾਂਦਾ ਬੰਦਾ ਇੱਕ ਐਕਸਾਈਟਡ ਹੋ ਜਾਂਦਾ ਐਕਸਾਈਟਮੈਂਟ ਹੁੰਦੀ ਹੈ ਇਕਦਮ ਹੈ ਜਿਵੇਂ ਖੂਨ ਜੇ ਚ ਆ ਗਿਆ ਹੁੰਦਾ ਕੋਈ ਜੋਸ਼ ਜਿਹਾ ਭਰ ਜਾਂਦਾ ਚੱਲੀਏ ਚੱਲੀਏ ਰਹਿ ਐ ਆਵਾਜ਼ ਹੀ ਬਦਲ ਜਾਂਦੀ ਹੈ ਸਰੀਰ ਦੇ ਵਿੱਚ ਪਤਾ ਨਹੀਂ ਕਿੱਥੋਂ ਐਨਰਜੀ ਆ ਜਾਂਦੀ ਹੈ ਉਹ ਯਾਰ ਮੋਟਰਸਾਈਕਲ ਤੇ ਜਾਣਾ ਪੈਣਾ ਕੋਈ ਗੱਲ ਨਹੀਂ ਉਹ ਠੰਡ ਬਹੁਤ ਠੰਡ ਦੀ ਕਿਹੜੀ ਗੱਲ ਹੈ ਠੰਡ ਕੀ ਕੀ ਕਹਿੰਦੀ ਠੰਡ ਆ ਕੱਪੜਾ ਕੋਟ ਇੱਕ ਹੋਰ ਪਾ ਲਓ ਬੰਦਾ ਭੱਜ ਲੈਂਦਾ ਬਸ ਜੋਸ਼ ਜਿਹਾ ਆ ਜਾਂਦਾ ਐਕਸਾਈਟਮੈਂਟ
ਕਈਆਂ ਦੀ ਇੱਥੇ ਵਿਰਲਿਆਂ ਵਿਰਲਿਆਂ ਦੀ ਐਕਸਾਈਟਮੈਂਟ ਹੁੰਦੀ ਹੈ ਵੀ ਅੱਜ ਦੀਵਾਨ ਆਉਣ ਚੱਲਾਂਗੇ ਐ ਐ ਐ ਜੇ ਹੁੰਦਾ ਹੀ ਨਹੀਂ ਪੁੱਠੇ ਕੰਮ ਨੂੰ ਇੱਥੇ ਤੁਸੀਂ ਬੈਠੇ ਨਾ ਇੱਥੇ ਹੀ ਪ੍ਰੋਗਰਾਮ ਬਣਾ ਕੇ ਵੇਖ ਲਿਓ ਵੀ ਇੱਥੇ ਦੀਵਾਨ ਸੁਣ ਲਿਆ ਹੁਣ ਅੱਜ ਆਪਾਂ ਪਟਿਆਲੇ ਚੱਲੀਏ ਓਏ ਉਦੋਂ ਹੀ ਵੇਖਿਓ ਜਿਵੇਂ ਬੰਦਾ ਮਿੰਟ 'ਚ ਹੀ ਹੋ ਜੀ ਤਿਆਰ ਐਕਸਾਈਟਮੈਂਟ ਬਣ ਜਾਂਦੀ ਹੈ ਦਿਮਾਗ 'ਚ ਇਹ ਗੱਲਾਂ ਬੜੀਆਂ ਨੇ ਜੋਸ਼ ਬਣਦਾ ਹੀ ਉਹਨਾਂ ਕੰਮਾਂ 'ਚ ਉਹ ਫਲਾਣਾ ਆਉਣਾ ਓਏ ਗਾਇਕ ਉੱਥੇ ਫਲਾਣੇ ਨੇ ਆਉਣਾ ਅੱਜ ਰਾਤ ਦਾ ਖਾੜਾ ਹੋਵੇ ਐ ਵੇਖਿਓ ਤੁਸੀਂ ਬੰਦੇ ਚ ਕਿਵੇਂ ਇੱਕ ਐਨਰਜੀ ਬਣ ਜਾਂਦੀ ਹੈ ਚੱਲੀਏ ਓਏ ਇੱਕਦਮ ਜੋਸ਼ ਜਿਹਾ ਪਰ ਚੱਲਦਾ ਹੀ ਦਿਮਾਗ ਇਹਦਾ ਇਸੇ ਕਰਕੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਮਾੜਾ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਂ ਨੂੰ ਆਲਸ ਪੜੋ 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 ਕਰੋ ਨਾ ਨਾ ਆਲਸ ਉਹ ਚੰਗੇ ਆਲਸ ਕਰੇ ਓਏ ਆਲਸ ਕਰਦੇ ਤੂੰ ਚੰਗਿਆ ਤੂੰ ਆਲਸ ਕਰਦੇ ਜੀ ਚੰਗਿਆ ਤੂੰ ਆਲਸ ਕਰਦਾ ਤੂੰ ਚੰਗਿਆਂ ਨੂੰ ਆਲਸ ਕਰਦਾ ਜੀ ਚੰਗਿਆਂ ਨੂੰ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਸ਼ੇਰ ਬਣ ਜਾਵੇ ਆਲਸ ਕਰਦਾ ਚੰਗਿਆਂ ਨੂੰ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਆਲਸ ਕਰਦਾ ਚੰਗਿਆ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਆਲਸ ਕਰਦਾ ਚੰਗਿਆ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਆਲਸ ਕਰਦਾ ਚੰਗਿਆ ਮਾੜੇ ਕੰਮਾਂ ਨੂੰ ਸ਼ੇਰ ਬਣ ਗੱਜ ਕੇ ਓਏ ਮਨਾ ਕੰਮਾਂ ਨੂੰ ਸ਼ੇਰ ਬਣ ਆਲਸ ਕਰਦਾ ਸ਼ੇਰ ਬਣ ਜਾਂਦਾ ਬੰਦਾ ਮਾੜੇ ਪਾਸੇ ਪੁੱਠੇ ਪਾਸੇ ਇੱਕਦਮ ਤਿਆਰ ਹੋ ਰਿਹਾ ਚੰਗੇ ਪਾਸੇ ਹੁਣ ਪੈਲਸਾਂ ਦੇ ਵਿੱਚ ਡੀਜੇ ਲੱਗੇ ਐ ਗਾਉਣ ਵਾਲੇ ਲੱਗੇ ਐ ਤੇ ਅਗਲੇ ਨੂੰ ਕਹੋ ਵੀ ਇੱਧਰ ਆਨੰਦ ਕਾਰਜ ਹੋ ਰਹੇ ਐ ਆਨੰਦ ਕਾਰਜ ਇੱਧਰ ਹੋ ਰਹੇ ਆ ਡੀਜੇ ਇੱਧਰ ਪੈਲਸ 'ਚ ਚੱਲਦਾ ਅਗਲਾ ਕਹਿੰਦਾ ਜਾਣਾ ਹੀ ਪੈਲਸ ਵਿੱਚ ਆ ਗੁਰਦੁਆਰੇ ਦੱਸ ਕਿਤੇ ਕੀ ਲੈਣ ਜਾਣਾ ਮੁੰਡੇ ਵਾਲੇ 5-7 ਜਾਣਗੇ ਕੁੜੀ ਵਾਲੇ 5-7 ਜਾਣਗੇ ਆਨੰਦ ਕਾਰਜਾਂ ਦੇ ਹੁੰਦਾ ਹੀ ਇੰਦਾ ਰੋਜ਼ ਹੀ ਵੇਖਦੇ ਹਾਂ ਅਸੀਂ 10 ਕੁ ਮੁੰਡੇ ਵਾਲੇ ਪਾਸਿਓਂ ਆ ਜਾਣਗੇ 10 ਕੁ ਕੁੜੀ ਵਾਲੇ ਪਾਸਿਓਂ ਆ ਜਾਣਗੇ 20 ਨਹੀਂ ਹੁੰਦੇ ਇਕੱਠੇ ਬਾਕੀ ਸਾਰੇ ਬਾਕੀ ਕਹਿੰਦੇ ਪੈਲਸ 'ਚ ਹੀ ਜਾਣਗੇ ਸੱਦੇ ਕਿੱਥੇ ਸੀ ਆਨੰਦ ਕਾਰਜਾਂ 'ਤੇ ਸੱਦਦਾ ਤਾਂ ਅਗਲਾ ਆਨੰਦ ਕਾਰਜਾਂ ਤੇ ਹੈ ਤੇ ਅਗਲਾ ਕਹਿੰਦਾ ਉੱਥੇ ਕੀ ਕਰਾਂਗੇ ਯਾਰ ਅਸੀਂ ਉੱਥੇ ਕੀ ਕਰਨਾ ਅਗਲਾ ਫਿਰ ਤੇ ਪੈਲਸ 'ਚ ਤੈਂ ਕੀ ਕਰਨਾ ਫਿਰ ਪੈਲਸ ਵਿੱਚ ਖਾਵਾਂ ਪੀਵਾਂਗੇ ਉੱਥੇ ਤੇ ਕੰਮ ਹੈ ਉੱਥੇ ਕੀ ਲੈਣਾ ਗੁਰਦੁਆਰੇ ਜਾ ਕੇ ਲੱਗਦਾ ਕਿਹਦਾ ਜੀ ਹੈ ਐਵੇਂ ਆਪਾਂ ਗੱਲਾਂ ਹੀ ਕਰਦੇ ਹਾਂ ਪਿਆਰ ਹੈ ਜੀ ਬਾਣੀ ਨਾਲ ਗੁਰੂ ਵੇਖਦੇ ਹਾਂ ਸਿੱਖਾਂ ਦਾ ਪਿਆਰ ਜਿੰਨਾ ਕੁ ਸਾਨੂੰ ਆਲੇ ਦੁਆਲੇ ਦਿਸਦਾ ਪਰ ਜੇ ਪਿਆਰ ਕਰੀਏ ਮੈਂ ਕਹਿੰਦਾ ਦਿਮਾਗ ਮਾੜਾ ਜਿਹਾ ਚੱਲੇ ਉਧਰੋਂ ਆਨੰਦ ਕਾਰਜ ਚੱਲ ਪੈਣ ਉਧਰੋਂ ਤੁਸੀਂ ਏਦਾਂ ਨਾ ਸੋਚਣੋ ਵਿਚਾਰ ਕਰੀ ਜਾਓ ਜਿਵੇਂ ਜਿਵੇਂ ਉਹ ਪਹਿਲੜੀ ਲਾਭ ਪ੍ਰਵਿਰਤੀ ਕਰਮ ਗਿਰੜਾਇਆ ਬਲਰਾਮ ਜੀ ਜਿਵੇਂ ਜਿਵੇਂ ਨਾ ਲਾਵਾਂ ਮੈਂ ਆਪਣੀ ਜ਼ਿੰਦਗੀ 'ਚ ਸੈਂਕੜੇ ਆਨੰਦ ਕਾਰਜਾਂ 'ਤੇ ਬੈਠਾ ਸਾਡੇ ਹੁਣ ਕਈ ਕਰਾਉਂਦੇ ਆ ਮੈਨੂੰ ਕਹਿਣਗੇ ਭਾਈ ਸਾਹਿਬ ਉੱਥੇ ਹੋਇਓ ਆਨੰਦ ਕਾਰਜਾਂ 'ਤੇ ਮਾੜਾ ਜਿਹਾ ਵਿੱਚ ਦੀ ਆ ਜਿਓ ਤੇ ਮੈਂ ਵੀ ਬਹਿ ਜਾਂਦਾ ਮਾਈਕ ਲੈ ਕੇ ਕਰਾਉਂਦੇ ਤੇ ਸਿੰਘ ਆਨੰਦ ਕਾਰਜ ਮੈਂ ਵੀ ਬੈਠਾ ਹੁੰਦਾ ਕਈ ਵਾਰੀ ਹੋਇਆ
ਤੇ ਜਦੋਂ ਜਦੋਂ ਆਨੰਦ ਕਾਰਜ ਹੋਏ ਆ ਮੈਂ ਹਰ ਵਾਰੀ ਜਦੋਂ ਲਾਵਾਂ ਦਾ ਪਾਠ ਮੈਂ ਸਮਝਦਾ ਤੇ ਹਰ ਵਾਰੀ ਕੁਝ ਨਵੀਂ ਸਮਝ ਆ ਜਾਂਦੀ ਹਰ ਵਾਰੀ ਕੋਈ ਨਾ ਕੋਈ ਪੰਕਤੀ ਕੋਈ ਨਾ ਕੋਈ ਸ਼ਬਦ ਉਹ ਹੁਕਮਨਾਮਾ ਇੱਕ ਤੇ ਜਦੋਂ ਪੱਲਾ ਫੜਾਉਣਾ ਉਦੋਂ ਹੁਕਮਨਾਮਾ ਲੈਂਦੇ ਤੇ ਇੱਕ ਹੁਕਮਨਾਮਾ ਸਮਾਪਤੀ ਤੇ ਲੈਣਾ ਹੁੰਦਾ ਦੋ ਸ਼ਬਦ ਤੇ ਇਹ ਹੋ ਜਾਂਦੇ ਨੇ ਹੁਕਮਨਾਮੇ ਆਉਂਦੇ ਆ ਫਿਰ ਜਦੋਂ ਧਿਆਨ ਦਿਓਗੇ ਤੁਸੀਂ ਤੇ ਟਿਕਾ ਕੇ ਬੈਠੇ ਰਹੋਗੇ ਵੀ ਸ਼ਬਦ ਵਿੱਚ ਕੀ ਮਤਲਬ ਨਿਕਲਿਆ ਇਹਦਾ ਅਰਥ ਕੀ ਬਣਿਆ ਇਹ ਸ਼ਬਦ ਦਾ ਕੀ ਅਰਥ ਬਣਿਆ ਲਾਵਾਂ ਦਾ ਪਾਠ ਜਦੋਂ ਤੁਸੀਂ ਚਾਰੇ ਲਾਵਾਂ ਸੁਣਦੇ ਆ ਉਹ ਇੱਕ ਹਰ ਵਾਰੀ ਨਵੇਂ ਤੋਂ ਨਵੀਂ ਸਮਝ ਆਉਂਦੀ ਹਰ ਵਾਰੀ ਦਿਮਾਗ ਚੱਲ ਜਾਂਦਾ ਇੰਨਾ ਚੰਗਾ ਲੱਗਦਾ ਅਗਲੇ ਦੇ ਆਨੰਦ ਕਾਰਜ ਉਹਨਾਂ ਦਾ ਪਤਾ ਨਹੀਂ ਸਾਸ ਨਹੀਂ ਵਸਣਾ ਕਿ ਨਹੀਂ ਵਸਣਾ ਪਤਾ ਨਹੀਂ ਪਰ ਸਾਡਾ ਸਾਨੂੰ ਆਨੰਦ ਆ ਜਾਂਦਾ ਵੀ ਆਨੰਦ ਕਾਰਜਾਂ ਤੇ ਬੈਠੇ ਹਾਂ ਚੰਗਾ ਲੱਗਦਾ ਨਵੇਂ ਚਲੋ ਇੱਕ ਘੰਟਾ ਬੈਠੇ ਆ ਸ਼ਬਦ ਸੁਣਾਂਗੇ ਕੀਰਤਨ ਸੁਣਾਂਗੇ ਰਸ ਆਉਂਦਾ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਮੌਕਾ ਖੁਜਾਇਆ ਨਾ ਕਰੋ ਸਤਸੰਗ ਵੰਡਣਾ ਚਾਹੀਦਾ ਹਰ ਆਨੰਦ ਕਾਰਜ ਹਰੇਕ ਭੋਗ ਦੁੱਖ ਸੁੱਖ ਦੇ ਵਿੱਚ ਤੁਸੀਂ ਨਾ ਆਪਣਾ ਲਾਹਾ ਮੇਰਾ ਰਿਸ਼ਤਾ ਗੁਰੂ ਨਾਲ ਬਹਾਨੇ ਨਾਲ ਮੈਂ ਬਹਿ ਤੇ ਗਿਆ ਨਾ ਗੁਰਦੁਆਰੇ ਉਦਾਂ ਕੰਮੇ ਲੱਗਾ ਹੋਣਾ ਸੀ ਆ ਗਏ ਭੋਗ ਤੇ ਚੱਲ ਫਿਰ ਹੁਣ ਘੰਟਾ ਡੇਢ ਘੰਟਾ ਐ ਬੈਠੀਏ ਟਿਕ ਕੇ ਸੁਣੀ ਹੁਣ ਮੌਕਾ ਬਣ ਗਿਆ ਤੇ ਘੰਟਾ ਆਨੰਦ ਕਾਰਜਾਂ ਦੇ ਉੱਤੇ ਐ ਆਨੰਦ ਲਈਏ ਇਦਾਂ ਇੱਕ ਪਿਆਰ ਹੋਣਾ ਚਾਹੀਦਾ ਇੰਟਰਸਟ ਹੋਵੇ ਸ਼ੌਂਕ ਹੋਵੇ ਦੂਜੇ ਪਾਸੇ ਬਥੇਰਾ ਸ਼ੌਂਕ ਹੈ ਲਓ ਆਪਾਂ ਸ਼ਬਦ ਸੁਣੋ ਲਾਹੇ ਕੋ ਤੂੰ ਢੀਲਾ ਢੀਲਾ ਰੇ ਮੂੜੇ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਭੇਗ ਧਾਇਆ ਕਹਿੰਦੇ ਪੁੱਠੇ ਪਾਸੇ ਤੁਰਨ ਲਈ ਭੱਜਿਆ ਹੀ ਜਾਂਦਾ ਬੇਗ ਕਹਿੰਦੇ ਆ ਛੇਤੀ ਜਿਵੇਂ ਆ ਭਗਤ ਰਵਿਦਾਸ ਜੀ ਦਾ ਸ਼ਬਦ ਨਾ ਬੇਗ ਮਿਲੋ ਜਨ ਕਰਨਾ ਬਿਲੰਭਾ ਬਿਲੰਭ ਕਹਿੰਦੇ ਆ ਦੇਰ ਲਾਉਣੀ ਬਿਲੰਭ ਕਰਨਾ ਦੇਰ ਲਾਉਣੀ ਤੇ ਬੇਗ ਕਹਿੰਦੇ ਆ ਛੇਤੀ ਤੇ ਲਾਹੇ ਵਾਲੇ ਪਾਸੇ ਢਿੱਲਾ 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 ਹੁੰਦਾ ਤੁਰਦਾ ਵੀ ਢਿੱਲਾ ਢਿੱਲਾ ਹੀ ਹੈ ਜਾਣ ਨੂੰ ਮਨ ਹੀ ਨਹੀਂ ਕਰਦਾ ਤੇ ਦੂਜੇ ਪਾਸੇ ਜਾਣ ਨੂੰ ਚਾਹ ਚੜ ਜਾਂਦਾ ਵੀ ਵਾਹ ਬਈ ਵਾਹ ਦਿਮਾਗ ਚੱਲਦਾ ਹੀ ਏਦਾਂ ਇਹ ਕੰਮ ਹੀ ਏਦਾਂ ਕਰਦਾ ਸਿਸਟਮ ਹੀ ਏਦਾਂ ਦਾ ਹਾਂਜੀ ਅੱਗੇ ਸੋਚ ਸਸ ਨੂੰ ਅੱਖਰ ਤੂੰ ਕਿੰਨੇ ਆਹੀ ਪਾਪੀ ਬਾਦਾਰੇ ਨਾਇਆ ਦੁਬਾਰਾ ਪੜੋ ਬੰਦ ਸੱਸ ਤੋਂ ਵੱਖਰ ਤੂੰ ਕਿੰਨੇ ਨਾਹੀ ਪਾਪੀ ਬਾਦਾਰੇ ਨਾਇਆ ਕਹਿੰਦੇ ਪੁੱਠੇ ਕੰਮਾਂ ਵਿੱਚ ਐਸੇ ਵੱਜੇ ਆ ਸਸਤਾ ਸੌਦਾ ਉਹ ਖਰੀਦਦੇ ਨਹੀਂ ਸਸਤਾ ਸੌਦਾ ਮਿਲਦਾ ਸਸਤਾ ਹੈ ਤੇ ਮਹਿੰਗਾ ਹੀ ਹੈ ਸਸਤਾ ਹੀ ਮਿਲਦਾ ਹੁਣ ਆਪਾਂ ਇੱਥੇ ਬਾਣੀ ਦੇ ਸ਼ਬਦ 10 ਪੜੋ 15 ਪੜੋ ਕੀ ਮੁੱਲ ਦਿੱਤਾ ਯਾਰ ਅਗਲਿਆਂ ਨੇ ਰੋਟੀ ਦਾ ਵੀ ਪ੍ਰਬੰਧ ਕੀਤਾ ਪਿਆ ਆਉਂਦਿਆਂ ਨੂੰ ਪ੍ਰਸ਼ਾਦਾ ਸੀ ਜਾਂਦਿਆਂ ਨੂੰ ਫੇਰ ਪ੍ਰਸ਼ਾਦਾ ਜੇ ਪ੍ਰਸ਼ਾਦਾ ਨਹੀਂ ਤੇ ਚਾਹ ਪੀ ਕੇ ਜਾਇਓ ਜੁੱਤੇ ਅਗਲਿਆਂ ਨੇ ਜੋੜੇ ਜਮ੍ਹਾਂ ਕਰੇ ਆ ਪੈਰਾਂ 'ਚ ਪਾਈਆਂ ਜੁੱਤੀਆਂ ਨੂੰ ਅਗਲਾ ਜੋੜੇ ਕਹਿ ਕੇ ਹੱਥਾਂ 'ਤੇ ਚੱਕਦਾ ਪਤਾ ਨਹੀਂ ਘਰ ਵਾਲੀ ਨੇ ਕਦੇ ਚੱਕੇ ਨੇ ਕਿ ਨਹੀਂ ਚੱਕੇ ਤੇਰੇ ਨਿਆਣਿਆਂ ਨੇ ਕਦੇ ਚੱਕੇ ਨੇ ਕਿ ਨਹੀਂ ਚੱਕੇ ਅਗਲੇ ਹੱਥਾਂ 'ਤੇ ਐ ਐ ਚੱਕਦੇ ਆ ਹੱਥਾਂ 'ਤੇ ਵੀ ਲਿਆਓ ਜੀ ਹੱਥਾਂ 'ਤੇ ਐਂ ਚੱਕਦੇ ਆ ਇਹਨਾਂ ਮੰਡੀਆਂ ਦੇ ਵਿੱਚ ਫਸਲਾਂ ਵੇਚਣ ਵਾਸਤੇ ਆਉਂਦੇ ਆ ਕਿਹੜਾ ਮੈਟ ਵਿਛਾ ਕੇ ਬੈਠਾ ਹੁੰਦਾ ਉੱਤੇ ਬਹਿ ਜਾਂਦਾ ਉਹਦੇ ਬੋਰੀਆਂ ਤੇ ਬਹਿਣਾ ਪੈਂਦਾ ਉੱਤੇ ਚੜ੍ਹ ਕੇ ਬੰਦਾ ਉਹ ਢੇਰ ਲੱਗੇ ਹੁੰਦੇ ਆ ਉੱਥੇ ਹੀ ਬਹਿ ਬੂ ਜਾਂਦਾ ਕਿਹੜਾ ਕੁਰਸੀ ਡਾਹ ਕੇ ਬੈਠਾ ਇੱਥੇ ਅਗਲਿਆਂ ਮੈਟ ਵਿਛਾ ਕੇ ਬੈਠੇ ਆ ਵੀ ਇੱਥੇ ਬੈਠੋ ਜੀ ਜੀ ਆਇਆਂ ਨੂੰ ਕਹਿੰਦੇ ਆ ਇੱਥੇ ਮੈਂ ਪਹਿਲਾਂ ਕਹੋ ਵੀ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਮੁੜ ਕੇ ਜਿਹੜੇ ਬੋਲਣਗੇ ਸੈਕਟਰੀ ਬੋਲੂ ਉਹ ਕਹੂ ਜੀ ਆਇਆਂ ਨੂੰ ਧੰਨਵਾਦ ਅਰਦਾਸ ਅਗਲਾ ਕਹਿੰਦਾ ਇਹਨਾਂ ਦੇ ਦੁੱਖ ਸੁੱਖ ਮਹਾਰਾਜ ਸੁੱਖ ਰੱਖੋ ਜੀ ਇਹਨਾਂ ਨੂੰ ਖੁਸ਼ੀਆਂ ਇਹ ਵੀ ਹੋਣਾ ਇਹ ਵੀ ਹੋਣਾ ਤੇ ਪ੍ਰਸ਼ਾਦਾ ਆਉਂਦਿਆਂ ਨੂੰ ਹੈ ਜਾਂਦਿਆਂ ਨੂੰ ਫੇਰ ਚਾਹ ਪੀ ਜਾਓ ਜਾਂ ਰੋਟੀ ਖਾ ਜਾਓ ਤੇ ਕਈ ਤੇ ਵਿਚਾਰੇ ਟਰਾਲੀਆਂ ਤੇ ਲੈ ਕੇ ਵੀ ਆਏ ਆ ਵੀ ਲੈ ਕੇ ਵੀ ਜਾਂਦੇ ਆ ਛੱਡ ਕੇ ਮਰੀਜ਼ ਨੂੰ ਨਹੀਂ ਛੱਡਣ ਵੀ ਜਾਵਾਂਗੇ ਲੈਣ ਬਾਹਲੇ ਮਰੀਜ਼ ਆ ਅਸੀਂ ਰੋਟੀ ਵੀ ਖਾਊ ਭਾਈ ਤੇ ਸ਼ਬਦ ਵੀ 10 12 15 ਮੇਰੇ ਕੋਲੇ 10 ਗੇੜੇ ਲਾ ਕੇ ਦੀਵਾਨ ਲੈ ਕੇ ਆਉਂਦੇ ਆ ਵੀ ਐਦ ਕੀ ਫੇਰ ਪ੍ਰੋਗਰਾਮ ਰੱਖੋ ਜੀ ਪਿੰਡ ਪਿੰਡ ਇਸ਼ਤਿਹਾਰ ਲਾ ਕੇ ਆਏ ਹੋਣਗੇ ਤੇ ਫੇਰ ਇੱਥੇ ਇੱਥੇ ਬੰਦਾ ਲਾਹੇ ਕੋ ਤੂੰ ਢੀਲਾ ਢੀਲਾ ਇੱਥੇ ਬੰਦਾ ਢਿੱਲਾ ਹੀ ਆ ਤੇ ਜਿੱਥੇ
ਧੂੜ ਧੁੱਪ ਤੱਕੇ ਨਾ ਕੁਝ ਸੁਣਨ ਨੂੰ ਨਾ ਸਮਝਣ ਨੂੰ ਉੱਥੇ ਉਹ ਗੀਤ 50 ਵਾਰੀ ਸੁਣਿਆ ਹੁੰਦਾ ਕਈ ਵਾਰੀ ਗਾਉਣ ਵਾਲੇ ਦਾ ਘਰੇ ਬਹਿ ਕੇ ਪਰ ਉੱਥੇ ਜਾ ਕੇ ਫਿਰ ਬੰਦਾ ਵਿੱਚ ਦੀ ਘੁਸੜ ਘੁਸੜ ਕੇ ਵੜਦਾ ਮੁੱਲ ਲੈ ਕੇ ਖਾਊ ਸਾਰਾ ਬਾਹਰੋਂ ਬਾਹਰੋਂ ਮੁੱਲ ਲੈ ਕੇ ਖਾਂਦਾ ਉੱਥੇ ਜੀ ਲੱਗਦਾ ਉੱਥੇ ਚੰਗਾ ਲੱਗਦਾ ਤੇ ਜੇ ਕਹੋ ਵੀ ਏਦਾਂ ਇਹ ਤੇ ਵਿਰਲਾ ਹੀ ਹੁੰਦਾ ਕੋਈ ਸਸਤਾ ਸੌਦਾ ਕਹਿੰਦੇ ਐ ਉਹ ਕੋਈ ਮੁੱਲ ਥੋੜਾ ਮਿਲਿਆ ਇੱਥੇ 10 ਰੁਪਈਏ ਰੱਖੇ ਸਾਰੇ ਦੇ 10 ਵੀ ਨਹੀਂ ਰੱਖਦੇ ਰੁਪਈਏ ਵਾਲੇ ਵੀ ਹੈਗੇ ਆ ਖਾਲੀ ਹੱਥੀ ਅਗਲਾ ਕਹਿੰਦਾ ਚੱਲ ਬਾਹਰੋਂ ਡਬਲ ਰੋਟੀ ਖਾਂਦੇ ਆ ਜਦੋਂ ਉੱਥੇ ਕੁਲਚਾ ਖਾਵਾਂਗੇ 10 ਹੀ ਰੁਪਈਏ ਨੇ ਜੇਬ 'ਚ ਅਗਲਾ ਕੁਲਚਾ ਲੈ ਲੈਂਦਾ ਇੱਥੇ ਵੀ 10 ਵੀ ਨਹੀਂ ਕਹੀ ਤੇ ਟੇਕਦੇ ਅਗਲਾ ਕਹਿੰਦਾ ਅਸੀਂ ਠੀਕ ਆ ਬਾਬਾ ਸੁੱਖ ਰੱਖੀ ਅੱਜ ਖਾਲੀ ਹੋਈ ਹੈ ਝੋਲੀ ਭਰਦੇ ਮੇਰੀ ਝੋਲੀ ਭਰਦੇ ਮੈਂ ਖਾਲੀ ਹੱਥੀ ਆਇਆ ਹੁਣ ਕਈ ਬੰਦੇ ਦਿਮਾਗ 'ਚ ਸੋਚਦੇ ਅਗਲਾ ਕਹਿੰਦਾ ਯਾਰ ਐਡਾ ਪ੍ਰਬੰਧ ਕਰਿਆ ਹੋਊ ਵੀ 50 ਰੁਪਈਏ ਤੇ ਪਾਓ ਨਾ ਗੋਲਕ 'ਚ ਹੋਰ ਨੀ ਕੁਛ ਖਾ ਕੇ ਚੱਲੇ ਆ 50 ਤੇ ਪਾ ਦੋ ਆਪਣਾ ਹਿੱਸਾ ਹੀ ਪਾ ਦੋ ਕੋਈ ਪਰਚੀ ਪੁਰਚੀ ਕਟਾ ਜੇ ਬੰਦਾ ਅਗਲਾ ਆਪਣਾ ਪਰਤ ਕਰ ਲੈਂਦਾ ਹੁਣ ਧਿਆਨ ਨਾਲ ਇਹ ਗੱਲ ਨੂੰ ਸਮਝਿਓ ਬਈ ਜਿਹੜਾ ਕੱਖ ਨਹੀਂ ਮਿਲ ਦੇਣਾ ਕੱਖ ਨਹੀਂ ਮਿਲਣਾ ਕਿੰਨਾ ਕੁਝ ਹੁੰਦਾ ਇੱਕ ਐਨਰਜੀ ਭਰੀ ਜਾਂਦੀ ਹੈ ਸਪਿਰਿਟ ਭਰਿਆ ਜਾਂਦਾ ਦਿਮਾਗ ਚੱਲ ਪੈਂਦਾ ਕੰਮਾਂ 'ਚ ਜੀ ਲੱਗਦਾ ਮੁੜ ਕੇ ਕੰਮ ਚੰਗੇ ਲੰਗੇ ਲੱਗਦੇ ਹੈ ਬੱਚਿਆਂ ਨੂੰ ਪੜ੍ਹਾਈਏ ਕੰਮ ਕਰੀਏ ਮਿਹਨਤ ਕਰੀਏ ਸਾਰੇ ਪਾਸੇ ਫਿਰ ਜੀ ਲੱਗਦਾ ਖਿੜਿਆ ਖਿੜਿਆ ਰਹਿੰਦਾ ਬੰਦਾ ਕਈਆਂ ਦੇ ਤੇ ਇਹੋ ਜਿਹੇ ਦੀਵਾਨਾਂ ਨੇ ਘਰਾਂ 'ਚੋਂ ਸ਼ਰਾਬਾਂ ਹੀ ਕੱਢਤੀਆਂ ਕਿੰਨਾ ਤੇਰਾ ਲੱਖਾਂ ਰੁਪਈਆ ਰੁੜ ਜਾਣਾ ਸੀ ਤੇ ਕਈ ਇਹੋ ਜਿਹੇ ਜੁੜੇ ਆ ਮੁੜ ਕੇ ਵਿਆਹ ਕੀਤੇ ਵਿਆਹ ਤੇ ਇੱਕ ਬੋਤਲ ਨਹੀਂ ਦਿੱਤੀ ਕਹਿੰਦੇ ਅਸੀਂ ਤੇ ਭਾਈ ਨਾਲ ਦੇਣੀ ਸ਼ਰਾਬ ਨਾਲ ਲੈਣੀ ਘਰੋਂ ਸਾਰੇ ਨਸ਼ੇ ਨਿਕਲ ਗਏ ਕਿੱਡਾ ਫਾਇਦਾ ਇੰਨਾ ਲਾਹਾ ਇੰਨਾ ਕੁਝ ਮਿਲਦਾ ਆ ਪਰ ਸਸਤਾ ਕਿੰਨਾ ਹੈ ਖਰਚਾ ਕੀ ਆਇਆ ਤੇਰਾ ਸੌਦਾ ਸਸਤਾ ਨਹੀਂ ਮਿਲਦਾ ਸਸਤਾ ਘਰਾਂ ਦੇ ਘਰ ਸੁਧਰ ਜਾਂਦੇ ਆ ਜ਼ਿੰਦਗੀ ਬਦਲ ਜਾਂਦੀ ਸੋਚ ਬਦਲ ਜਾਂਦੀ ਕਰੋੜਾਂ ਰੁਪਇਆ ਲੱਖਾਂ ਰੁਪਇਆ ਬਚ ਜਾਂਦਾ ਹੈ ਨਹੀਂ ਸੌਦਾ ਸਸਤਾ ਮਿਲਦਾ ਸਸਤਾ ਹੀ ਹੈ ਮਿਲ ਸਸਤਾ ਹੀ ਜਾਂਦਾ ਅਗਲਾ ਟੱਬਰ ਲੈ ਕੇ ਆਇਆ ਬੰਦਾ ਰੱਜ ਕੇ ਪੀਂਦਾ ਸੀ ਐ ਬਹਿ ਗਿਆ ਆ ਕੇ ਲੈ ਯਾਰ ਆ ਸਿੱਟੋ ਯਾਰ ਭਰੇ ਆਪਾਂ ਨਹੀਂ ਪੀਂਦੇ ਲੈ ਘਰ ਸਵਰਗ ਬਣ ਗਿਆ ਐਡਾ ਸਸਤਾ ਸਵਰਗ ਬਣ ਗਿਆ ਜ਼ਿੰਦਗੀ ਪੁੱਛ ਲਓ ਬੀਬੀ ਨੂੰ ਜਿਹਦਾ ਘਰ ਵਾਲੇ ਛੱਡ ਦਿੱਤੀ ਉਹਨਾਂ ਬੱਚਿਆਂ ਨੂੰ ਪੁੱਛ ਲਓ ਜਿਨ੍ਹਾਂ ਦੇ ਪਿਓ ਨੇ ਛੱਡ ਦਿੱਤੀ ਉਹਨਾਂ ਦੀ ਭੈਣਾਂ ਨੂੰ ਪੁੱਛ ਲਓ ਜਿਨ੍ਹਾਂ ਦਾ ਭਰਾ ਛੱਡ ਗਿਆ ਰੋਜ਼ ਡਿੱਗਦਾ ਸੀ ਰੋਜ਼ ਗਾਲਾਂ ਕੱਢਦਾ ਸੀ ਘਰੇ ਕਲੇਸ਼ ਕਰਦਾ ਸੀ ਝਗੜਾ ਕਰਦਾ ਸੀ ਕੰਮ ਤੇ ਜੀ ਨਹੀਂ ਸੀ ਲੱਗਦਾ ਕੰਮ ਕਰਨ ਨੂੰ ਮਨ ਨਹੀਂ ਸੀ ਕਰਦਾ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਕਹਿੰਦੇ ਸਾਡਾ ਤੇ ਸਵਰਗ ਬਣ ਗਿਆ ਇੰਨਾ ਸਸਤਾ ਰੁਪਈਏ 10 ਨਹੀਂ ਲੱਗੇ ਤੇ ਜ਼ਿੰਦਗੀ ਬਦਲ ਗਈ ਮੈਂ ਕਹਿਣਾ ਇਹ ਚਾਹੁੰਦਾ ਸੌਦਾ ਮਿਲਦਾ ਸਸਤਾ ਹੈ ਸਸਤਾ ਸੌਦਾ ਹੈ ਨਹੀਂ ਹੈ ਬਹੁਤ ਮਹਿੰਗਾ ਮਹਿੰਗਾ ਬਹੁਤ ਹੈ ਮਿਲ ਸਸਤਾ ਹੀ ਜਾਂਦਾ ਇਹੀ ਮਿਲ ਜਾਂਦਾ ਗੁਰਬਾਣੀ ਦਾ ਗਿਆਨ ਹੈ ਜਿਹੜਾ ਸਮਝ ਇਹ ਤੇ ਫ੍ਰੀ ਵੰਡੀ ਜਾਂਦੀ ਹੈ ਫ੍ਰੀ ਹੈ ਫ੍ਰੀ ਪਰ ਹੁਣ ਕਰੇ ਬੰਦਾ ਕੀ ਸ਼ਰਾਬ ਨਾ ਪੀਓ ਇਹ ਤੇ ਸਾਰੇ ਗੁਰਦੁਆਰੇ ਕਹਿੰਦੇ ਆ ਤੇ ਪੀਆ ਕਰੋ ਇਹ ਕਿੱਥੇ ਸਕੂਲ ਹੈ ਵੀ ਦੱਸੋ ਬੋਲੋ ਕਿਤੇ ਦੱਸਿਆ ਵੀ ਪੀ ਪੀ ਪੀਆ ਕਰੋ ਕਿਵੇਂ ਪੀਣੀ ਹੈ ਦੱਸਦਾ ਕੋਈ ਇਹ ਆਪੇ ਹੀ ਸਿੱਖ ਜਾਂਦੇ ਆ ਆਖੋ ਸਤਨਾਮ ਵਾਹਿਗੁਰੂ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਣਾ ਇਹ ਤੇ ਸਾਰੇ ਸਿਖਾਉਂਦੇ ਆ ਵੇਖਣਾ ਕਿਵੇਂ ਹੈ ਇਹ ਸਿਖਾਇਆ ਕਿਤੇ ਆਪੇ ਸਿੱਖ ਗਏ ਬਸ ਸਿੱਧੀ ਜੀ ਗੱਲ ਹੈ ਝੋਨਾ ਤੇ ਲਾਈਦਾ ਹੈ ਨਦੀਨ ਆਪੇ ਉੱਗ ਪੈਂਦਾ ਆਖੋ ਸਤਨਾਮ ਵਾਹਿਗੁਰੂ ਨਦੀਨ ਦੇ ਆਪੇ ਹੀ ਉੱਗਦਾ ਉਹ ਥੋੜਾ ਲਾਇਆ ਹੁੰਦਾ ਝੋਨਾ ਤੇ ਲਾਉਂਦੇ ਐ ਨਦੀਨ ਆਪੇ ਉੱਗਦਾ ਆ ਤੁਸੀਂ ਕਣਕ ਤੇ ਲਾਈ ਹੈ ਬਾਥੂ ਤੇ ਆਪੇ ਹੀ ਹੋ ਗਿਆ ਵਿੱਚ ਇਹ ਤੇ ਆਪੇ ਹੀ ਹੁੰਦਾ ਤਾਂ ਕਰਕੇ ਭਾਈ ਸਾਨੂੰ ਇਹ ਸਫਾਈ ਕਰਨੀ ਪੈਣੀ ਆਪਣੀ ਜਿਵੇਂ ਖੇਤਾਂ 'ਚ ਗੋਡੀਆਂ ਕਰਦੇ ਨਾ ਤੁਸੀਂ ਖੇਤਾਂ 'ਚ ਸਫਾਈਆਂ ਕਰਦੇ ਐ ਰੰਬਾ ਲਾਉਣਾ ਪੈਣਾ ਹੈ ਇਹ ਸਫਾਈ ਰੱਖਣੀ ਪੈਣੀ ਆਪਣੇ ਆਪ ਦੀ ਤਾਂ ਗੱਲ ਬਣੂ ਕਹਿੰਦੇ ਇੰਨਾ ਸਸਤਾ ਸੌਦਾ ਕਹਿੰਦੇ ਫੇਰ ਵੀ ਨਹੀਂ ਬੰਦਾ ਇੱਧਰ ਨੂੰ ਤੁਰਨ ਨੂੰ ਤਿਆਰ ਅੱਗੇ ਸਕੇ ਸਤਿਗੁਰ ਤੇਰੀ ਆਸਾਂ
ਪਤ ਤੂ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹ ਹਾਂ ਪਾਇਆ ਸਤਿਗੁਰੂ ਮੈਂ ਤੇਰੀ ਤੇਰੇ ਤੇ ਆਸ ਆਸ ਰੱਖੀ ਹੈ ਤੇਰਾ ਦਿੱਤਾ ਗਿਆਨ ਪਤਤਾਂ ਨੂੰ ਪਾਵਨ ਕਰ ਦਿੰਦਾ ਬੇਅਗਲਿਆਂ ਨੂੰ ਅਗਲ ਵਾਲੇ ਕਰ ਦਿੰਦਾ ਬੇਸਮਝ ਸਮਝ ਵਾਲੇ ਹੋ ਜਾਂਦੇ ਆ ਤੇਰਾ ਤੇਰੀ ਅਕਲ ਬੰਦੇ ਨੂੰ ਤੇਰਾ ਦਿੱਤਾ ਗਿਆਨ ਬੇਸਮਝਾਂ ਨੂੰ ਸਮਝ ਵਾਲਾ ਕਰ ਦਿੰਦਾ ਅਕਲ ਵਾਲੇ ਬਣ ਜਾਂਦੇ ਆ ਮੈਂ ਤੇਰੀ ਸ਼ਰਨ ਆਇਆ ਮੈਂ ਅਕਲ ਲੈਣੀ ਚਾਹੁੰਦਾ ਅਸੀਂ ਤਿਆਰ ਹਾਂ ਅਸੀਂ ਬਦਲਣਾ ਚਾਹੁੰਦੇ ਹਾਂ ਅਸੀਂ ਪੁੱਠੇ ਪਾਸੇ ਜਾਣਾ ਨਹੀਂ ਸਿੱਧੇ ਪਾਸੇ ਜਾਣਾ ਚਾਹੁੰਦੇ ਹਾਂ ਅਸੀਂ ਚੰਗੇ ਪਾਸੇ ਤੇਜ਼ ਹੋਵਾਂਗੇ ਢਿੱਲੇ ਢਿੱਲੇ ਨਹੀਂ ਚਾਹ ਨਾਲ ਜਾਵਾਂਗੇ ਖੁਸ਼ੀ ਨਾਲ ਜਾਵਾਂਗੇ ਸਿੱਖਣ ਦੀ ਕਲਾ ਆਏਗੀ ਸਿੱਖਣ ਦੀ ਜਾਚ ਆਏਗੀ ਮੈਂ ਸਿੱਖਣਾ ਚਾਹੁੰਦਾ ਇਹ ਤਿਆਰੀ ਹੈ ਮੇਰੀ ਪਰ ਹਾਲਤ ਬੁਰੀ ਹੈ ਕਿੱਦਾਂ ਦੀ ਹਾਲਾਤ ਹੈ ਅੱਗੇ ਸੁਣੋ ਗੰਧਨ ਵੇਣ ਸੁਣੇ ਉਰ ਜਾਵੇ ਨਾਮ ਲੈ ਤੇ ਅਲਕਾਇਆ ਕਹਿੰਦੇ ਅਲਕਤ ਮੰਨਦਾ ਕਦੋਂ ਗਿਆਨ ਲੈਣ ਵੇਲੇ ਤੇ ਗੰਧਨ ਵੈਣ ਕਹਿੰਦੇ ਐ ਗੰਦੇ ਵੈਣ ਵੈਣ ਮਤਲਬ ਵੈਣ ਵੈਣ ਪਾਉਣੇ ਹੋ ਗਿਆ ਗੀਤ ਗੀਤਾਂ ਨੂੰ ਵੀ ਵੈਣ ਕਹਿ ਦਿੰਦੇ ਆ ਕਹਿੰਦੇ ਗੰਦੇ ਵੈਣ ਗੰਦੇ ਗੀਤ ਉਹ ਤੇ ਕਹਿੰਦੇ ਇਹਨੂੰ ਬਹੁਤ ਚੰਗੇ ਲੱਗਦੇ ਆ ਤੇ ਜੇ ਇੱਧਰ ਦੀ ਗੱਲ ਕਰੋ ਤੇ ਆਲਸ ਕਰਦਾ ਅਲਕਾਇਆ ਆਲਸ ਕਰਦਾ ਇੱਧਰ ਵਾਲੇ ਪਾਸੇ ਤੇ ਆਲਸੀ ਹੈ ਤੇ ਜਿਹੜੇ ਪੁੱਠੇ ਸਿੱਧੇ ਗੀਤ ਹੈ ਉਹ ਬੜੇ ਧਿਆਨ ਨਾਲ ਸੁਣਦਾ ਉਹ ਤੇ ਹੁਣ ਇੱਥੇ ਤੁਹਾਡੇ ਵਿੱਚ 35 ਦੇ ਨਾਂ ਬਹੁਤ ਘੱਟ ਬੰਦਿਆਂ ਨੂੰ ਪਤਾ ਤੇ ਜਿਹੜੇ ਅੱਜ ਕੱਲ੍ਹ ਵਾਲੇ ਗਾਉਣ ਵਾਲੇ ਨੇ ਆਹ ਸਾਰੇ ਮੁੰਡਿਆਂ ਨੂੰ ਪੁੱਛ ਲਓ ਵੀ ਆਹ ਕਿਹੜਾ ਇਹ ਫਲਾਣਾ ਆਹ ਕਿੱਥੇ ਦਾ ਇਹ ਫਲਾਣਾ ਆਹ ਕਿੱਥੇ ਦਾ ਇਹ ਤੇ ਫਲਾਣਾ ਹਰ ਗਾਉਣ ਵਾਲੀ ਦਾ ਹਰ ਗਾਉਣ ਵਾਲੇ ਦਾ ਕੱਲੇ ਕੱਲੇ ਨੂੰ ਪਤਾ ਸਾਰਿਆਂ ਦਾ ਪਤਾ ਇੱਧਰ ਵਾਲੇ ਪਾਸੇ ਤੇ ਕਹਿੰਦੇ ਬਹੁਤ ਧਿਆਨ ਹੈ ਪਰ ਜੇ ਚੱਜ ਦੀ ਗੱਲ ਕਰ ਲਓ ਇੱਧਰ ਕੋਈ ਧਿਆਨ ਮੈਂ ਕਹਿੰਦਾ ਮਨੋਰੰਜਨ ਵੀ ਚਲੋ ਬੰਦਾ ਕਰਦਾ ਕੋਈ ਮਾੜਾ ਨਹੀਂ ਬੰਦਾ 5 ਮਿੰਟ 10 ਮਿੰਟ ਮਨੋਰੰਜਨ ਦਾ ਵੀ ਟਾਈਮ ਹੁੰਦਾ ਹੁਣ 8 ਘੰਟੇ ਪੜ੍ਹਨ ਗਿਆ 8 ਮਿੰਟ ਮਨੋਰੰਜਨ ਗੱਲ ਬਣਦੀ ਹੈ ਇੱਥੇ 8-8 ਘੰਟੇ ਮਨੋਰੰਜਨ ਕਰੀ ਜਾਂਦੇ ਪੜ੍ਹਦੇ 8 ਮਿੰਟ ਨੇ ਪੜ੍ਹਨ ਵਾਲੀ ਗੱਲ ਹੋਵੇ 8 ਘੰਟੇ 8 ਮਿੰਟ ਮਨੋਰੰਜਨ ਚਲੋ ਗੱਲ ਸਮਝ ਆਉਂਦੀ ਵੀ ਬੰਦਾ ਨੱਚ ਟੱਪ ਲਿਆ ਕਰ ਲਿਆ ਕੁਛ ਭੱਜ ਨੱਠ ਲਿਆ ਪਰ ਜੇ ਅਗਲਾ ਕਵੇ ਵੀ 8 ਘੰਟੇ ਮਨੋਰੰਜਨ ਹੀ ਕਰੀ ਜਾਂਦਾ ਜੀ ਇਹ ਹੁਣ ਇੱਥੋਂ ਤੁਰਿਆ ਚੰਡੀਗੜ੍ਹ ਤੁਸੀਂ ਦਿੱਲੀ ਨੂੰ ਤੁਰੇ ਆ ਰਾਹ ਚ ਅਗਲਾ ਕਹਿੰਦਾ ਚਲੋ ਜੀ ਮੈਂ 1 ਗੀਤ ਸੁਣ ਲਿਆ ਗੱਲ ਚਲੋ 2 ਸੁਣ ਲੈ ਪਟਿਆਲੇ ਤੱਕ ਗੀਤ ਸੁਣ ਲਿਓ ਉਦੂਗਾ ਮੈਂ ਚੰਗਾ ਸਾਰਾ ਕੁਝ ਜਿਹੜਾ ਮੇਰੇ ਕੰਮ ਦਾ ਮੈਂ ਸੁਣਾ ਸਮਝਾਂ ਹੁਣ ਇਹ ਇਹੋ ਜਿਹੇ ਨੇ ਸਾਡੇ ਵਾਲੇ ਇੱਥੋਂ ਤੁਰਨਗੇ ਦਿੱਲੀ ਤੱਕ ਗੀਤ ਹੀ ਚੱਲੀ ਜਾਂਦੇ ਨੇ ਉਧਰੋਂ ਤੁਰਿਆ ਉਧਰੋਂ ਵੀ ਉਹੀ ਕੁਝ ਚੱਲੀ ਜਾਂਦਾ ਵੀ ਤੂੰ ਮਾੜਾ ਮੋਟਾ ਆਲੇ ਦੁਆਲੇ ਵੀ ਵੇਖ ਲੈ ਹੋਰ ਵੀ ਬੜਾ ਕੁਛ ਹੈ ਇੱਥੇ ਚੰਗਾ ਚੰਗਾ ਕਿਤੇ ਥੋੜਾ ਪਿਆ ਅੱਜ ਕੱਲ੍ਹ ਬੰਦਾ ਕਹਿ ਸਕਦਾ ਤੁਸੀਂ ਗੋਰਿਆਂ ਦੀਆਂ ਇੰਟਰਵਿਊ ਸੁਣਿਆ ਕਰੋ ਮੁੰਡਿਓ ਪੜ੍ਹੇ ਲਿਖੇ ਆ ਜਿਹੜੇ ਅੱਜ ਕੱਲ੍ਹ ਤੇ ਇੰਗਲਿਸ਼ ਪੜ੍ਹ ਸਮਝ ਸਕਦੇ ਆ ਤੁਸੀਂ ਮੈਂ ਇੰਨਾ ਪਛਤਾਉਂਦਾ ਮੇਰੇ ਇੰਗਲਿਸ਼ ਬਹੁਤ ਘੱਟ ਸਮਝ ਪੈਂਦੀ ਪੈਂਦੀ ਤੇ ਹੈ ਪਰ ਥੋੜੀ ਪੈਂਦੀ ਤੇ ਮੈਂ ਮੱਥਾ ਮਾਰਦਾ ਰਹਿਣਾ ਵੀ ਇਹ ਕਹਿੰਦਾ ਕੀ ਹੈ ਉਹ ਹਿੰਦੀ ਚ ਡਬਿੰਗ ਹੋਈ ਹੁੰਦੀ ਕਈ ਵਾਰੀ ਵਧੀਆ ਲੱਗਦਾ ਹੁਣ ਇਹੋ ਜਿਹੇ ਗੋਰਿਆਂ ਦੀਆਂ ਕਾਢਾਂ ਇਹੋ ਜਿਹੇ ਦਿਮਾਗ ਚੱਲਦੇ ਬੰਦੇ ਦੁਨੀਆਂ ਦੇ ਵਿੱਚ ਇੱਕ ਤੋਂ ਇੱਕ ਪਏ ਆ ਤੇ ਤੁਹਾਡੇ 'ਚ ਤੇ ਕਿੰਨੇ ਮੁੰਡੇ ਜਿਹੜੇ ਇੰਗਲਿਸ਼ ਸਮਝਦੇ ਆ ਕੁੜੀਆਂ ਕਿੰਨੀਆਂ ਸਮਝਦੀਆਂ ਹੁਣ ਇਹੋ ਜਿਹੇ ਬੰਦਿਆਂ ਦੀਆਂ ਇੰਟਰਵਿਊ ਜਿਨ੍ਹਾਂ ਨੇ ਕੁਝ ਕਰਿਆ ਹੈ ਜ਼ਿੰਦਗੀ ਵਿੱਚ ਤੁਸੀਂ ਲਾਓ ਕਹਿੰਦਾ ਕਹਿੰਦਾ ਤੁਸੀਂ ਸੁਣੋ ਜਿਨ੍ਹਾਂ ਨੇ ਚੰਗੇ ਬਿਜ਼ਨਸ ਸੈੱਟ ਕੀਤੇ ਨੇ ਉਹਨਾਂ ਨੂੰ ਬਹਿ ਕੇ ਸੁਣੋ ਆਹ ਨੈੱਟ ਪੈਕ ਗੀਤਾਂ ਦੇ ਹੀ ਲਾਤਾ ਸਾਰਾ ਇਹਨਾਂ ਕੰਮਾਂ ਦੇ ਹੀ ਲਾਤਾ ਸਾਰਾ ਹੀ ਮੁੱਕ ਗਿਆ ਜੀ ਕਹਿੰਦੇ ਕੀ ਹੋ ਗਿਆ ਜੀ ਕਹਿੰਦੇ 1 ਗੀਤ 10 ਵਾਰੀ ਸੁਣ ਲਿਆ ਤੂੰ ਇਹਨਾਂ ਕੰਮਾਂ 'ਚ ਤੁਸੀਂ ਇਹ ਮੈਂ ਇਹ ਨਹੀਂ ਕਹਿੰਦਾ ਵੀ ਬੰਦਾ ਛੱਡ ਸਕਦਾ ਹੈ ਇਹ ਤੇ ਨੈਚੁਰਲ ਹੈ ਨਾ ਕਈ ਬੰਦਿਆਂ ਦਾ ਨਾ ਤੁਸੀਂ ਕੁੱਤਾ ਖੁੱਲ੍ਹਾ ਛੱਡ ਦਿਓ ਕਿਤੇ ਪ੍ਰੋਪਰ ਰੱਜਿਆ ਹੋਵੇ ਉਹ ਆਪੇ ਹੀ ਨੱਚੀ ਜਾਂਦਾ ਨੈਚੁਰਲੀ ਨੱਚੀ ਜਾਂਦਾ ਉਹਨੂੰ ਸਿਖਾਇਆ ਨਹੀਂ ਕਿਸੇ ਨੇ ਐ ਮਾਰਦਾ ਛਾਲਾ ਕਈ ਵਾਰੀ ਮੱਝਾਂ ਨੂੰ ਨਾ ਤੁਸੀਂ ਕਈ ਵਾਰੀ ਖੁੱਲੀਆਂ ਛੱਡਿਓ ਸੰਗਲ ਛੱਡ ਦਿਓ ਐਡੇ ਐਡੇ ਸਰੀਰ ਨੇ ਉਹਨਾਂ ਦੇ ਤੇ ਉਹ ਵੀ ਐ ਜਿਵੇਂ ਕਮਲੀਆਂ ਹੋ ਜਾਂਦੀਆਂ ਨੱਚਣ ਲੱਗ ਜਾਂਦੀਆਂ ਨਿੱਕਾ ਜਿਹਾ ਬੱਚੇ ਨੂੰ ਨੱਚਣਾ ਕਿਹਨੇ ਸਿਖਾਇਆ ਜਿਹੜਾ ਐਡਾ ਕਰੇ ਐਡਾ ਕ ਨਿਆਣਾ ਜਿਹੜਾ 3 ਸਾਲ ਦਾ ਉਹ 3 ਸਾਲ ਦਾ ਛਾਲਾ ਉਹ ਪਿਆ ਹੀ ਬੈੱਡ ਦੇ ਉੱਤੇ ਐ ਨੱਚਦਾ ਇਹ ਤੇ ਨੈਚੁਰਲ ਹੈ ਕੁਦਰਤੀ ਹੈ
ਪਰ ਜੇ ਕੋਈ ਬੰਦਾ ਕਵੇ ਵੀ ਹੁਣ ਇਹਨੇ ਨੱਚੂ ਹੀ ਜਾਣਾ ਜਾਂ ਇਹਨੇ ਇਹਨਾਂ ਕੰਮਾਂ 'ਚ ਹੀ ਪੈ ਜਾਣਾ ਫਿਰ ਗਲਤ ਹੈ ਭਰਾਵਾ। ਹਰ ਬੰਦੇ ਦੇ ਅੰਦਰ ਜਜ਼ਬਾਤ ਉਮੜਦੇ ਐ, ਇੱਕ ਐ ਉਬਾਲਾ ਆਉਂਦਾ ਹੈ, ਉਛਾਲਾ ਆਉਂਦਾ ਹੈ, ਇੱਕ ਐਨਰਜੀ ਹੈ ਹਰ ਇੱਕ ਦੇ ਅੰਦਰ ਹੀ ਹੁੰਦੀ ਹੈ। ਉਹਦੇ ਕੁੱਤਾ ਖੁੱਲਾ ਛੱਡ ਦੇ ਉਹਦੇ 'ਚ ਵੀ ਹੈ, ਉਹਨੇ ਵੀ ਛਾਲਾ ਮਾਰਨੀ ਹੈ, ਉਹਨੇ ਬੁੜਕਣਾ, ਬੁੜਕ ਬੁੜਕ ਪੈਂਦੇ ਆ ਜੀ, ਬੰਦੇ 'ਚ ਵੀ ਹੈ, ਬੱਚੇ 'ਚ ਵੀ ਹੈ, ਪਰ ਉਹਦੀ ਇੱਕ ਲਿਮਿਟ ਹੋਣੀ ਬੜੀ ਜ਼ਰੂਰੀ ਹੈ। ਉਹਦੀ ਲਿਮਿਟ ਹੋਣੀ ਚਾਹੀਦੀ ਹੈ। 5 ਘੰਟੇ ਪੜਿਆ, 5 ਮਿੰਟ ਕਰ ਲਿਆ ਮਨੋਰੰਜਨ, ਕੋਈ ਮਾੜਾ ਨਹੀਂ, ਪਰ ਜੇ ਤੂੰ 5 ਘੰਟੇ ਹੀ ਇਹ ਸੁਣੀ ਜਾਣਾ ਹੈ, ਇੱਥੇ ਗਲਤ ਹੈ, ਇੱਥੇ ਨਹੀਂ ਠੀਕ, ਆਹ ਨੀ ਕੰਮ ਤੇਰਾ ਠੀਕ। ਜੇ ਤੂੰ ਹੁਣ ਜੇ ਚੱਜ ਦੀ ਗੱਲ ਦਾ ਕੱਖ ਨੀ ਪਤਾ, ਸਾਡੀਆਂ ਕੁੜੀਆਂ ਕਹਿਣ ਆਹ ਗੀਤ ਆਇਆ ਮੈਂ ਹੁਣ ਆਹ ਸੁਣਿਆ ਸੀ ਕਾਲਜਾਂ ਚ ਪੜ੍ਹਦਿਆਂ, ਮੈਂ ਆਹ ਵੀ ਸੁਣਿਆ, ਆਹ ਵੀ ਸੁਣਿਆ, ਤੇ ਅਗਲਾ ਕਵੇ ਗੋਭੀ ਬਣਾਉਣੀ ਆ ਗਈ, ਉਹ ਨੀ ਅਜੇ ਸਿੱਖੀ ਅਸੀਂ, ਤੇ ਫਿਰ ਕੀ ਫਾਇਦਾ ਹੋਇਆ। ਘਰ ਦਾ ਕੰਮ ਕਰਨਾ ਆ ਗਿਆ, ਸਬਜ਼ੀਆਂ ਸਿੱਖ ਲਈਆਂ, ਰੋਟੀ ਗੋਲ ਪੱਕਦੀ ਹੈ, ਇਹ ਨੀ ਅਜੇ ਪਤਾ ਲੱਗਾ, ਬਾਕੀ ਸਾਰਾ ਆਉਂਦਾ ਸਾਨੂੰ, ਕਿਹੜਾ ਗਾਇਕ ਹੈ, ਕਿਹੜੀ ਗਾਇਕ ਹੈ, ਇੱਥੇ ਨੀ ਕੰਮ ਚੱਲਣਾ, ਫਿਰ ਗਲਤ ਹੋ ਰਿਹਾ। ਤੇਰੇ ਜਿਹੜੇ ਚੈੱਕ ਕਰਨ ਆਏ ਨਾ, ਤੇਰੇ ਐ ਚੈੱਕ ਨਹੀਂ ਹੋਣਾ ਵੀ ਗਾਇਕ ਕਿਹੜੇ ਕਿਹੜੇ ਗਾਇਕਾਂ ਦਾ ਪਤਾ ਹੈ, ਚੈੱਕ ਤੇ ਤੇਰੇ ਕੰਮ ਹੋਣੇ ਆ, ਤੇਰੇ ਫਰਜ਼ ਚੈੱਕ ਹੋਣੇ ਆ, ਤੇਰੀ ਡਿਊਟੀ ਕੀ ਹੈ, ਤੇਰੀ ਜ਼ਿੰਮੇਵਾਰੀ ਕੀ ਹੈ, ਤੇਰੇ ਫਰਜ਼ ਕਿੱਦਾਂ ਨਿਭੇ ਆ, ਚੈੱਕ ਤੇ ਉਹ ਹੋਣੇ ਆ ਨਾ। ਮਾਂ ਪਿਓ ਦਾ ਫਰਜ਼ ਪੜ੍ਹਾਉਣਾ ਤੇ ਬੱਚੇ ਦਾ ਫਰਜ਼ ਪੜ੍ਹਨਾ, ਕਿਸੇ ਨੇ ਤਨਖਾਹ ਦੇਣੀ, ਅਗਲੇ ਨੇ 10,000 ਦੇਣਾ, ਤੇਰਾ ਕੰਮ ਕਰਨ ਦਾ ਉਨਾ ਫਰਜ਼ ਬਣਦਾ, ਉਨਾ ਕੰਮ ਕਰਕੇ ਦੇਣਾ ਅਗਲੇ ਨੂੰ, ਉਹ ਸਾਡੇ ਫਰਜ਼ ਨੇ ਜਿਹੜੇ ਉਹ ਨਹੀਂ ਭੁੱਲ ਜਾਣੇ ਕਿਤੇ, ਫਰਜ਼ਾਂ ਪ੍ਰਤੀ ਅਵੇਅਰ ਰਹਿਣਾ, ਜ਼ਿੰਮੇਵਾਰੀ ਪ੍ਰਤੀ ਅਵੇਅਰ ਰਹਿਣਾ। ਬੰਦਾ ਇੱਕ ਚੀਜ਼ ਤੇ ਕਰਦਾ 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 ਬੋਰ ਹੋ ਗਿਆ, ਇੱਧਰੋਂ ਹਟਾ ਕੇ 5 ਮਿੰਟ ਦੀ ਗੱਲ ਤੇ ਮੈਂ ਸਮਝਦਾ, ਪਰ ਜੇ ਬੰਦਾ ਉਹ ਇੱਧਰ ਹੀ ਲੱਗਾ ਰਵੇ ਫਿਰ ਰੌਂਗ ਹੈ, ਫਿਰ ਗਲਤ। ਫਿਰ ਸੁਣੋ ਮਹਾਰਾਜ ਦਾ ਬਚਨ ਕੀ ਹੈ। ਗੰਧਨ ਵੈਣ ਸੁਣੇ ਉਰ ਜਾਵੇ ਨਾਮ ਲੈ ਤੇ ਅਲ ਪਾਇਆ। ਕਹਿੰਦੇ ਜਿਹੜੇ ਗੰਧਨ ਵੈਣ ਨੇ ਉਹਦੇ 'ਚ ਤੇ ਬੜਾ ਖੁਸ਼ ਹੈ, ਤੇ ਚੰਗੇ ਗਿਆਨ ਲੈਣ ਵਾਲੇ ਪਾਸੇ ਕਹਿੰਦੇ ਇਹਨੂੰ ਵਾਸੀਆਂ ਆਉਣ ਲੱਗ ਜਾਂਦੀਆਂ, ਇੱਥੇ ਕਹਿੰਦੇ ਆਲਸ ਕਰਦਾ, ਇੱਥੇ ਕਹਿੰਦੇ ਸੁਸਤੀ ਪੈ ਜਾਂਦੀ, ਇੱਧਰ ਨੂੰ ਤੁਰਨ ਨੂੰ ਤਿਆਰ ਹੀ ਨਹੀਂ। ਅੱਗੇ ਨਿੰਦ ਚਿੰਦ ਕੋ ਬਹੁਤ ਉਮਾ ਹੈ ਹੋ ਬੁਝੀ ਉਲਟਾਇਆ। ਕਹਿੰਦੇ ਪੁੱਠੇ ਪਾਸੇ ਤੁਰਿਆ ਹੋਇਆ, ਸਮਝਦਾ ਹੀ ਪੁੱਠੇ ਪਾਸੇ ਹੈ, ਪੁੱਠਾ ਬੜੀ ਛੇਤੀ ਸਮਝ ਜਾਂਦਾ ਹੈ, ਪਰ ਚੰਗੇ ਵਾਲੇ ਪਾਸੇ ਤੁਰਨ ਨੂੰ ਤਿਆਰ ਨਹੀਂ। ਚੰਗੀਆਂ ਚੀਜ਼ਾਂ ਦੀ, ਹਰ ਚੀਜ਼ ਦੀ ਨਿੰਦਿਆ ਕਰਦਾ। ਨਿੰਦਿਆ ਕੀ ਹੁੰਦੀ ਹੈ, ਇੱਕ ਮਿੰਟ ਲਈ ਸੁਣੋ, ਨਿੰਦਿਆ ਹੁੰਦੀ ਹੈ ਕਿਸੇ ਦੀ ਚੰਗਿਆਈ ਨੂੰ ਨਿੰਦਣਾ, ਕਿਸੇ ਦੀ। ਇੱਕ ਬੰਦਾ ਮਿਹਨਤ ਕਰੇ ਤੇ ਮਿਹਨਤ ਕਰਕੇ ਅਗਲਾ ਕੋਠੀ ਪਾ ਲਵੇ ਤੇ ਤੁਸੀਂ ਕਹੋ ਓਏ ਦੋ ਨੰਬਰੀ ਹੈ, ਇਹ ਕੀ ਹੈ, ਇਹ ਤੇ ਸਾਰਾ ਹੀ ਕੰਮ ਸਾਰਾ ਦੋ ਨੰਬਰ ਦਾ, ਇਹ ਨਿੰਦਿਆ, ਕਿਸੇ ਦੀ ਚੰਗਿਆਈ ਦੀ ਨਿੰਦਿਆ। ਤੈਨੂੰ ਪਤਾ ਹੈ ਬੰਦਾ ਸੱਚਾ ਵੀ ਹੈ ਠੀਕ ਵੀ ਹੈ, ਉਹਨੂੰ ਠੀਕ ਨੂੰ ਗਲਤ ਕਹਿਣਾ ਨਿੰਦਿਆ, ਕੰਡੇ ਨੂੰ ਕੰਡਾ ਕਹਿਣਾ ਕੋਈ ਨਿੰਦਿਆ ਨਹੀਂ, ਪਰ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ, ਅਗਲੇ ਦੀ ਮਿਹਨਤ ਨੂੰ ਰੋਲ ਕੇ ਰੱਖ ਦੇਣਾ ਇਹ ਨਿੰਦਿਆ, ਅਗਲੇ ਦੀ ਮਿਹਨਤ ਨੂੰ ਮਿਹਨਤ ਨਾ ਸਮਝਣਾ, ਅਗਲੇ ਦੀ ਘਾਲਣਾ ਨੂੰ ਘਾਲਣਾ ਨਾ ਸਮਝਣਾ ਇਹ ਨਿੰਦਿਆ। ਕਿਸੇ ਦੇ ਬੱਚੇ ਨੇ ਪੜ੍ਹਾਈ ਕਰਕੇ ਮਿਹਨਤ ਕਰਕੇ ਚੰਗੇ ਅਹੁਦੇ ਤੇ ਗਿਆ ਹੋਵੇ, ਪਤਾ ਤੈਨੂੰ ਵੀ ਪੜ੍ਹਾਈ ਕਰਕੇ ਗਿਆ, ਪਰ ਬੰਦਾ ਇਹ ਕਵੇ ਐਵੇਂ ਜੀ ਇਹ ਤੇ ਬੰਦਿਆਂ ਨੇ ਗੱਠ ਜੋੜ ਕਰਕੇ ਲਵਾ ਦਿੱਤਾ, ਨਹੀਂ ਤੇ ਇਹਨੂੰ ਨੌਕਰੀ ਕਿੱਥੇ ਮਿਲਣੀ ਸੀ, ਉਹਦੀ ਚੰਗਿਆਈ ਦੀ ਨਿੰਦਿਆ ਇਹ ਨਹੀਂ ਕਰਦੇ। ਇਹਨਾਂ ਪੁੱਠੇ ਕੰਮਾਂ ਵਿੱਚ ਕਹਿੰਦੇ ਬੰਦੇ ਦਾ ਮਨ ਲੱਗਦਾ। ਅੱਗੇ ਪਰ ਧਨ ਪਰ ਤਨ ਪਰ ਧੀ ਨਿੰਦਾ ਅਖਾ ਦੁਖਾ ਹੈ ਹਰ ਕਾਇਆ। ਕਹਿੰਦੇ ਬਸ ਇਹਨਾਂ ਕੰਮਾਂ ਦੇ ਵਿੱਚ ਹੀ ਪਰਾਇਆ ਧਨ ਪਰਾਇਆ ਤਨ ਪਰਾਈ ਨਿੰਦਿਆ, ਕਹਿੰਦੇ ਇਹਨਾਂ ਕੰਮਾਂ ਦੇ ਵਿੱਚ ਹੀ ਲੱਗਿਆ ਹੋਇਆ, ਇੱਧਰ ਹੀ ਹਲਕ ਪਿਆ ਹੋਇਆ। ਜਿਉਂ ਕੂਕਰ ਹਰਕਾਇਆ ਧਾਵੈ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ। ਕਿੰਨਾ ਸੋਹਣਾ ਸਮਝਾਉਂਦੀ ਹੈ ਬਾਣੀ, ਪਰ ਪੰਗਾ ਇਹ ਹੈ ਮਨ ਮੂਰਖ ਮੇਰਾ ਤਾ ਸਮਝੇ, 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 ਮਨ ਮੂਰਖ ਮੇਰਾ
मन मूर्ख मेरा ना समझे मैनू गुरबाणी समझावे मैनू रता समझ ना आवे मेरा ना समझे मन मूर्ख मेरा ना ओ गुरबाणी समझावे समझावे गुरबाणी समझावे मूर्ख मेरा ना समझे मन मूर्ख मेरा ना समझे समझना चाहते नहीं भाई असी बदलना चाहते नहीं वीरो मेरे जिदे मेरा मन समझना चाहेगा ना फिर ते डिगदा होया पत्ता भी समझा जा फिर ते आए धौले भी समझा जाएंगे फिर ते पईयां झुरड़ियां भी समझा जाणगियां फिर ते टुट रहे दंद भी समझा देणगे फिर ते बड़ेपा भी समझाऊ हर चीज समझाऊ जिते मैं समझना चाहवांगा ते जिन्ना चिर मैं समझदा नहीं मैं समझना चाहुंदा नहीं फिर मैं भावें पिरथी चंद बन के गुरु रामदास जी दे घर जम के आउणा पवां जे मैं नहीं समझना चाहुंदा फिर नहीं गल बन सकदी मैं पुत ना बन जा गुरु रामदास जी दा पिरथी चंदा जे मैं ते फिर भी गल नहीं बनदी मैं समझना ही नहीं चाहुंदा मेरा नाना भी गुरु अमरदास पिता गुरु रामदास भरा गुरु अर्जन देव पिरथी चंदा जे मैं फिर थोड़ा गल बन जानी समझना ते पैना है बदलना ते पैना है ते लंघ जांदा वेला फिर बंदा पछताउंदा भी यार उदों समझ जांदे ते चंगे रहिंदे जदों समा सी जदों टाइम सी जे मैं उदों समझ जांदा जे मैं उदों बदल जांदा ते मैं चंगा रहिंदा पर जदों टाइम हुंदा उत्थे उदों किथे सुणदा है जी बंदा उदों ते सब कुछ सुण के अणसुणिया कर दिंदा अगला कहिंदा एवें मारी जांदे सारे एवें ही कही जांदे सारे एवें ही मां प्यो नूं न्याणे कई इदां ही कहिंदे एवें ही कहिंदे सारे ऐ नहीं भाई अपने आप नूं बदलना पैना है अपने आप नूं कायम करना पैना अपने आप नूं समझाउणा पैना है तां ही समझ पैंदी जे अगला समझना चाहवे शब्द दीआं अगलियां पंक्तियां सुण साज धर्म स्यों रुच नहीं आवे सत सुनत शोहाया कहिंदे सच सुनन वाले पासे ध्यान नहीं पुठे सिद्धे कम्मां विच ध्यान सुनना चाहुंदा ही नहीं साहिब गुरु अर्जन देव जी दा सेवक भाई प्राणा कहिंदे जंगल विचों लकड़ां कट्टण जाया करे उहदी ड्यूटी सी लकड़ां कट्टण दी हुण उदों लकड़ां कट्टणियां पखे झलणे पानी धोना पानी पीसण पीसणे इदां दी सेवा हुंदी सी पखा फेरी पानी धोवां हर जन के पीसण पीस कमावां इहे जी सेवा हुंदी सी वी चक्कियां पीणियां पैणगियां हत्थी पींदे सी पानी धोना पैंदा सी इदां दी सेवा करदे ते सारे कहिंदे लकड़ां कट्टण वास्ते जाया करे लकड़ां कट्टियां ऐदां ढेर ला लिया पंड चक कट 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 के ढेर ला लिया हुण पंड बन के ते चक के तुरना दुपहर दा वेला सी बस ऐ अपने आप च बह गया अखां बंद कर लिया अपनी मस्ती दे विच हर इक नूं चाहीदा कि पंज मिनट कल्ले भी बैठिया करो अपनी जिंदगी दे विच पंज मिनट दस मिनट कल्ले बैठो रोज अद्धा घंटा पंद्रह मिनट दस मिनट कल्ले होके बैठो बिल्कुल कल्ले शांत तू वाहेगुरु वाहेगुरु कर लै जां कुछ भी ना कर कल्ला बैठा रह बस अपने साह आउंदे जांदे वेखी जा साह आ रहा है जा रहा है बस इहदे ते ध्यान लाई रख अपने आप नूं कल्ला बहना चाहीदा कहिंदे कल्ला भाई पुराना लकड़ा कट के ऐ जे लग्या वी दुपहर दा वेला ऐ थोड़ा चिर बह गया ओ बैठा जदों ते भाई पुराने दे कोल दी ऐ इक बंदा लग्गिया ऐ लग्गिया अगो दी इहने अख खोली वी कौन है बंदा ते इक हथ विच टाकूआ फड़िया ते मोढे च इक रस्सा ऐदां लंघिया कोल
ਇਹਦੇ ਤੋਂ ਰਿਹਾ ਨਹੀਂ ਗਿਆ, ਇਹਨੇ ਹਿਸਾਬ ਲਾ ਲਿਆ ਵੀ ਬੰਦਾ ਕੋਈ ਹੋਰ ਹੀ ਹੈ, ਜਿਹੜਾ ਟਾਕੂਆ ਚੱਕੀ ਫਿਰਦਾ, ਰੱਸਾ ਚੱਕੀ ਫਿਰਦਾ, ਵੇਖ ਕੇ ਹੀ ਪਤਾ ਲੱਗਦਾ ਵੀ ਕੋਈ ਲੁਟੇਰਾ ਧਾੜਵੀ ਹੈ, ਕੋਈ ਲੁਟੇਰਾ ਹੈ, ਕੋਈ ਧਾੜਵੀ ਹੈ। ਸਮਝਦੇ ਗਿਆ ਭਾਈ ਪੁਰਾਣਾ, ਪਰ ਫਿਰ ਵੀ ਉਹਨੂੰ ਪੁੱਛ ਲਿਆ। ਉਹ ਕਹਿੰਦੇ ਭਾਈ ਕੌਣ ਹੈ, ਇੱਕ ਮਿੰਟ ਜਾਣ ਵਾਲਿਆ, ਰੁਕ ਜਾ ਇੱਕ ਮਿੰਟ ਗੱਲ ਸੁਣ। ਉਹ ਹੁਣ ਜਿਹੜਾ ਜਾਣ ਵਾਲਾ ਸੀ ਉਹ ਖੜ ਗਿਆ। ਹਾਂ ਦੱਸ। ਕਹਿੰਦਾ ਦੱਸਣਾ ਕੀ ਹੈ, ਐਂ ਲੰਘਿਆ ਜਾਂਦਾ, ਆ ਜਾ ਬਹਿ, ਕੋਈ ਗੱਲਬਾਤ ਕਰੀਏ, ਕੋਈ ਵਿਚਾਰ ਕਰੀਏ, ਆ ਜਾ ਮਾੜਾ ਜਾ ਬਹਿ ਜਾ ਇੱਥੇ ਆ ਮੇਰੇ ਕੋਲੇ। ਬੜੇ ਰਿਸਪੈਕਟ ਦੇ ਨਾਲ, ਬੜੇ ਭਾਵ ਨਾਲ ਬੁਲਾਇਆ ਵੀ ਆ ਜਾ ਮਾੜਾ ਜਾ। ਹੁਣ ਬਹਿਣ ਵਾਲਾ ਬੰਦਾ ਹੈ ਨਹੀਂ ਸੀ, ਪਰ ਜਦੋਂ ਉਹਨੇ ਐ ਰਿਸਪੈਕਟ ਨਾਲ ਆਵਾਜ਼ ਮਾਰੀ ਤੇ ਬਹਿ ਗਿਆ। ਹਾਂ ਦੱਸ, ਨਾਂ ਕੀ ਹੈ ਤੇਰਾ, ਉਹ ਤੈਂ ਮੇਰੇ ਨਾਂ ਤੋਂ ਕੀ ਲੈਣਾ। ਉਹ ਐਂ ਬੋਲਦਾ, ਇਹ ਮਿੱਠਾ ਮਿੱਠਾ ਬੋਲੇ ਉਹ ਬਾਹਲਾ ਹੀ ਅੱਗੋਂ, ਤੈਂ ਮੇਰੇ ਨਾਂ ਤੋਂ ਕੀ ਲੈਣਾ। ਉਹ ਕਹਿੰਦੇ ਲੈਣਾ ਤੇ ਕੁਛ ਨਹੀਂ, ਉਦਾਂ ਦੱਸ ਤੇ ਸਹੀ। ਕਹਿੰਦਾ ਮੇਰਾ ਨਾਂ ਲੱਖੂ। ਲੱਖੂ? ਅੱਛਾ ਅੱਛਾ, ਲੱਖੂ ਕੰਮ ਕੀ ਕਰਦਾ? ਕਹਿੰਦਾ ਕੰਮ ਦਾ ਤੇ ਲੱਗ ਜਾਣਾ ਪਤਾ ਸੀ ਤੈਨੂੰ, ਮੈਂ ਤੇ ਐਂ ਸਮਝ ਲਿਆ ਵੀ ਕੋਈ ਬਾਬਾ ਜਿਹਾ ਬੈਠਾ, ਮੈਂ ਲੰਘ ਚੱਲਿਆ ਸੀ ਕੋਲ ਦੀ, ਮੈਂ ਤੇ ਛੱਡਿਆ ਹੀ ਨਹੀਂ ਤੇਰੇ ਵਰਗਾ ਕੋਈ, ਐ ਕੱਲਾ ਟੱਕਰ ਜੇ ਜੰਗਲ ਦੇ ਵਿੱਚ ਲੁੱਟ ਲੱਟ ਕੇ ਸਾਰਾ ਕੁਝ ਖਤਮ ਹੀ ਕਰਦੀ ਦਾ, ਮਾਰ ਬੰਦਾ ਮਾਰਦਿਆਂ ਟਾਈਮ ਥੋੜਾ ਲਾਈ, ਤੇਰੇ ਵਰਗੇ ਨੂੰ ਦੂਜੀ ਗੱਲ ਥੋੜਾ ਕਰਨ ਦੇਈਦੀ ਹੈ, ਤੈਨੂੰ ਤੇ ਮੈਂ ਐ ਛੱਡਤਾ ਵੀ ਚਲੋ ਬੰਦਾ ਬੈਠਾ ਹੈ, ਚੱਲ ਬੈਠਾ, ਮੈਂ ਤੇ ਕਿੱਥੇ ਛੱਡਣਾ ਸੀ, ਇੰਨਾ ਟਾਈਮ ਕਿੱਥੇ ਲਾਉਣਾ ਮੈਂ। ਹੁਣ ਪਤਾ ਭਾਈ ਪੁਰਾਣੇ ਨੂੰ, ਹੁਣ ਆਈਡੀਆ ਹੀ ਬੜਾ ਵਧੀਆ, ਕਮਾਲ ਦੇ ਆਈਡੀਏ ਹੁੰਦੇ ਆ, ਕਈ ਬੰਦਿਆਂ ਦੇ ਆਈਡੀਏ ਬਹੁਤ ਵਧੀਆ ਹੁੰਦੇ। ਆਉਣ ਵਾਲੇ ਸਮੇਂ ਦੇ ਪ੍ਰਤੀ ਜਿਹੜਾ ਆਈਡੀਆ ਹੁੰਦਾ ਬੜਾ ਕਮਾਲ ਦਾ ਹੁੰਦਾ, ਤਜਰਬਿਆਂ ਨਾਲ ਹੁੰਦਾ ਨਾ ਜੀ, ਕਈ ਬੰਦਿਆਂ ਦਾ ਐਕਸਪੀਰੀਅੰਸ ਇੰਨਾ ਹੁੰਦਾ, ਤਜਰਬਾ ਇੰਨਾ ਹੁੰਦਾ, ਜਦੋਂ ਕਿਸੇ ਵਿਸ਼ੇ ਤੇ ਉਹ ਸਲਾਹ ਦੇਣਗੇ, ਗੱਲ ਕਰਨਗੇ, ਆਈਡੀਆ ਉਹਨਾਂ ਦਾ ਐਂ ਪਰਫੈਕਟ ਹੁੰਦਾ, ਐਂ ਹੋਇਆ। ਇਹਨੂੰ ਤੁਸੀਂ ਅੰਤਰਜਾਮ ਤਾਂ ਕਹਿ ਲਓ ਵੀ ਬੰਦੇ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਪਰ ਦਿਮਾਗ ਹੀ ਇੰਨਾ ਤੇਜ਼ ਹੁੰਦਾ ਵੀ ਪਹਿਲਾਂ ਹੀ ਮਾਈਂਡ ਉਹਨਾਂ ਦਾ ਐਂ ਜੋੜ ਘਟਾਓ ਕਰ ਲੈਂਦਾ ਵੀ ਐਂ ਵੀ ਹੋ ਸਕਦਾ, ਐਂ ਵੀ ਹੋ ਸਕਦਾ। ਇਹੋ ਜਿਹੇ ਸੁਭਾਅ ਦੇ ਬੰਦੇ ਐਂ ਕਰਦੇ ਹੁੰਦੇ ਨੇ ਬਾਅਦ ਚ, ਜਿਹੜਾ ਇਹੋ ਜਿਹੇ ਸੁਭਾਅ ਦਾ ਹੁੰਦਾ ਉਹ ਫਿਰ ਐਂ ਕਰਦਾ ਹੁੰਦਾ ਬਾਅਦ ਚ, ਇੱਕਦਮ ਆਈਡੀਆ ਲੱਗ ਜਾਂਦਾ ਬੰਦੇ ਦੇ ਗੱਲਾਂ ਕਰਨ ਤੋਂ, ਆਈਡੀਆ ਲੱਗ ਜਾਂਦਾ ਹਾਂ ਬਈ ਕੀ ਹਾਲ ਹੈ, ਕਿੱਥੋਂ ਆਇਆ, ਕਿਵੇਂ ਆਇਆ, ਕੀ ਕੰਮ ਕਰਦੇ ਹੋ। ਜਦੋਂ ਬੰਦਾ ਦੱਸਦਾ ਹੈ, ਜਦੋਂ ਬੰਦਾ ਦੱਸਦਾ ਹੈ ਵੀ ਹਾਂਜੀ ਕੰਮ ਕਾਰ ਤੇ ਠੀਕ ਹੈ, ਬਸ ਨੌਕਰੀ ਕਰਦੇ ਹਾਂ, 7-8 ਕਿੱਲੇ ਜ਼ਮੀਨ ਵੀ ਹੈਗੀ ਹੈ ਉਹ ਠੇਕੇ ਤੇ ਦੇ ਦਿੰਦੇ ਹਾਂ, ਕੋਠੀ ਪਾਈ ਹੈ ਪਿਛਲੇ ਸਾਲ ਹੀ, ਆਪਾਂ ਬੰਦਾ ਪਤਾ ਲੱਗ ਜਾਂਦਾ ਵੀ ਫੁਕਰੇ ਨੇ ਸਾਰਾ ਕੁਛ ਹੀ ਆਪ ਹੀ ਦੱਸਦਾ, ਪਤਾ ਨਹੀਂ ਲੱਗ ਜਾਂਦਾ ਵੀ ਇਹਦਾ ਆਈਡੀਆ ਲੱਗ ਗਿਆ। ਹੁਣ ਬੰਦਾ ਕਹਿੰਦਾ ਰਿਸ਼ਤੇਦਾਰ ਬਣਾਇਆ ਹੈ, ਚੰਗਾ ਰਿਸ਼ਤੇਦਾਰ ਹੈ, ਅਗਲਾ ਕਹਿੰਦਾ ਫੁਕਰਾ ਹੈ, ਤੈਨੂੰ ਸਾਲ ਕੁ ਬਾਅਦ ਪਤਾ ਲੱਗੂ, ਕਿਉਂਕਿ ਬੰਦੇ ਦਾ ਪਤਾ ਲੱਗ ਗਿਆ। ਜਿਹੜੇ ਬੰਦੇ ਇਹੋ ਜਿਹੇ ਹੁੰਦੇ ਨਹੀਂ ਕਈ, ਬੈਡਾ ਸੱਪ ਆ ਵੜਿਆ ਘਰੇ, ਫਿਰ ਕਹਿੰਦੇ ਸੱਪ ਕਾਹਦਾ, ਬਸ ਉਹ ਪਹਿਲਾਂ ਤੇ ਕੋਠੀ 'ਚ ਜਾ ਵੜਿਆ, ਹੁਣ ਕੋਠੀ ਕਿਤੇ ਛੋਟੀ ਹੈ, 15 ਕਮਰੇ ਇਸ ਕਮਰੇ 'ਚ, ਉਸ ਕਮਰੇ, ਉਸ ਕਮਰੇ 'ਚ, ਉਸ ਕਮਰੇ, ਫਿਰ ਬੈੱਡ ਥੱਲੇ ਵੜ ਗਿਆ, ਹੁਣ ਏਡੇ ਏਡੇ ਬੈੱਡ ਨੇ, ਬੈੱਡਾਂ 'ਚੋਂ ਨਿਕਲਿਆ ਲੋਬੀ 'ਚ ਵੜ ਗਿਆ, ਲੋਬੀ 'ਚ ਵੜ ਗਿਆ ਸੋਫੇ 'ਚ, ਹੁਣ ਸੋਫਾ ਕਿਤੇ ਸਾਡਾ ਛੋਟਾ ਹੀ ਹੈ, ਹੁਣ ਅਗਲਾ ਅਗਲਾ ਅੱਛਾ। ਫਿਰ ਮਸਾਂ ਕੋਠੀ 'ਚੋਂ ਨਿਕਲਿਆ, ਮੁੜ ਕੇ 5 ਟਰੈਕਟਰ ਖੜੇ ਨੇ, ਟਰੈਕਟਰਾਂ ਥੱਲੇ ਵੜ ਗਿਆ, ਲੈ ਹੁਣ ਹਿਸਾਬ ਲਾ ਲਓ। ਜਦੋਂ ਟਰੈਕਟਰਾਂ ਥੱਲਿਓਂ ਲੱਭ ਲੁੱਭ ਕੇ ਮੁੜ ਕੇ ਕਹਿੰਦੇ ਕੰਧ ਗਿਆ, ਉਹ ਵਿੱਚ ਦੀ ਮੋਰੀ ਜੀ ਦੇ ਵਿੱਚ ਦੀ ਲੰਘ ਗਿਆ, ਹੁਣ 100 ਕਿੱਲਾ ਕਿਹੜਾ ਪਤਾ ਲੱਗਦਾ, ਪਤਾ ਨਹੀਂ ਕਿੱਧਰ ਨੂੰ ਲੰਘ ਗਿਆ, ਕਹਿੰਦਾ 100 ਕਿੱਲਾ। ਅਗਲਾ ਕਹਿੰਦਾ ਸੱਪ ਦੱਸਦਾ ਕਿ ਪ੍ਰੋਪਰਟੀ ਗਣਾਉਣਾ ਆਪਣੀ, ਵੀ ਸਾਡੇ ਘਰੇ ਆ ਵੀ ਹੈ, ਸਾਡੇ ਐਵੇਂ, ਹੁਣ ਅਗਲੇ ਨੂੰ ਪਤਾ ਲੱਗਦਾ ਨਹੀਂ ਫੁਕਰਾ ਸਾਰਾ ਕੁਝ ਦੱਸ ਗਿਆ ਆਪਦਾ, ਗੱਲਾਂ ਗੱਲਾਂ ਜੀ। ਹੁਣ ਅਗਲਾ ਕਹੇ ਤੈਂ ਤੇ ਮੈਨੂੰ ਪਹਿਲਾਂ ਹੀ ਦੱਸਤਾ ਸੀ ਵੀ ਬੰਦਾ ਫੁਕਰਾ ਹੈ, ਅਗਲਾ ਕਹਿੰਦਾ ਤੈਨੂੰ ਆਈਡੀਆ ਨਹੀਂ ਲੱਗਿਆ, ਮੈਨੂੰ ਲੱਗ ਗਿਆ, ਮੈਂ ਗੱਲਾਂ ਗੱਲਾਂ 'ਚ ਫੜ ਲਿਆ ਤੇ ਇੱਥੋਂ ਫੜ ਨਹੀਂ ਹੋਇਆ। ਤੇ ਭਰਾਵੋ ਕਈਆਂ ਦੇ ਦਿਮਾਗ ਇਹੋ ਜਿਹੇ ਚੱਲਦੇ ਆ, ਬੰਦੇ ਦੀ ਸਾਈਕੀ ਪੜ੍ਹਨੀ ਆਉਂਦੀ ਹੈ, ਸਾਡੀ ਪ੍ਰੋਬਲਮ ਇਹ ਹੈ ਸਾਡੇ ਤੇ ਸਾਈਕੀ ਤੇ ਕਿਤਾਬ ਹੀ ਕੋਈ ਨਹੀਂ। ਸਿੱਖ ਫਿਲਾਸਫਰ
ਕੋਈ ਇਹੋ ਜਿਹਾ ਨਹੀਂ ਜਿਹਦਾ ਨਾਂ ਲੈ ਕੇ ਦੱਸ ਸਕਾਂ ਵੀ ਮਨ ਮਾਈਂਡ ਕਿਵੇਂ ਕੰਮ ਕਰਦਾ, ਦਿਮਾਗ ਕਿਵੇਂ ਕੰਮ ਕਰਦਾ, ਹਿਊਮਨ ਸਾਈਕੀ ਕੀ ਹੈ, ਇਹਦੇ ਤੇ ਕਿਹੜੀ ਕਿਤਾਬ ਪੜ੍ਹੀਏ ਹੈ ਹੀ ਨਹੀਂ ਸਿੱਖਾਂ ਚ। ਸਾਡੇ ਇਦਾਂ ਦੇ ਵਿਦਵਾਨ ਹੀ ਨਹੀਂ ਜਿਹੜੇ ਬੰਦੇ ਦਾ ਸੁਭਾਅ ਕਿਵੇਂ ਕੰਮ ਕਰਦਾ ਹੈ, ਐਟੀਚਿਊਡ ਕਿਵੇਂ ਘੜਿਆ ਜਾਂਦਾ, ਇਸ ਟੌਪਿਕ ਤੇ ਡਿਸਕਸ਼ਨ ਹੀ ਹੈ। ਹੁਣ ਬੰਦੇ ਨੂੰ ਪੜ੍ਹਿਆ ਕਿਵੇਂ ਜਾਂਦਾ, ਬਾਹਰਲੇ ਗੋਰਿਆਂ ਨੂੰ ਵੇਖੀਦਾ, ਉਹਨਾਂ ਚ ਕਿਤਾਬਾਂ ਹੀ ਸਾਰੀਆਂ ਦਿਮਾਗ ਤੇ ਨੇ ਵੀ ਬੰਦਾ ਮਾਨੋ ਦਾ ਐਂ ਕੰਮ ਕਰਦਾ ਹੈ, ਆਹ ਵਿਚਾਰ ਐਂ ਆਉਂਦੇ ਨੇ, ਆਹ ਵਿਚਾਰ ਐਂ ਆਉਂਦੇ ਨੇ। ਹੁਣ ਕਿਤਾਬਾਂ ਪੜ੍ਹ ਪੜ੍ਹ ਕੇ ਬੰਦੇ ਪਹਿਲਾਂ ਹੀ ਆਈਡੀਆ ਲਾ ਲੈਂਦੇ ਨੇ ਵੀ ਇਹ ਬੰਦਾ ਕਿੱਥੋਂ ਬੋਲਦਾ, ਇਹਦਾ ਸੁਭਾਅ ਕਿਵੇਂ ਦਾ ਹੈ, ਇਹੋ ਜਿਹੇ ਬੰਦੇ ਰਿਸ਼ਤੇ ਰੱਖ ਸਕਦੇ ਨੇ ਕਿ ਨਹੀਂ, ਇਹੋ ਜਿਹਾ ਬੰਦਾ ਵਧੀਆ ਕੁੜਮ ਹੈ ਕਿ ਨਹੀਂ, ਇਹੋ ਜਿਹਾ ਬੰਦਾ ਚੰਗਾ ਜਵਾਈ ਬਣੂ ਕਿ ਨਹੀਂ, ਇਹੋ ਜਿਹਾ ਬੰਦਾ ਘਰ ਵਾਲੀ ਕਿੱਦਾਂ ਦੀ ਮਿਲੂ ਇਹਨੂੰ, ਜੇ ਇਹੋ ਜਿਹੇ ਸੁਭਾਅ ਦੀ ਮਿਲ ਗਈ ਇਹਦੇ ਨਾਲ ਨਹੀਂ ਘੱਟ ਸਕਦੀ, ਜੇ ਇਹੋ ਜਿਹੇ ਸੁਭਾਅ ਦੀ ਮਿਲ ਗਈ ਫਿਰ ਘੱਟੂ। ਇਹ ਸਾਈਕੀ ਹੈ, ਸੁਭਾਅ ਹੈ, ਤੇ ਸੁਭਾਅ ਨੂੰ ਪੜ੍ਹਨਾ ਸਾਡੇ ਸਿੱਖਾਂ ਚ ਨਹੀਂ ਆਉਂਦਾ, ਇਹਦੇ ਉੱਤੇ ਸਾਡੇ ਚ ਕੋਈ ਵਿਚਾਰ ਨਹੀਂ ਹੁੰਦੀ, ਪਰ ਚਾਹੀਦਾ ਇਹ ਹੈ ਕਿ ਸੁਭਾਅ ਕੰਮ ਕਿਵੇਂ ਕਰਦਾ, ਬੰਦੇ ਦਾ ਦਿਮਾਗ ਕੰਮ ਕਿਵੇਂ ਕਰਦਾ। ਭਰਾਵੋ ਜੇ ਇਹਨਾਂ ਚੀਜ਼ਾਂ ਦਾ ਪਤਾ ਲੱਗੇ, ਬੰਦੇ ਨੂੰ ਪਹਿਲੀ ਵਾਰੀ ਤੁਸੀਂ ਮਿਲੋ, ਅਗਲੇ ਦੇ ਐਕਸ਼ਨ ਵੇਖ ਕੇ ਤੈਨੂੰ ਪਤਾ ਲੱਗ ਜਾਣਾ ਵੀ ਇਹ ਬੰਦਾ ਮੇਰਾ ਕੁੜਮ ਬਣਨਾ ਚਾਹੀਦਾ ਹੈ ਕਿ ਨਹੀਂ, ਇਹਦੇ ਨਾਲ ਮੇਰਾ ਰਿਸ਼ਤਾ ਨਿਭੂ ਕਿ ਨਹੀਂ। ਤੇ ਜਦੋਂ ਤੁਹਾਡਾ ਸੁਭਾਅ ਤੁਸੀਂ ਪੜ੍ਹਿਆ ਉਹਦੇ ਬਾਰੇ, ਸਾਈਕੀ ਦੇ ਬਾਰੇ, ਬਾਕੀ ਤਜਰਬਾ ਵੀ ਹੁੰਦਾ, ਐਕਸਪੀਰੀਅੰਸ ਵੀ ਹੁੰਦਾ, ਉਹਦੇ ਤੇ ਜਦੋਂ ਤੁਸੀਂ ਡਿਸਕਸ਼ਨ ਕਰਦੇ ਹੋ, ਵਿਚਾਰ ਕਰਦੇ ਹੋ, ਤੇ ਜਦੋਂ ਤੁਹਾਡੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਬੰਦਾ ਮਿਲ ਗਿਆ, ਤੈਂ ਕਹਿਣਾ ਆਹ ਬੰਦਾ ਤੇ ਇਹੋ ਜਿਹਾ ਨਿਕਲੂ ਬਾਅਦ 'ਚ, ਬਸ ਫਿਰ ਉਦੋਂ ਹੀ ਪਤਾ ਲੱਗਦਾ ਹੈ। ਅਗਲਾ ਕਹਿੰਦਾ ਯਾਰ ਤੈਂ ਤੇ ਪਹਿਲਾਂ ਹੀ ਦੱਸਤਾ ਸੀ, ਕਿਉਂਕਿ ਤੇਰਾ ਤਜਰਬਾ ਹੋ ਗਿਆ, ਤੈਨੂੰ ਪਤਾ ਲੱਗ ਗਿਆ। ਸਾਡੇ ਤਜਰਬੇ ਤੇ ਉਦੀ ਜਾਂਦੇ ਨੇ, ਅਗਲਾ ਲਾ ਕੇ ਗੋਡੀ ਹੱਥ ਸਾਡੇ ਸਾਡੇ ਐ ਗੋਡੀ ਹੱਥ ਲਾ ਕੇ ਤੇ ਦੋ ਕੁ ਸਿਫਤਾਂ ਦੇ ਪੁੱਲ ਬਣ ਦਵੇ, ਆਪਾਂ ਸਾਡਾ ਸੋਚਣ ਵਾਲਾ ਦਿਮਾਗ ਹੀ ਬਲੌਕ ਹੋ ਜਾਂਦਾ, ਲੌਜੀਕ ਵਾਲਾ ਪਾਰਟ ਜਿਹੜਾ ਮਾਈਂਡ ਦਾ ਬਲੌਕ ਹੋ ਜਾਂਦਾ, ਅਸੀਂ ਸੋਚਣਾ ਹੀ ਛੱਡ ਦਿੰਦੇ ਹਾਂ, ਅਗਲੇ ਨੇ ਗੋਡੀ ਹੱਥ ਲਾ ਤੇ ਬਸ ਸਾਰਾ ਸਾਨੂੰ ਲੱਗਦਾ ਇਹਦੇ ਵਰਗਾ ਤੇ ਬੰਦਾ ਹੀ ਕੋਈ, ਬੰਦਾ ਹੀ ਸਤਿਕਾਰ ਬਹੁਤ ਕਰਦਾ, ਦਸ ਬੰਦਿਆਂ ਚ ਖੜੇ ਆਪਾਂ ਫਿਰ ਲੋਕਾਂ ਨੂੰ ਪਤਾ ਯਾਰ ਮੇਰੇ ਗੋਡੀ ਹੱਥ ਲਾ ਕੇ ਮਿਲਦਾ, ਸਾਡੇ ਆਮ ਬੰਦੇ ਕਹਿੰਦੇ ਨੀ ਹੁੰਦੇ ਸਾਡਾ MLA ਤੇ ਯਾਰ ਮੇਰੇ ਤੇ ਗੋਡੀ ਹੱਥ ਲਾ ਕੇ ਮਿਲਦਾ, ਤੈਨੂੰ ਪਤਾ ਨੀ ਲੱਗਦਾ ਵੀ ਇਹਦੇ ਚ ਕੀ ਗੱਲ ਹੈ, ਤੇਰੇ ਜੇ ਗੋਡੀ ਹੱਥ ਲਾ ਕੇ ਮਿਲਦਾ ਇਹਦਾ ਮਤਲਬ ਚੰਗਾ ਹੋ ਗਿਆ ਬੰਦਾ, ਸਾਡੇ ਕਿੰਨੇ ਮਾਨ ਨਾਲ ਦੱਸਦੇ ਆ ਯਾਰ ਉਹ ਬੰਦਾ DC ਲੱਗਿਆ, ਮੈਂ ਜਦੋਂ ਗਿਆ ਖੜਾ ਹੋ ਗਿਆ, ਮੈਨੂੰ ਤੇ ਗੋਡੀ ਹੱਥ ਲਾਇਓ, ਇਹਦੇ ਚ ਕੀ ਹੋ ਗਿਆ ਬਈ, ਤੈਨੂੰ ਕੀ ਲੱਗਦਾ ਵੀ ਇੰਨੇ ਨਾਲ ਬੰਦਾ ਸਹੀ ਹੋ ਜਾਂਦਾ, ਬੰਦਾ ਚੰਗਾ ਬਣ ਜਾਂਦਾ ਇੰਨੇ ਨਾਲ, ਪਰ ਸਾਡੇ ਵਾਲੇ ਤੇ ਮਾੜਾ ਜਿਹਾ ਕਿਸੇ ਨੇ ਗੋਡੀ ਹੱਥ ਲਾ ਤੇ ਅਗਲਾ ਕਹਿੰਦਾ ਇਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ, ਇਹ ਤੇ ਬੰਦਾ ਹੀ ਬਹੁਤ ਵਧੀਆ, ਪਰ ਸੁਭਾਅ ਵੇਖਣਾ ਪੜ੍ਹਨਾ ਆਉਣਾ ਚਾਹੀਦਾ। ਭਾਈ ਲੱਖੂ ਉਹ ਜਿਹੜਾ ਭਾਈ ਪੁਰਾਣਾ ਉਹ ਕਹਿੰਦਾ ਇਹ ਬੰਦੇ ਦਾ ਹਾਵ ਭਾਵ ਵੇਖ ਕੇ ਪਤਾ ਲੱਗਦਾ ਵੀ ਬੰਦਾ ਤੇ ਧਾੜਵੀ ਹੈ, ਧਾੜਵੀ ਹੈ ਲੁਟੇਰਾ, ਉਹ ਕਹਿੰਦਾ ਤੇਰੇ ਵਰਗਾ ਥੋੜਾ ਛੱਡਦਾ ਮੈਂ, ਤੇ ਮੈਂ ਤੈਨੂੰ ਤਾਂ ਛੱਡਤਾ ਵੀ ਚੱਲ ਬੈਠਾ ਅੱਖਾਂ ਜੀਆਂ ਬੰਦ ਕਰਕੇ, ਮੈਂ ਤੈਨੂੰ ਕਿਹਾ ਕੁਛ ਨਹੀਂ ਤੇ ਤੇਰੇ ਵਰਗਿਆਂ ਨੂੰ ਥੋੜਾ ਮੈਂ ਇੰਨਾ ਟਾਈਮ ਲਾਉਂਦਾ ਹੁੰਦਾ। ਤੇ ਭਾਈ ਪੁਰਾਣਾ ਲੱਗ ਪਿਆ ਸ਼ੁਰੂ ਹੋ ਗਿਆ, ਉਹ ਕਹਿੰਦਾ ਯਾਰ ਇੰਨਾ ਕੁਝ ਕਰਦਾ ਕਿਹਦੇ ਲਈ ਹੈ, ਕਹਿੰਦਾ ਆਪਣੇ ਨਿਆਣਿਆਂ ਲਈ, ਆਪਣੇ ਬੱਚਿਆਂ ਲਈ, ਇਹ ਲੁੱਟਾਂ ਖੋਹਾਂ ਕਰਦਾ ਕਿਹਦੇ ਲਈ ਹੈ, ਕਹਿੰਦੇ ਨਿਆਣਿਆਂ ਲਈ। ਉਹ ਕਹਿੰਦੇ ਨਿਆਣੇ ਨੇ ਜਿਹੜੇ ਤੇਰੇ, ਬੱਚੇ ਨੇ ਜਿਹੜੇ ਤੇਰੇ, ਹਿਸਾਬ ਕਿਤਾਬ ਤੇ ਤੇਰੀ ਜਿੰਦੜੀ ਦਿੰਦੀ ਹੈ, ਕਿਸੇ ਨੂੰ ਮਾਰਦਾ ਉਹਦੀਆਂ ਚੀਕਾਂ ਤੇ ਤੈਨੂੰ ਸੁਣਨੀਆਂ ਨੇ, ਪੀਸਿਆ ਤੇ ਤੂੰ ਜਾਏਗਾ, ਜਿਹੜਾ ਕਿਸੇ ਨਾਲ ਧੋਖਾ ਕੀਤਾ ਹੁੰਦਾ, ਠੱਗੀ ਕੀਤੀ ਹੁੰਦੀ ਹੈ, ਹੁਣ ਅਗਲਾ ਲੁੱਟ ਕੇ ਤੇ ਲੈ ਆਉਂਦਾ, ਨਿਆਣਿਆਂ ਨੂੰ ਥੋੜਾ ਪਤਾ ਲੱਗਦਾ ਵੀ ਬਾਪੂ ਕਿੱਥੋਂ ਲੈ ਕੇ ਆਇਆ, ਪਰ ਜਿਹਨੂੰ ਲੁੱਟਿਆ, ਜਿਹਨੂੰ ਮਾਰਿਆ, ਜਿਹਨੂੰ ਕਤਲ ਕਰਿਆ, ਜਿਹਨੇ ਕਰਿਆ, ਜਾਣ ਤੇ ਉਹਦੀ ਪੀਸੀ ਜਾਂਦੀ ਹੈ ਨਾ। ਜਿਹੜਾ ਵੀ ਤੁਸੀਂ ਗਲਤ ਕੰਮ ਕਰਦੇ ਆ ਤੁਹਾਡੀ ਜਿੰਦੜੀ ਦੇ ਅੰਦਰ ਲੇਖੇ ਦਿੰਦੀ ਹੈ, ਮਾੜਾ ਕੰਮ ਕੋਈ ਕਰਿਆ ਕਿਸੇ ਨਾਲ ਕਰਿਆ, ਆਪਣੇ ਆਪ ਨੂੰ ਤੇ ਪਤਾ, ਕਿਸੇ ਨੂੰ ਨੀ ਪਤਾ, ਆਪਣੇ ਆਪ ਨੂੰ ਤੇ ਪਤਾ ਹੈ। ਅਗਲਾ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ, ਕਿਸੇ ਨੂੰ ਨੀ ਪਤਾ ਲੱਗਿਆ, ਆਪਣੇ ਆਪ ਨੂੰ ਪਤਾ ਹੈ।
ਜਦੋਂ ਬੰਦਾ ਕੁਛ ਗਲਤ ਕਰਦਾ ਹੈ ਲੋਕਾਂ ਤੋਂ ਲੁਕੋ ਸਕਦਾ ਹੈ ਪਰ ਆਪਣੇ ਆਪ ਤੋਂ ਥੋੜਾ ਲੁਕੋ ਸਕਦਾ ਹੈ। ਕਿਸੇ ਨੇ ਤੇਰਾ ਥੋੜਾ ਕੁਛ ਵਿਗਾੜ ਦੇਣਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ। ਅੱਧਾ ਅੱਧਾ ਬੋਲੋ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ। ਓਏ ਗੱਲ ਸੁਣ ਲਖੂਆ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਸੰਗੋ ਨਾ ਬਈ। ਤੇਰੇ ਮਾੜੇ ਕਿਸੇ ਤੈਨੂੰ ਕੀ ਮਾਰਨਾ, ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਮਨਾ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ। ਭਾਈ ਹਿਸਾਬ ਕਿਤਾਬ ਤੇ ਸਾਡੇ ਨਾਲ ਹੋਣਾ, ਤੇ ਕਿਹੜਾ ਕਿਸੇ ਨੇ ਪਰਿਵਾਰ ਨੇ ਬੱਚੇ ਨੇ। ਹੁਣ ਸੁਣੋ ਬਈ, ਜਿਹੜਾ ਅੰਦਰ ਤਰਾ ਤਰਾ ਕਰਦਾ ਹੁੰਦਾ ਜਦੋਂ ਕੀਤੀਆਂ ਕਰਤੂਤਾਂ ਬੰਦੇ ਨੂੰ ਯਾਦ ਆਉਂਦੀਆਂ, ਹੁਣ ਉਦੋਂ ਘਰ ਵਾਲੀ ਅੰਦਰ ਕੀ ਹੈਲਪ ਕਰੇ, ਚੱਲਦਾ ਤੇ ਸਾਰਾ ਕੁਝ ਅੰਦਰ ਹੈ, ਬੰਦੇ ਦਿਮਾਗ 'ਚ ਚੱਲਦਾ। ਜਿੱਥੇ ਜਿੱਥੇ ਜੋ ਜੋ ਗਲਤੀਆਂ ਕੀਤੀਆਂ ਉਹ ਤੇ ਬੰਦੇ ਦੇ ਅੰਦਰ ਪਿਕਚਰਾਂ ਪਈਆਂ, ਉਹ ਤੇ ਆਪ ਡਿਲੀਟ ਕਰਨੀਆਂ ਪੈਂਦੀਆਂ, ਬੜੀ ਮਿਹਨਤ ਕਰਨੀ ਪੈਂਦੀ, ਉਹਦੇ ਬਾਹਰੋਂ ਕੋਈ ਕਿਵੇਂ ਕਰ ਸਕਦਾ। ਬਹੁ ਪਰਪੰਚ ਕਰ ਪਰ ਧਨ ਲਿਆ ਵੈ ਸੁਤਦਾਰਾ, ਪਹਿਆਨ ਲਟਾਵੈ ਮਨ ਮੇਰੇ ਭੁੱਲੇ, ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ। ਤੇਰੀ ਜਿੰਦ ਲਿਖੇ ਦਿੰਦੀ ਹੈ, ਛਿਨ ਛਿਨ ਤਨ ਛੀਜੈ ਜਰਾ ਜਣਾਵੈ, ਬੁੜਾ ਹੋ ਜਾਣਾ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ। ਜਿਹੜੇ ਪਰਿਵਾਰ ਲਈ ਕਰਦਾ, ਜਿਹੜੇ ਬੱਚਿਆਂ ਲਈ ਕਰਦਾ ਬੁਢੇਪੇ ਵਿੱਚ, ਇਹ ਤੇ ਕਈ ਵਾਰੀ ਐ ਅਗਲਾ ਕਹਿੰਦਾ ਓਕ ਚ ਪਾਣੀ ਪਾ ਦਿਓ, ਕਹਿੰਦੇ ਉੱਥੇ ਵੀ ਨਹੀਂ ਪਾਉਂਦੇ, ਪਾਣੀ ਦਾ ਗਲਾਸ ਨਹੀਂ ਫੜਾਉਂਦੇ ਕਈ। ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦਾ ਰਾਮ ਕੀ ਨਾ ਜਪੈ ਸਵੇਰਾ। ਜਿਹੜੇ ਬੱਚਿਆਂ ਲਈ ਪਰਿਵਾਰ ਲਈ ਜਿੰਨਾ ਮਰਜ਼ੀ ਕਰਦੇ ਆ, ਜਿਵੇਂ ਜਿਵੇਂ ਬੰਦਾ ਬੁੜਾ ਹੋਈ ਜਾਂਦਾ ਉਵੇਂ ਉਵੇਂ ਦਿਲੋਂ ਲਈ ਜਾਂਦਾ ਅਗਲਾ, ਔਖਾ ਹੋ ਜਾਂਦਾ ਅਗਲਾ, ਕਹਿੰਦਾ ਕਿਹੜਾ ਸਾਂਭੂ। ਚਿੰਤਾ ਪਈ ਹੈ ਲੋਕਾਂ ਨੇ, ਮਾਂ ਪਿਓ ਵੰਡ ਲਏ ਕਈਆਂ ਨੇ, ਤਾਂ ਵੀ ਬੇਬੇ ਨੂੰ ਤੂੰ ਲੈ ਜਾ, ਬਾਪੂ ਨੂੰ ਤੂੰ ਲੈ ਜਾ, ਅੱਡ ਅੱਡ ਰੱਖੋ, ਇੱਕ ਸਾਂਭ ਸਕਦੇ ਆ, ਦੋ ਨਹੀਂ ਸਾਂਭੇ ਜਾਂਦੇ। ਤੇ ਜਿਹੜੇ ਦੋ ਨੰਬਰੀਏ ਹੋਣ, ਪੁੱਠੇ ਸਿੱਧੇ ਸਾਰੀ ਜ਼ਿੰਦਗੀ ਕੰਮ ਕਰੇ ਹੋਣ, ਬੱਚਿਆਂ ਨੂੰ ਵੀ ਪਤਾ ਹੀ ਹੁੰਦਾ ਕਿਹੜੀ ਕਰਤੂਤ ਦਾ ਮਾਲਕ ਰਿਹਾ ਸਾਰੀ ਜ਼ਿੰਦਗੀ, ਕੀ ਸਾਂਭੂ ਕੋਈ ਉੱਥੇ।
ਇਹੋ ਜੇ ਐਦਾਂ ਭਾਈ ਪ੍ਰਾਣਾ ਜੀ ਗੱਲ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਲੱਖੂ ਦੇ ਹੱਥ ਚੋਂ ਕੁਹਾੜਾ ਡਿੱਗ ਪਿਆ। ਗੱਲਾਂ ਕਰਦਾ ਕਹਿੰਦਾ ਲੱਗਦੇ ਤੇ ਤੁਸੀਂ ਮੇਰੇ ਕੁਛ ਨਹੀਂ ਪਰ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ, ਰਿਸ਼ਤਾ ਤੇ ਸਾਡਾ ਕੋਈ ਨਹੀਂ ਪਰ ਮੈਨੂੰ ਤੇਰੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ। ਇਹ ਗੱਲਾਂ ਸਿੱਖਿਆ ਕਿੱਥੋਂ ਹੈ? ਭਾਈ ਪ੍ਰਾਣਾ ਜੀ ਕਹਿੰਦੇ ਮੈਨੂੰ ਤੇ ਕੱਖ ਵੀ ਨਹੀਂ ਆਉਂਦਾ, ਮੈਂ ਤੇ ਗੁਰੂ ਅਰਜਨ ਦੇਵ ਜੀ ਤੋਂ ਸੁਣਿਆ, ਮੈਂ ਤੈਨੂੰ ਸੁਣਾ, ਮੈਂ ਤੇ ਉਹਨਾਂ ਤੋਂ ਸਿੱਖਣਾ। ਜੇ ਤੈਨੂੰ ਵਧੀਆ ਲੱਗਦੀਆਂ ਇੱਕ ਵਾਰੀ ਉਹਨਾਂ ਕੋਲ ਚੱਲ, ਫਿਰ ਲੱਗੂ ਪਤਾ ਵੀ ਕੀ ਕੁਛ ਵਧੀਆ, ਆ ਜਾ ਫਿਰ ਗੱਲ ਕਰੀਏ। ਜੇ ਤੈਨੂੰ ਮੈਂ ਵਧੀਆ ਲੱਗਦਾ ਤੇ ਉਹ ਕਿੰਨੇ ਕੁ ਵਧੀਆ ਲੱਗਣਗੇ, ਜਿਨ੍ਹਾਂ ਦਾ ਮੈਂ ਸੇਵਕ ਉਹ ਕਿੰਨੇ ਕੁ ਵਧੀਆ ਹੋਣਗੇ ਫਿਰ ਜੇ ਮੈਂ ਵਧੀਆ ਲੱਗਦਾ ਤੇ। ਲਓ ਜੀ ਵੇਖੋ ਤਿਆਰ ਹੋ ਗਿਆ। ਬਸ ਮੈਂ ਕਹਿਣਾ ਚਾਹੁੰਦਾ ਸੀ ਵੀ ਬਦਲਦਾ ਉਹ ਹੈ ਜਿਹੜਾ ਬਦਲਣਾ ਚਾਹੁੰਦਾ। ਆਪਾਂ ਕਹੀਏ ਭਾਈ ਪ੍ਰਾਣੇ ਨੇ ਲੱਖੂ ਬਦਲਤਾ, ਨਹੀਂ ਭਾਈ ਲੱਖੂ ਬਦਲਣਾ ਚਾਹੁੰਦਾ ਸੀ ਉਹ ਤਾਂ ਬਦਲਿਆ। ਜੇ ਭਾਈ ਲੱਖੂ ਕਹਿੰਦਾ ਮੈਂ ਨਹੀਂ ਬਦਲਣਾ, ਭਾਈ ਪ੍ਰਾਣਾ ਫਿਰ ਨਹੀਂ ਬਦਲ ਸਕਦਾ। ਤਾਂ ਬਦਲ ਸਕਦਾ ਬੰਦਾ ਜੇ ਆਪਣੇ ਆਪ ਨੂੰ ਬਦਲਣਾ ਚਾਹਵੇ। ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਤੁਹਾਨੂੰ ਵੀਰੋ, ਇੱਕੋ ਹੀ ਬੰਦਾ ਬਦਲ ਸਕਦਾ। ਕੌਣ? ਅਸੀਂ ਆਪ। ਤੈਨੂੰ ਤੂੰ ਹੀ ਬਦਲ ਸਕਦਾ, ਮੈਨੂੰ ਮੈਂ ਬਦਲ ਸਕਦਾ, ਤੈਨੂੰ ਕੋਈ ਨਹੀਂ ਬਦਲ ਸਕਦਾ ਜੇ ਤੂੰ ਨਹੀਂ ਬਦਲਣਾ ਚਾਹੁੰਦਾ, ਤੈਨੂੰ ਆਪ ਬਦਲਣਾ ਪਊ। ਭਾਈ ਲੱਖੂ ਬਦਲਣਾ ਚਾਹੁੰਦਾ ਹੈ, ਵੇਖੋ ਬਦਲ ਗਿਆ, ਸੁਣਿਆ ਸਮਝਿਆ, ਚੱਲ ਆ ਗਈ ਦਿਮਾਗ ਚ, ਕਹਿੰਦਾ ਮੈਂ ਤੇ ਤੇਰੇ ਗੁਰੂ ਨੂੰ ਮਿਲਣਾ। ਕਹਿੰਦੇ ਚੱਲ ਫਿਰ, ਲੱਕੜਾਂ ਦੀ ਪੰਡ ਲੱਗਿਆ ਚੱਕਣ, ਕਹਿੰਦਾ ਮੈਂ ਚੱਕਦਾ। ਕਹਿੰਦੇ ਨਹੀਂ ਨਹੀਂ ਅੱਜੇ ਹੀ ਰਹਿ ਕਰ, ਆ ਮੈਂ ਲੈ ਕੇ ਜਾਊਂ ਚੱਕ ਕੇ। ਸਾਡੇ ਵਾਲਾ ਤੇ ਚਾਹ ਚੜ ਜਾਂਦਾ ਵੀ ਮਿਲ ਗਿਆ ਚੇਲਾ, ਚੱਕ ਬਾਟੀ, ਚੱਕ ਭਾਂਡੇ, ਚੱਕ ਬਿਸਤਰਾ ਮੇਰਾ, ਹੁਣ ਤੂੰ ਬੇਸ਼ੁਕਰ ਹੈ, ਮੈਨੂੰ ਚੇਲਾ ਮਿਲ ਗਿਆ ਨਵਾਂ। ਚੇਲਿਆਂ ਦੇ ਵੀ ਗਾਂ, ਚੇਲਿਆਂ ਦੇ ਚੇਲੇ ਹੁੰਦੇ ਨੇ। ਅਗਲਾ ਕਹਿੰਦਾ ਮਿਲੇ ਸਹੀ ਸੇਵਾਦਾਰ, ਕੋਈ ਮਾੜੀ ਜੀ ਸੇਵਾ ਕਰਨ ਵਾਲਾ ਮਿਲੇ ਤੇ ਸਹੀ। ਹੁਣ ਅਗਲਾ ਕਹਿੰਦਾ ਇਹ ਮੇਰੀਆਂ ਲੱਤਾਂ ਕੁੱਟੂ, ਕੋਈ ਮੇਰੀਆਂ ਗਾਂ ਲੱਤਾਂ ਕੁੱਟਣ ਵਾਲਾ ਹੋਵੇ, ਏਦਾਂ ਹੀ ਸੋਚਦਾ ਅਗਲਾ। ਉਹ ਤਾਂ ਕਹਿੰਦਾ ਸ਼ੁਕਰ ਹੈ ਮੈਨੂੰ ਚੇਲਾ ਮਿਲ ਗਿਆ। ਉਹ ਕਹਿੰਦਾ ਐ ਕਿਵੇਂ, ਐ ਨੀ ਤੈਨੂੰ ਚੁਕਾਉਣੀ, ਮੈਂ ਪੰਡ ਮੈਂ ਆਪ ਚੁੱਕੂ। ਭਾਈ ਲੱਖੂ ਭਾਈ ਪ੍ਰਾਣਾ ਆਪੇ ਪੰਡ ਚੱਕ ਕੇ ਲੱਗਿਆ। ਗੁਰੂ ਸਾਹਿਬ ਕੋਲ ਗਏ, ਮਹਾਰਾਜ ਕਹਿੰਦੇ ਆ ਗਿਆ ਇੱਕ ਹੋਰ। ਮਹਾਰਾਜ ਕਹਿੰਦੇ ਕਿਹਨੂੰ ਲੈ ਆਇਆ, ਕੌਣ ਹੈ ਇਹ? ਕਹਿੰਦੇ ਇਹਨੂੰ ਹੀ ਪੁੱਛ ਲਓ। ਕੌਣ ਹੈ ਲੱਖੂ, ਕੰਮ ਕੀ ਕਰਦਾ? ਕਹਿੰਦੇ ਨਾ ਹੀ ਪੁੱਛੋ ਵੀ ਕੀ ਕਰਦਾ, ਕੰਮ ਤੇ ਤੁਸੀਂ ਮੈਨੂੰ ਨਾ ਹੀ ਪੁੱਛੋ, ਕੋਈ ਪੁੱਠਾ ਕੰਮ ਨਹੀਂ ਜਿਹੜਾ ਮੈਂ ਨਹੀਂ ਕਰਿਆ, ਸਾਰੇ ਪੁੱਠੇ ਕੰਮ ਕਰੇ। ਹੁਣ ਕੀ ਚਾਹੁੰਦਾ ਹੈ ਸੱਚੇ ਪਾਤਸ਼ਾਹ? ਔਗਣ ਹਾਰ ਨੂੰ ਲਾਲ ਚਰਨਾਂ ਦੇ ਨਾਲ, 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 ਔਗਣ ਹਾਰ ਨੂੰ ਲਾਲ ਚਰਨਾਂ
ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ। ਅਸੀਂ ਤੇ ਤੁਹਾਡੇ ਆ ਮਹਾਰਾਜ। ਮਹਾਰਾਜ ਕਹਿੰਦੇ ਫਿਰ ਚਾਹੁੰਦਾ ਕੀ ਹੈ? ਕਹਿੰਦਾ ਜੀ ਮੈਂ ਵੀ ਬੰਦਾ ਬਣ ਜਾ, ਮੈਂ ਵੀ ਬੰਦਿਆਂ ਵਾਲੇ ਕੰਮ ਕਰਾਂ, ਮੈਂ ਵੀ ਇਨਸਾਨੀਅਤ ਮੇਰੇ ਚ ਵੀ ਆਵੇ, ਮੈਂ ਤਾਂ ਤੁਹਾਡੇ ਕੋਲ ਆਇਆ। ਵੇਖੋ ਲੁੱਟਾਂ ਖੋਹਾਂ ਕਰਨ ਵਾਲਾ ਬੰਦਾ ਬਦਲਣਾ ਚਾਹੁੰਦਾ ਹੈ ਤੇ ਬਦਲ ਗਿਆ। ਸਤਿਗੁਰੂ ਕੋਲ ਆਇਆ, ਸਿੱਖਿਆ, ਸਮਝਿਆ, ਜ਼ਿੰਦਗੀ ਬਦਲ ਗਈ। ਲੱਖੂ ਧਾੜਵੀ ਭਾਈ ਲੱਖੂ ਬਣਿਆ, ਪੱਕਾ ਸ਼ਰਧਾਲੂ ਬਣਿਆ, ਜੁੜਿਆ ਹੀ ਨਹੀਂ, ਪ੍ਰਚਾਰਕ ਬਣ ਕੇ ਲੱਖਾਂ ਨੂੰ ਜੋੜਿਆ, ਹਜ਼ਾਰਾਂ ਨੂੰ ਜੋੜਿਆ। ਤਾਂ ਕਰਕੇ ਭਾਈ ਜ਼ਿੰਦਗੀ ਬਦਲ ਜਾਂਦੀ ਹੈ। ਜੇ ਕੋਈ ਬਦਲਣਾ ਚਾਹੇ ਆਪਣੇ ਆਪ ਨੂੰ ਬਦਲਣਾ ਪੈਂਦਾ, ਆਪਣੇ ਆਪ ਨੂੰ ਚੇਂਜ ਕਰਨਾ ਪੈਂਦਾ, ਆਪਣੀ ਸੋਚ ਬਦਲਣੀ ਪੈਂਦੀ ਹੈ। ਤਾਂ ਕਰਕੇ ਸਤਿਗੁਰੂ ਕਹਿੰਦੇ ਹੈ ਕਿ ਲਾਹਾ ਲਈਏ, ਸਿੱਖਣਾ ਤੇ ਪੈਣਾ, ਮਿਹਨਤ ਤੇ ਕਰਨੀ ਪੈਣੀ, ਪਰ ਲਾਹੇ ਕੋ ਤੂੰ ਢੀਲਾ ਢੀਲਾ, ਇੱਥੇ ਬੰਦਾ ਢਿੱਲਾ ਢਿੱਲਾ। ਪੰਗਤੀਆਂ ਰਹਿ ਗਈਆਂ ਸ਼ਬਦ ਦੀਆਂ, ਦੋ ਕੋ ਸੁਣ ਲਓ। ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕੋ ਹਰਨਾਇਆ, ਨਾਨਕ ਆਹੇ ਸ਼ਰਨ ਪ੍ਰਭ ਆਇਆ, ਰੱਖ ਲਾਜੇ ਅਪਣਾਇਆ। ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਜਿਹੜਾ ਸਹਾਰਾ ਆ ਉਹ ਹੈ ਨਾਮ ਦਾ, ਗਿਆਨ ਦਾ। ਮੈਂ ਗਿਆਨ ਲੈਣਾ ਚਾਹੁੰਦਾ, ਮੈਂ ਆਪਣੇ ਆਪ ਨੂੰ ਬਦਲਣਾ ਚਾਹੁੰਦਾ, ਮੇਰਾ ਮਨ ਹੁਣ ਇਸ ਪਾਸੇ ਲੱਗਿਆ। ਜਿਵੇਂ ਗੁਰੂ ਸਾਹਿਬ ਕਹਿੰਦੇ ਹੈ ਕਿ ਮੈਂ ਬਦਲਣ ਲਈ ਤਿਆਰ ਹਾਂ, ਆਪਣੇ ਆਪ ਨੂੰ ਚੇਂਜ ਕਰਨ ਨੂੰ ਤਿਆਰ ਹਾਂ, ਇੱਦਾਂ ਹੀ ਅਸੀਂ ਸਾਰਿਆਂ ਨੇ ਤਿਆਰੀ ਕਰਨੀ ਹੈ, ਆਪਣੇ ਆਪ ਨੂੰ ਬਦਲਣਾ ਹੈ, ਆਪਣੀ ਸੋਚ ਬਦਲਣੀ ਹੈ। ਹੇ ਪਰਮਾਤਮਾ ਮੈਂ ਤੇਰੀ ਸ਼ਰਨ 'ਚ ਆਇਆ ਅਤੇ ਤੂੰ ਮੈਨੂੰ ਅਕਲ ਦੇ, ਸਮਝ ਦੇ। ਗੱਜ ਕੇ ਹੁਣ ਆਪਾਂ ਗੁਰੂ ਸਤੋਤਰ 'ਚ ਬੋਲੋ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੀਏ। ਮਹਾਰਾਜ ਜਾਣਗੇ ਫਿਰ ਚੱਲਾਂਗੇ, ਪੰਜ ਮਿੰਟ ਦੇ ਵਿੱਚ ਵਿੱਚ ਅਰਦਾਸ ਹੁਕਮਨਾਮੇ ਹੋ ਜਾਣਗੇ, ਫਿਰ ਚੱਲ ਆਪਾਂਗੇ। ਜਿੱਥੇ ਇੰਨਾ ਚਿਰ ਬੈਠੇ ਹੋ ਪੰਜ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਸਾਹਿਬ ਜਾਣਗੇ ਫਿਰ ਚੱਲ ਆਪਾਉਣਾ। ਬਹੁਤ ਪਿਆਰ ਨਾਲ ਅੱਜ ਸੁਣਿਆ, ਕੱਲ ਵੀ ਵੇਲੇ ਨਾਲ ਆਉਣਾ। ਡੇਢ ਕੁ ਵਜੇ ਤੱਕ ਆ ਜਾਇਆ ਕਰੋ ਭਾਈ, ਲੇਟ ਨਾ ਕਰੀਏ, ਡੇਢ ਕੁ ਵਜੇ। ਆ ਵੀਰਾਂ ਨੇ ਕਿਹਾ ਬੱਸ ਟਰਾਲੀ ਲਈ ਜੇ ਕਿਸੇ ਨੂੰ ਲੋੜ ਹੈ ਤੇ ਲੰਗਰ ਦੇ ਸਾਹਮਣੇ ਆਪਣਾ ਨਾਮ ਨੋਟ ਕਰਾ ਦੇ। ਬੱਸੋਂ ਵਾਲੇ ਕਹਿੰਦੇ ਆ ਵੀ ਜੇ ਕਿਸੇ ਨੂੰ ਬੱਸ ਟਰਾਲੀ ਚਾਹੀਦੀ ਹੈ ਤੇ ਲੰਗਰ ਦੇ ਸਾਹਮਣੇ ਆਪਣਾ ਨਾਮ ਨੋਟ ਕਰਾ ਦੇਣ, ਕਿਸੇ ਵੀ ਪਿੰਡ ਵਿੱਚ ਲੋੜ ਹੋਵੇ। ਵੈਸੇ ਤੇ ਮਰੀਜ਼ਾਂ ਨੂੰ ਚੱਕ ਕੇ ਲਿਆਉਣਾ ਪੈਂਦਾ ਹੁੰਦਾ, ਚੰਗਾ ਭਲਾ ਤੇ ਆਪੇ ਹੀ ਆ ਜਾਂਦਾ ਹੈ। ਇੰਨੇ ਤੇ ਨਹੀਂ ਮਰ ਗਏ ਅਸੀਂ ਵੀ ਹੁਣ ਇੱਥੇ ਤੱਕ ਨਹੀਂ ਆ ਸਕਦੇ। ਜਿਹਨਾਂ ਕੋਲ ਹੁੰਦਾ ਹੈ ਹਿੰਮਤ ਕਰਿਆ ਕਰੋ, ਜਿਹੜਾ ਬੰਦਾ ਹੋਵੇ ਠੀਕ ਉਹ ਆਪੇ ਜਾਂਦਾ ਮਰੀਜ਼, ਤੇ ਜਿਹੜਾ ਤੋਰੀ ਨਹੀਂ ਸਕਦਾ ਉਹਨੂੰ ਕਹਿੰਦੇ ਹੁਣ ਇਹਨੂੰ ਚੱਕ ਕੇ ਲਿਜਾਣਾ ਪੈਂਦਾ, ਚੱਕ ਕੇ ਉਹਨੂੰ ਲਿਜਾਣਾ ਪੈਂਦਾ ਜਿਹੜਾ ਜਮਾ ਹੀ ਰਹਿ ਜੇ ਭਾਈ। ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਰਹੇ ਨਹੀਂ ਨਾ ਹੋਏ, ਉਹ ਤੇ ਪਟਿਆਲੇ ਤੋਂ ਆਏ, ਉਹ ਤੇ ਸਾਈਕਲਾਂ ਤੇ ਆਏ, ਉਹ ਤੇ ਤੁਰ ਕੇ ਆਏ ਆ ਚਾਰ ਚਾਰ ਪੰਜ ਪੰਜ ਕਿਲੋਮੀਟਰ। ਤੇ ਜਿਹੜੇ ਬੰਦੇ ਨੇ ਨਹੀਂ ਆਉਣਾ ਇੱਥੇ, ਆਂਢ ਗੁਆਂਢ 'ਚ ਹੀ ਪਏ ਹੋਣਗੇ, ਕਹਿਣਗੇ ਚੱਲ ਘਰੇ ਹੀ ਠੀਕ ਹੈ, ਉਹਨਾਂ ਨੇ ਨਹੀਂ ਆਉਣਾ ਤੇ ਨਹੀਂ ਆਉਣਾ। ਆਪਾਂ ਤਾਂ ਕਰਕੇ ਕੋਸ਼ਿਸ਼ ਕਰੋ ਆਪੇ ਆਇਆ ਕਰੀਏ, ਚਾਹ ਹੋਵੇ ਵੀ ਆਪੇ ਚਲੇ ਜਾਏ। ਗੱਜ ਕੇ ਹੁਣ ਪੜੋ ਗੁਰੂ ਸਤੋਤਰ, ਕੋਈ ਰਸਨਾ ਵਾਂਝੀ ਨਾ ਰਵੇ। ਕੱਲ ਡੇਢ ਕੁ ਵਜੇ ਆਇਓ ਭਾਈ, ਸ਼ੁਰੂ ਹੋ ਜਾਂਦਾ ਦੀਵਾਨ ਡੇਢ ਵਜੇ, ਦੋ ਵਜਦੇ ਤੋਂ ਪਹਿਲਾਂ ਪਹਿਲਾਂ ਆਪਾਂ ਆ ਜਾਵਾਂਗੇ, ਵੇਲੇ ਨਾਲ ਸ਼ੁਰੂ ਕਰੀਏ। ਫਿਰ ਹੁਣ ਚਾਰ ਵਜੇ ਹੈ, ਚਾਰ ਵਜੇ ਨੂੰ ਸਮਾਪਤੀ ਹੋ ਜਾਇਆ ਕਰੇ ਸਾਰੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ।
ਸਾਹਿਬ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧੰਨ ਹੈ। ਧੰਨ ਹੈ, ਧੰਨ ਹੈ, ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ। ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਤੇਗ ਬਹਾਦਰ ਸਾਹਿਬ ਧੰਨ। ਬੋਲੋ ਬੋਲੋ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਸੰਤ ਸਿਪਾਹੀ ਧੰਨ ਹੈ। ਹਾਂਜੀ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਤੇਰਾ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ, ਤੇਰਾ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ, ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਕੋ, 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 ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ ਗੋਰਖ ਦੇ ਨਾਤੋ, 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 ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਕੋਇ ਰਾਈ ਜਾਇਆ ਏ ਲੈ ਸਗਲ ਜਗਤ, ਗਿਆਈਆਂ ਬੁਰਿਆਈਆਂ ਸਾਚੇ ਧਰਮ ਹਜ਼ੂਰ, ਕਰੀ ਆਪੋ ਆਪਣੀ ਇਹਨੇ ਲੈ ਕੇ ਦੂਰ, ਕਿੰਨੀ ਨਾਮ ਤੇ ਆਇਆ ਗਏ ਪ੍ਰਸੰਗਤ ਕਾਲ, ਨਾਨਕ ਦੇ ਮੁਖ ਉਜਲੇ ਬੇਦੀ ਸੁਤੀਆਂ, ਕਿੰਨੀ ਨਾਮ ਤੇ ਆਇਆ ਗਏ ਪ੍ਰਸੰਗਤ ਕਾਲ, ਨਾਨਕ ਦੇ ਮੁਖ ਉਜਲੇ ਬੇਦੀ ਸੁਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਵਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਕੂ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਤੁਮ ਹੀ ਜਾਨੀ ਨਾਨਕ ਦਾਸ, ਤੁਦ ਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵੰਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸੋਂ ਸਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਤਿਗੁਰੂ ਆਪ ਜੀ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਪਾਰ ਬਖਸ਼ਿਸ਼ ਹੋਈ ਸ਼ਹਿਰ ਭਾਦਸੋਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਰੋਜ਼ਾ ਗੁਰਮਤਿ ਸਮਾਗਮ ਪ੍ਰਾਪਤ ਹੋਇਆ ਅੱਜ ਪਹਿਲੇ ਦਿਨ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਸਾਈ ਜਥਿਆਂ ਨੇ ਹਾਜ਼ਰੀਆਂ ਭਰੀਆਂ ਆਪ ਜੀ ਦੀ ਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾ ਕਰਦਿਆਂ ਟਹਿਲ ਸੇਵਾ ਕਰਦਿਆਂ ਤਮਾਮ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ਮਾਫ਼ ਕਰਿਓ ਅੱਗੇ ਤੋਂ ਸਮਤ ਬਖਸ਼ਿਓ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਿਓ ਆਪ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਕਰੋ ਆਈਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ੋ ਪਾਵਨ ਹੁਕਮ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਏ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰੇ ਨਾ ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਭੇਟੇ ਓ ਵੱਡ ਭਾਗੀ ਮਨ ਹੈ ਪਾਇਆ ਪਰਗਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟੇ ਓ ਵੱਡ ਭਾਗੀ ਮਨ ਹੈ ਪਾਇਆ ਪਰਗਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰੇ ਆਨੰਦ ਹਮਾਰੇ ਰਹਾ ਅੰਤਰ ਜਾਮੀ ਕਰਨੇ ਹਾਰਾ ਸੋਹੀ ਖਸਮ ਹਮਾਰਾ
निर्भौ भय गुरु चरणी लागे एक राम नाम आधारा सफल दर्शन अकाल मूरत प्रभु है पी होवन हारा कंठ लगाए अपने जन रखे अपनी प्रीत प्यारा वड़ी वड़े आई अचरज सोफा कारज आया रासे नानक कौ गुर पूरा भेटे ओ सगले दुख बिनासे नानक कौ गुर पूरा भेटे ओ सगले दुख बिनासे वाहिगुरु जी का खालसा वाहिगुरु।